ਹੁਣ ਤੁਸੀਂ ਅਕਾਲ ਚੈਨਲ ਨੂੰ ਕਿਸੇ ਵੀ ਸਮੇਂ ਕਿਸੇ ਵੀ ਥਾਂ ਤੇ ਦੇਖ ਸਕਦੇ ਹੋ, ਉਹ ਵੀ ਅਕਾਲ ਚੈਨਲ ਦੀ ਐਪ ਦੇ ਜ਼ਰੀਏ, ਜਿਸ ਦੇ ਵਿੱਚ ਲਾਈਵ ਟੀਵੀ ਪ੍ਰੋਗਰਾਮ, ਵੀਡੀਓਜ਼, ਕੈਚਅਪ ਟੀਵੀ, ਅਕਾਲ ਰੇਡੀਓ ਅਤੇ ਨੋਟਿਸ ਦੇ ਵਿੱਚ ਸਾਰੇ ਪ੍ਰੋਗਰਾਮਾਂ ਦਾ ਵੇਰਵਾ ਮੌਜੂਦ ਹੈ। ਤੁਸੀਂ ਇਸ ਐਪ ਦੇ ਜ਼ਰੀਏ ਗੁਰਬਾਣੀ ਸੰਥਿਆ ਦਾ ਵੀ ਆਨੰਦ ਮਾਣ ਸਕਦੇ ਹੋ। ਅਕਾਲ ਚੈਨਲ ਦੀ ਐਪ ਨੂੰ ਹੁਣੇ ਡਾਊਨਲੋਡ ਕਰੋ ਗੂਗਲ ਪਲੇ ਸਟੋਰ ਅਤੇ ਐਪ ਸਟੋਰ ਦੇ ਵਿੱਚੋਂ। ਵਰਲਡ ਨੰਬਰ 1 ਸਿੱਖ ਮੀਡੀਆ ਚੈਨਲ ਅਕਾਲ ਚੈਨਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸਰਦਾਰੀਆਂ ਟਰੱਸਟ ਪੰਜਾਬ ਤੋਂ ਜੁਗਰਾਜ ਸਿੰਘ ਜੀ ਢੰਡਰੀਆਂ। ਮੈਂ ਵੀਰ ਜੀ ਆਪ ਜੀ ਨੂੰ ਬੇਨਤੀ ਕਰਦਾ, ਆਪ ਜੀ ਆਓ, ਸੰਗਤਾਂ ਦੇ ਸਨਮੁੱਖ ਹੋਵੋ, ਆਪਣੇ ਕੀਮਤੀ ਵਿਚਾਰ ਉਹ ਸਾਨੂੰ ਦਿਓ। ਅਤੇ ਜਿਸ ਮੰਤਵ ਲਈ ਅੱਜ ਅਸੀਂ ਇਕੱਠੇ ਹੋਏ ਹਾਂ, ਬੀਬੀ ਪਰਮਜੀਤ ਕੌਰ ਖਲੜਾ ਦੇ ਸਪੋਰਟ ਲਈ, ਉਹਦੇ ਲਈ ਵੀ ਥੋੜ੍ਹਾ ਚਾਨਣਾ ਪਾਓ ਕਿ ਅਸੀਂ ਉਹਨਾਂ ਦੀ ਇਸ ਜਿੱਤ ਨੂੰ ਕਿਵੇਂ ਯਕੀਨੀ ਬਣਾਉਣਾ ਹੈ। ਇਸ ਹਾਲ ਦੇ ਵਿੱਚ ਮੌਜੂਦ ਕੌਮ ਦੀਆਂ ਮਹਿਨਾ ਸ਼ਖਸੀਅਤਾਂ ਅਤੇ ਸਾਰੇ ਹੀ ਪਤਵੰਤੇ ਸੱਜਣ ਗੁਰਮੁਖ ਪਿਆਰੇ, ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਦਾ ਜੋ ਪ੍ਰੋਗਰਾਮ ਹੈ ਉਹ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ ਅਤੇ ਦਰਬਾਰੇ ਖਾਲਸਾ ਜਥੇਬੰਦੀ ਦੇ ਵੱਲੋਂ ਇਕੱਠਿਆਂ ਰਲ ਕੇ ਸਾਡੀ ਕੌਮ ਦੀ ਮਹਿਨਾਜ ਹਸਤੀ, ਜਿਨ੍ਹਾਂ ਨੇ ਮਨੁੱਖਤਾ ਦੇ ਭਲੇ ਦੀ ਬਹੁਤ ਵੱਡੇ ਕਾਰਜ ਕੀਤੇ ਹੈ, ਬੀਬੀ ਪਰਮਜੀਤ ਕੌਰ ਜੀ ਖਾਲਸਾ, ਬੀਬੀ ਪਰਮਜੀਤ ਕੌਰ ਜੀ ਖਾਲੜਾ, ਉਹਨਾਂ ਦੀ ਚੋਣ ਮੁਹਿੰਮ ਦੇ ਤਹਿਤ ਆਪਾਂ ਸਾਰੇ ਇਕੱਤਰ ਹੋਏ ਹਾਂ। ਸੋ ਸਤਿਕਾਰਯੋਗ ਖਾਲਸਾ ਜੀ, ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਸਾਡੀਆਂ ਰਾਜਨੀਤਿਕ ਅਤੇ ਸਾਡੀਆਂ ਧਾਰਮਿਕ ਜੋ ਸੰਸਥਾਵਾਂ ਹਨ, ਜੋ ਪਾਰਟੀਆਂ ਹਨ, ਉਹਨਾਂ ਦੇ ਉੱਪਰ ਸਾਡੇ ਸਿੱਖੀ ਪਹਿਰਾਵੇ ਦੇ ਵਿੱਚ ਕੌਮ ਦੇ ਦੁਸ਼ਮਣ ਅਤੇ ਕੌਮ ਦੇ ਗਦਾਰ ਘੁਸਪੈਠ ਕਰ ਚੁੱਕੇ ਹੈ। ਬੜੇ ਸੋਹਣੇ ਸ਼ਬਦਾਂ 'ਚ ਜਿਨ੍ਹਾਂ ਜਥੇਬੰਦੀਆਂ ਜਾਂ ਜਿਨ੍ਹਾਂ ਪਾਰਟੀਆਂ ਦਾ ਨਾਮ ਹੈ, ਅਕਾਲੀ ਵਰਗੇ ਸ਼ਬਦਾਂ ਨੂੰ ਉਹਨਾਂ ਲੋਕਾਂ ਨੇ ਕੌਮ ਦੇ ਦੁਸ਼ਮਣਾਂ ਨਾਲ ਰਲ ਕੇ ਕਲੰਕਿਤ ਕੀਤਾ ਹੋਇਆ। ਭਾਵੇਂ ਕਿ ਸਾਡੇ ਸਰਦਾਰੀਆਂ ਟਰੱਸਟ ਪੰਜਾਬ ਦਾ ਕੋਈ ਵੀ ਰਾਜਨੀਤਿਕ ਵਿਊ ਨਹੀਂ, ਅਸੀਂ ਦਸਤਾਰ ਦੀ ਸੇਵਾ ਕਰਦੇ ਹਾਂ, ਪਰ ਇੱਕ ਹਾਂ ਦਾ ਨਾਰਾ ਮਾਰਨ ਵਾਸਤੇ, ਉਸ ਇਸ ਹਲਕੇ ਦੇ ਵੋਟਰਾਂ ਨੂੰ ਅਪੀਲ ਕਰਨ ਵਾਸਤੇ ਅਸੀਂ ਇੱਥੇ ਪਹੁੰਚੇ ਹਾਂ ਕਿ ਪੰਜਾਬ ਦੇ ਵਿੱਚ ਇੱਕੋ ਇੱਕ ਇਹ ਹਲਕਾ ਹੈ, ਖਡੂਰ ਸਾਹਿਬ ਹਲਕਾ, ਜਿੱਥੋਂ ਕਿ ਬੀਬੀ ਪਰਮਜੀਤ ਕੌਰ ਖਾਲੜਾ ਜੀ ਚੋਣ ਲੜ ਰਹੇ ਹੈ, ਜਿੱਥੇ ਇਹ ਪੰਜਾਬ ਦੇ ਹੱਕਾਂ ਦੀ, ਇਸ ਇਲਾਕੇ ਦੇ ਹੱਕਾਂ ਦੀ, ਕੌਮ ਦੀ ਗੱਲ ਹੈ, ਉੱਥੇ ਨਾਲ ਨਾਲ ਸਾਡੀ ਅਣਖ ਅਤੇ ਗੈਰਤ ਦਾ ਸਵਾਲ ਵੀ ਹੈ। ਜੇਕਰ ਇੱਥੋਂ ਅਸੀਂ ਚੋਣ ਦੇ ਵਿੱਚ ਸਫਲ ਨਹੀਂ ਹੁੰਦੇ ਤਾਂ ਸਿੱਖਾਂ ਵਾਸਤੇ ਬੜੀ ਨਿਵੋਸ਼ੀ ਦੀ ਗੱਲ ਵੀ ਹੈ। ਸੋ ਜਿੰਨੀਆਂ ਜਥੇਬੰਦੀਆਂ ਆਈਆਂ ਨੇ, ਜਿੰਨੇ ਇੱਥੇ ਪਤਵੰਤੇ ਸੱਜਣ ਪਹੁੰਚੇ ਆ, ਅਸੀਂ ਸਾਰਿਆਂ ਨੂੰ ਤਹਿ ਦਿਲੋਂ ਅਪੀਲ ਕਰਦੇ ਹਾਂ ਕਿ ਆਪਾਂ ਹਰ ਹੀਲਾ ਵਰਤ ਕੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਇਸ ਮੁਹਿੰਮ ਦੇ ਵਿੱਚ ਕਾਮਯਾਬ ਬਣਾਈਏ। ਸਾਡੀ ਸਰਦਾਰੀਆਂ ਟਰੱਸਟ ਪੰਜਾਬ ਦੀ ਸਮੁੱਚੀ ਟੀਮ ਹਰ ਤਰ੍ਹਾਂ ਦੇ ਨਾਲ ਸਹਿਯੋਗ ਅਤੇ ਸਮਰਥਨ ਕਰਦੇ ਹਾਂ, ਔਰ ਅਸੀਂ ਇਸ ਇਹਨਾਂ ਵੋਟਰਾਂ ਨੂੰ ਇੱਕ ਵਾਰ ਫਿਰ ਤੋਂ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਤੁਸੀਂ ਵੱਧ ਚੜ੍ਹ ਕੇ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਦੇ ਵਿੱਚ ਭੁਗਤ ਕੇ ਇਹਨਾਂ ਕੌਮ ਦੇ ਗਦਾਰਾਂ ਨੂੰ ਇਹ ਜ਼ਰੂਰ ਦੱਸੀਏ ਕਿ ਹਾਲੇ ਵੀ ਅਸੀਂ ਜਿਉਂਦੇ ਹਾਂ, ਹਾਲੇ ਵੀ ਅਸੀਂ ਹੈਗੇ ਹਾਂ, ਹਾਲੇ ਵੀ ਸਾਡੀ ਅਣਖ ਗੈਰਤ ਹੈ ਜਿਹੜੀ ਉਹ ਜਾਗਦੀ ਹੈ, ਅਸੀਂ ਕੁਛ ਨਾ ਕੁਛ ਕਰਨ ਦੇ ਸਮਰਥਕ ਹੈਗੇ ਹਾਂ। ਸੋ ਇੰਨੀਆਂ ਹੀ ਮੈਂ ਬੇਨਤੀਆਂ ਕਰਨੀਆਂ ਨੇ। ਇੱਕ ਵਾਰ ਫਿਰ ਤੋਂ ਸਾਰੀਆਂ ਸ਼ਖਸੀਅਤਾਂ ਦਾ ਬਹੁਤ ਬਹੁਤ ਧੰਨਵਾਦ, ਔਰ ਅਸੀਂ ਸਰਦਾਰੀਆਂ ਟਰੱਸਟ ਪੰਜਾਬ ਦੇ ਵੱਲੋਂ ਪੂਰਨ ਹਮਾਇਤ ਅਤੇ ਪੂਰਨ ਸਮਰਥ ਦਾ ਹੌਸਲਾ ਦਿੰਦੇ ਹਾਂ, ਔਰ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਸਾਨੂੰ ਜਿੱਥੇ ਵੀ ਸੇਵਾ ਲੱਗੇਗੀ ਔਰ ਜਿਸ ਤਰ੍ਹਾਂ ਦੀ ਵੀ ਸੇਵਾ ਲੱਗੇਗੀ, ਅਸੀਂ ਉਸੇ ਤਰ੍ਹਾਂ ਹੀ ਸੇਵਾ ਨਿਭਾਉਣ ਵਾਸਤੇ ਤਿਆਰ ਹਾਂ। ਹੋਈਆਂ ਗਲਤੀਆਂ ਦੀ ਮਾਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ
ਦੇ ਵਿੱਚ ਜੁਝਾਰੂ ਯੋਧਿਆਂ ਨੇ ਹਰ ਇੱਕ ਕਾਰਜ ਦੇ ਵਿੱਚ ਅੱਗੇ ਹੋ ਕੇ ਮੱਲਾਂ ਮਾਰੀਆਂ। ਇੱਕ ਟਾਈਮ ਸੀ ਜਦੋਂ ਪੰਜਾਬ ਦੇ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਇੱਕ ਨਾਮ ਹੁੰਦਾ ਸੀ, ਹੋ ਸਕਦਾ ਵਾ ਪੰਜਾਬ ਤੋਂ ਬਾਹਰ ਸ਼ਾਇਦ ਕਿਤੇ ਅੱਜ ਵੀ ਹੋਵੇ, ਪਰ ਜੋ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਨਵਾਣਾ ਅੱਜ ਤੋਂ ਕੁਛ ਸਮਾਂ ਪਹਿਲਾਂ ਪੰਜਾਬ ਸੀਗਾ, ਉਹ ਅਸੀਂ ਉਹਨੂੰ ਬਹਾਲ ਬਰਕਰਾਰ ਨਹੀਂ ਰੱਖ ਪਾਏ, ਉਹਦੀ ਕਿਤੇ ਘਾਟ ਮਹਿਸੂਸ ਹੋਈ ਅਲਾਇੰਸ ਨੂੰ, ਅਤੇ ਅਲਾਇੰਸ ਨੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪੈਰਲਰ ਚੱਲਦਿਆਂ ਹੋਇਆਂ, ਉਹਦੀ ਸੋਚ ਦੇ ਵਿੱਚ ਹਾਮੀ ਭਰਦਿਆਂ ਹੋਇਆਂ ਇੱਕ ਜਥੇਬੰਦੀ ਦਾ ਗਠਨ ਕਰ ਲਈ ਕੀਤਾ, ਜੋ ਸਟੂਡੈਂਟ ਫੈਡਰੇਸ਼ਨ ਦੇ ਵਾਂਗ ਹੀ ਚੱਲੇ, ਜੋ ਕਾਲਜ ਯੂਨੀਵਰਸਿਟੀ ਤੋਂ ਬੱਚਿਆਂ ਨੂੰ ਸਟੂਡੈਂਟਸ ਲੈਵਲ ਤੋਂ ਬੱਚਿਆਂ ਨੂੰ ਪੋਲੀਟੀਕਲ ਲਾਈਨ ਵਾਲੇ ਬੰਨੇ ਲੈ ਕੇ ਆਵੇ। ਉਹਦੇ ਵਿੱਚੋਂ ਜੋ ਆਇਆ ਉਹ ਸੀਗਾ ਅਕਾਦਮਿਕ ਫਾਰਮ ਆਫ ਸਿੱਖ ਸਟੱਡੀਜ਼, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸ਼ੁਰੂ ਹੋਈ। ਉਹਦੀ ਸ਼ੁਰੂਆਤ ਦੀ ਜ਼ਿੰਮੇਵਾਰੀ ਲੱਗੀ ਵੀਰ ਪਰਮਵੀਰ ਸਿੰਘ ਜੀ ਦੀ, ਅਤੇ ਵੀਰ ਪਰਮਵੀਰ ਸਿੰਘ ਜੀ ਅੱਜ ਸਾਡੇ ਵਿੱਚ ਸ਼ਾਮਿਲ ਨੇ। ਉਹ ਆਪਾਂ ਨੂੰ ਦੱਸਣਗੇ ਕਿ ਕਿਵੇਂ ਇਹ AFSS ਕਿਵੇਂ ਸੇਵਾ ਕਰ ਰਹੀ ਹੈ, ਕਿਸ ਤਰ੍ਹਾਂ ਅਸੀਂ ਸਟੂਡੈਂਟ ਫੈਡਰੇਸ਼ਨ ਦਾ ਜੋ ਬਦਲ ਹੈ ਉਹ ਜੋ ਪੰਜਾਬ ਦੀ ਜਨਤਾ ਨੂੰ ਦੇਣਾ ਹੈ, ਕਿਵੇਂ ਇਹ ਜਿਹੜਾ ਫੋਰਮ ਹੈ ਇਹ ਫੋਰਮ ਕਿਵੇਂ ਕੰਮ ਕਰ ਰਿਹਾ ਵਾ, ਅਤੇ ਕਿਸ ਤਰ੍ਹਾਂ ਅਸੀਂ ਬੀਬੀ ਖਾਲੜਾ ਦੀ ਸਪੋਰਟ ਕਰਨ ਜਾ ਰਹੇ ਹਾਂ। ਵੀਰ ਪਰਮਵੀਰ ਸਿੰਘ ਜੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਤੋਂ। ਕੌਮ ਦੀ ਚੜ੍ਹਦੀ ਕਲਾ ਦੇ ਵਾਰਸੋ, ਕੌਮੀ ਹਿੱਤਾਂ ਦੇ ਲੜਦੇ ਸ਼ਹੀਦ ਦੀ ਯਾਦ ਵਿੱਚ ਇਕੱਤਰ ਹੋਏ ਗੁਰਸਿੱਖੋ, ਦਸ਼ਮੇਸ਼ ਪਿਤਾ ਦੀ ਬਖਸ਼ੀ ਹੋਈ ਫਤਿਹ ਗੱਜ ਕੇ ਬੁਲਾਇਓ, ਕੋਈ ਰਸਨਾ ਵਾਂਝੀ ਨਾ ਰਵੇ, ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਵੀਰ ਪ੍ਰਦੀਪ ਜੀ ਹੋਰਾਂ ਨੇ ਦੱਸਿਆ ਕਿ ਦਾਸਰੇ ਅਕਾਦਮਿਕ ਫੋਰਮ ਆਫ ਸਿੱਖ ਸਟੂਡੈਂਟਸ AFSS ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਇੱਥੇ ਹਾਜ਼ਰੀ ਭਰਨ ਆਏ ਨੇ। ਮੈਂ ਗੱਲ ਕਰਨ ਤੋਂ ਪਹਿਲਾਂ ਇੱਕ ਵਾਰ AFSS ਦੀ ਜਿਵੇਂ ਜਾਣਕਾਰੀ ਦੇ ਲਈ ਵੀਰ ਜੀ ਦਾ ਹੁਕਮ ਹੋਇਆ ਇੱਕ ਵਾਰ ਜਾਣਨਾ ਪਾ ਦੇਣਾ ਚਾਹੁੰਦਾ। ਪਿਛਲੇ ਲੰਮੇ ਸਮੇਂ ਦੇ ਵਿੱਚੋਂ ਪੰਜਾਬ ਦੇ ਵਿੱਚ ਸਿੱਖ ਨੌਜਵਾਨਾਂ ਦੇ ਸਿੱਖ ਵਿਦਿਆਰਥੀਆਂ ਦੀ ਆਪਣੀ ਜਥੇਬੰਦੀ ਦੀ ਇੱਕ ਕਮੀ ਸੀ, ਸਿੱਖ ਵਿਦਿਆਰਥੀ ਅਲੈਦਗੀ ਵਿੱਚ ਵਿਚਰ ਰਹੇ ਸਨ, ਉਹ ਖੱਬੇ ਪੱਖੀ ਪਾਰਟੀਆਂ ਦਾ ਆਸਰਾ ਲੈਂਦੇ ਸਨ ਜਾਂ ਉਹਨਾਂ ਦਾ ਆਸਰਾ ਲੈਂਦੇ ਸਨ ਜਿਨ੍ਹਾਂ ਦੇ ਪੋਤੇ ਵੀ ਕਾਲਜਾਂ ਵਿੱਚ ਨਹੀਂ ਪੜ੍ਹ ਰਹੇ। ਉਹ ਸਟੂਡੈਂਟ ਫੈਡਰੇਸ਼ਨਾਂ ਜਾਂ ਸਟੂਡੈਂਟ ਵਿੰਗਾਂ ਦੇ ਜੋ ਮੁਖੀ ਸਨ ਉਹ ਕਿਤੇ ਨਾ ਕਿਤੇ ਉਹ ਜਿਹੜਾ ਜਨਰੇਸ਼ਨ ਗੈਪ ਬਣ ਚੁੱਕਿਆ ਸੀ ਉਹ ਭਰਨ ਤੋਂ ਨਾਕਾਮਯਾਬ ਹੋਏ। ਸਾਰੇ ਵੀਰਾਂ ਨਾਲ ਗੱਲਬਾਤ ਕਰਨ 'ਤੇ ਜੋ ਵਿਦਿਆਰਥੀ, ਖਾਸ ਕਰਕੇ ਜੇ ਮੈਂ ਗੱਲ ਕਰਾਂ ਸਿੱਖ ਵਿਦਿਆਰਥੀ, ਆਪਣੀ ਜਥੇਬੰਦੀ ਤੋਂ ਅਲੈਦਗੀ ਵਿੱਚ ਵਿਚਰ ਰਹੇ ਸਨ, ਤਾਂ ਪਾਤਸ਼ਾਹ ਦੀ ਮਿਹਰ ਹੋਈ ਪਿਛਲੇ ਫਰਵਰੀ ਦੇ ਇਸੇ ਫਰਵਰੀ ਦੇ ਵਿੱਚ ਪਾਤਸ਼ਾਹ ਨੇ ਥਾਪੜੇ ਬਖਸ਼ੇ ਨੇ, ਜ਼ਿੰਮੇਵਾਰੀਆਂ ਦਿੱਤੀਆਂ ਨੇ, ਤਾਂ ਵੱਡੇ ਵੀਰਾਂ ਦੇ ਸਹਿਯੋਗ ਦੇ ਨਾਲ ਪੰਥ ਤੋਂ ਆਪਣੇ ਸਿੱਖ ਵਿਦਿਆਰਥੀਆਂ ਤੋਂ, ਵੀਰਾਂ ਤੋਂ, ਨੌਜਵਾਨਾਂ ਤੋਂ ਆਸਰੇ ਲੈ ਕੇ ਉਹਨਾਂ ਦੇ ਸਹਿਯੋਗ ਦੀ ਆਸ ਕਰਦਿਆਂ ਅਸੀਂ ਅਕਾਦਮਿਕ ਫੋਰਮ ਆਫ ਸਿੱਖ ਸਟੂਡੈਂਟਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਗਠਿਤ ਕੀਤੀ ਹੈ, ਜਿਸ ਦੇ ਮੁੱਖ ਉਦੇਸ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਹੋਰ ਯੂਨੀਵਰਸਿਟੀਆਂ, ਪੰਜਾਬ ਦੇ ਕਾਲਜਾਂ, ਉਸ ਉਪਰੰਤ ਦੇਸ਼ ਦੇ ਕਾਲਜਾਂ ਦੇ ਵਿੱਚ ਵਿਚਰਦਿਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ 'ਤੇ ਪਹਿਰਾ ਦਿੰਦਿਆਂ ਵਿਦਿਆਰਥੀਆਂ ਦੇ ਮਸਲੇ, ਸਿੱਖਾਂ ਦੇ ਮਸਲੇ ਅਤੇ ਪੰਜਾਬ ਦੇ ਹਰ ਤਰ੍ਹਾਂ ਦੇ ਮਸਲੇ ਨੂੰ ਹੱਲ ਕਰਨ ਦੇ ਲਈ ਸੰਭਾਵੀ ਕੋਸ਼ਿਸ਼ਾਂ ਕਰਨੀਆਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਰੌਸ਼ਨਾਈ ਦੇ ਵਿੱਚ ਵਿਚਰਦਿਆਂ ਉਹਨਾਂ ਦੇ ਸੰਭਾਵੀ ਹੱਲ ਕਰਨ ਦੇ ਲਈ ਹਰ ਯਤਨ ਕਰਨਾ ਦੇ ਲਈ ਜਥੇਬੰਦੀ ਕਾਰਜਸ਼ੀਲ ਹੈ। ਪਿਛਲੇ ਸਮੇਂ ਦੇ ਵਿੱਚ ਅਸੀਂ ਵੱਖੋ ਵੱਖ ਯੂਨੀਵਰਸਿਟੀਆਂ ਵਿੱਚ ਆਪਣੀ ਪਹੁੰਚ ਬਣਾ ਰਹੇ ਹਾਂ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕਾਲਜਾਂ, ਸਕੂਲਾਂ ਦੇ ਵਿੱਚ ਤੁਹਾਨੂੰ, ਤੁਹਾਡੇ ਬੱਚਿਆਂ ਨੂੰ, ਤੁਹਾਡੇ ਜੋ ਮੇਰੇ ਨੌਜਵਾਨ ਵੀਰ ਨੇ ਉਹਨਾਂ ਨੂੰ ਇਹ AFSS ਜਲਦੀ ਅਪਰੋਚ ਕਰੇਗੀ ਅਤੇ ਉੱਥੇ ਅਸੀਂ ਸਾਰੇ ਰਲ ਮਿਲ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਆਸਰੇ ਹੇਠ ਕਾਰਜਵਿਧੀ ਸ਼ੁਰੂ ਕਰਾਂਗੇ। ਜੋ ਅੱਜ ਇੱਥੇ ਆਉਣ ਦਾ ਮਨੋਰਥ, ਕੌਮੀ ਸ਼ਹੀਦ ਜੋ ਲਵਾਰਸ਼ ਲਾਸ਼ਾਂ ਦੇ ਵਾਰਸ ਨੇ ਭਾਈ ਖਾਲੜਾ ਜੀ, ਉਹਨਾਂ ਦੀ ਯਾਦ ਵਿੱਚ ਅੱਜ ਅਸੀਂ ਇੱਥੇ ਇਕੱਤਰ ਹੋਏ ਹਾਂ। ਜੋ ਇਹ ਪੰਜਾਬ ਦੀ ਰਾਜਨੀਤੀ ਹੈ ਉਸ ਦੇ ਜੋ ਇਸ ਹੱਲ ਬਣੇ ਨੇ ਜਾਂ ਉਹ ਇਹ ਮਹਾਂਦਰਾ ਬਣ ਚੁੱਕਿਆ, ਜੇ ਅਸੀਂ ਗੱਲ ਕਰੀਏ ਜੋ ਸਿਰ ਦੇ ਕੇ ਅਸੀਂ ਅਕਾਲੀ ਦਲ ਬਣਾਇਆ ਸੀ, ਸਾਡੇ ਪੁਰਖਿਆਂ ਨੇ ਆਪਣੇ ਸਿਰ ਦੇ ਕੇ ਅਕਾਲੀ ਦਲ ਬਣਾਇਆ ਸੀ, ਅੱਜ ਟੁੱਚੇ ਜਿਹੇ ਬੰਦਿਆਂ ਨੇ, ਮੈਂ ਨਾਮ ਲੈਣੋਂ ਗੁਰੇਜ਼ ਨਹੀਂ ਕਰਾਂਗਾ, ਸੁਖਬੀਰ ਸਿੰਘ ਬਾਦਲ ਵਰਗਿਆਂ ਨੇ, ਉਹ ਬਾਦਲ ਪਰਿਵਾਰ ਨੇ ਜਾਂ ਮਜੀਠੀਆ ਪਰਿਵਾਰ ਨੇ ਆਪਣੇ ਨਿੱਜੀ ਹਿੱਤਾਂ ਖਾਤਰ ਉਸ ਸ਼੍ਰੋਮਣੀ ਅਕਾਲੀ ਦਲ ਦਾ ਕਤਲ ਕਰ ਦਿੱਤਾ। ਜਿਸ ਅਕਾਲੀ ਦਲ ਲਈ ਅਸੀਂ ਸਿਰ ਦਿੱਤੇ ਸਨ ਅੱਜ ਸਾਨੂੰ ਵੋਟ ਪਾਉਣ ਲੱਗਿਆਂ ਸ਼ਰਮ ਆ ਰਹੀ ਹੈ।
ਸ਼ਰਮ ਦੀ ਹੱਦ ਜੇ ਮੈਂ ਇਸ ਹਲਕੇ ਦੀ ਗੱਲ ਕਰਾਂ, ਜਦੋਂ ਅਸੀਂ ਅੰਮ੍ਰਿਤ ਛਕਣ ਜਾਂਦੇ ਹਾਂ ਤਾਂ ਪੰਜ ਪਿਆਰੇ ਸਾਨੂੰ ਕੀ ਹਦਾਇਤ ਕਰਦੇ ਨੇ, ਖਾਲਸਾ ਕੁੜੀ ਮਾਰ ਨਾਲ ਨਹੀਂ ਵਰਤੇਗਾ। ਅਤੇ ਮੇਰੇ ਬਜ਼ੁਰਗ ਵੀ ਬੈਠੇ ਨੇ ਜੋ ਕਹਿੰਦੇ ਨੇ ਅਸੀਂ ਤਾਂ ਜੀ ਪੰਥ ਨੂੰ ਵੋਟਾਂ ਪਾਉਣੀਆਂ ਨੇ, ਸਾਡੀ ਵੋਟ ਪੰਥ ਨੂੰ, ਪੰਥ ਯਾਨੀ ਕਿ ਪ੍ਰਕਾਸ਼ ਸਿੰਘ ਬਾਦਲ ਨੂੰ। ਅਤੇ ਇੱਕ ਵਾਰ ਜ਼ਰੂਰ ਆਪਣੇ ਉਹ ਪੰਜ ਪਿਆਰਿਆਂ ਦੇ ਸਿਧਾਂਤ ਨੂੰ, ਉਸ ਉਪਦੇਸ਼ ਨੂੰ ਚਾਨਣਾ ਪਾ ਕੇ ਦੇਖਿਓ, ਪਾਤਸ਼ਾਹ ਦੇ ਹਾਜ਼ਰ ਨਾਜ਼ਰ ਮੰਨ ਕੇ। ਜਦੋਂ ਪੰਚਾਂ ਨੇ ਕਿਹਾ ਸੀ ਖਾਲਸਾ ਕੁੜੀ ਮਾਰ ਨਾਲ ਨਹੀਂ ਵਰਤੇਗਾ, ਤਾਂ ਤੁਹਾਡੇ ਉਹ ਅਖੌਤੀ ਪੰਥ ਦੇ ਲੀਡਰ ਨੇ ਤੁਹਾਡੇ ਇਸ ਹਲਕੇ ਦੇ ਵਿੱਚ ਕੌਮੀ ਸ਼ਹੀਦ ਦੀ ਜਦੋਂ ਸੁਪਤਨੀ ਲੜ ਰਹੀ ਹੈ ਤਾਂ ਉਹਦੇ ਵਿਰੋਧ 'ਚ ਕਿਹਨੂੰ ਖੜਾ ਕਰ ਰਿਹਾ, ਜਿਸਨੇ ਆਪਣੀ ਦੋਹਤਰੀ ਦਾ ਕਤਲ ਕੀਤਾ ਉਹ ਵੀ ਕੁੱਖ ਦੇ ਵਿੱਚ, ਅਤੇ ਕਿਵੇਂ ਖਾਲਸਾ ਉਹਨਾਂ ਨੂੰ ਵੋਟ ਪਾਏਗਾ? ਕਿਸ ਮੂੰਹ ਨਾਲ ਅਸੀਂ ਵੋਟ ਪਾਉਣ ਲਈ ਅਕਾਲੀ ਦਲ ਦਾ ਬਟਨ ਦੱਬਾਂਗੇ ਜਦੋਂ ਪੰਚਾਂ ਦਾ ਹੁਕਮ ਹੈ ਕਿ ਖਾਲਸਾ ਕੁੜੀ ਮਾਰ ਨਾਲ ਨਹੀਂ ਵਰਤੇਗਾ, ਹਾਲੇ ਉਹ ਕੇਸ ਚੱਲ ਰਿਹਾ, ਅਤੇ ਕਿਸ ਮੂੰਹ ਨਾਲ ਅਸੀਂ ਉਸ ਜਗੀਰ ਕੌਰ ਨੂੰ ਵੋਟ ਪਾਵਾਂਗੇ? ਜੇ ਮੈਂ ਦੂਜੇ ਪਾਸੇ ਗੱਲ ਕਰਾਂ, ਉਹ ਕਾਂਗਰਸ ਨੂੰ ਵੋਟ ਪਾਉਣ ਦੀ ਗੱਲ ਕਰ ਲਈਏ, ਤਾਂ ਖਾਲਸਾ ਜਾਂ ਬੰਦਾ ਸਿੱਖ ਹੋ ਸਕਦਾ ਜਾਂ ਬੰਦਾ ਕਾਂਗਰਸੀ ਹੋ ਸਕਦਾ, ਜੋ 84 ਦੇ ਵਿੱਚ ਉਹਨਾਂ ਨੇ ਸਾਡੇ ਨਾਲ ਕੀਤਾ। ਹਾਲਾਂਕਿ ਮੇਰਾ ਜਨਮ ਉਦੋਂ ਬਾਅਦ ਹੈ, ਪਰ ਅੱਜ ਵੀ ਮੇਰੇ ਰੋਮ ਦੇ ਵਿੱਚ, ਇਕੱਲੇ ਇਕੱਲੇ ਸਰੀਰ ਦੇ ਅੰਗ ਦੇ ਵਿੱਚ, ਕਣ ਕਣ ਦੇ ਵਿੱਚ 84 ਦਾ ਦਰਦ ਭਰਿਆ। ਅਤੇ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਸਿੱਖ ਹੁੰਦਿਆਂ ਹੋਇਆਂ ਕਾਂਗਰਸੀ ਹੋ ਸਕਦਾ। ਜੇ ਹੋ ਸਕਦਾ ਆਪਣੇ ਗੁਰੂ ਨੂੰ ਉਹਦੀ ਜਵਾਬਦੇਹੀ ਆਪਣੀ ਹੈ। ਜੋ ਬੀਬੀ ਖਾਲੜਾ ਜੀ ਦੀ ਗੱਲ ਕਰਦੇ ਹਾਂ, ਜੋ ਲਵਾਰਸ ਲਾਸ਼ਾਂ ਦੇ ਵਾਰਸ, ਮਨੁੱਖੀ ਅਧਿਕਾਰਾਂ ਦੇ ਮਸੀਹਾ ਦੇ ਤੌਰ 'ਤੇ ਅਸੀਂ ਉਹਨਾਂ ਨੂੰ ਮੰਨਦੇ ਹਾਂ, ਭਾਈ ਜੀ ਉਹਨਾਂ ਦੀ ਕੁਰਬਾਨੀ ਨੂੰ ਸਾਡੀ ਇੱਕ ਛੋਟੀ ਜਿਹੀ ਭੇਂਟ ਹੈ ਕਿ ਅਸੀਂ ਬੀਬੀ ਜੀ ਨਰੋਲ ਬੀਬੀ ਜਸਵੰਤ ਬੀਬੀ ਖਾਲੜਾ ਜੀ ਹੋਰਾਂ ਨੂੰ ਇੱਥੇ ਸਮਰਥਨ ਕਰਨ ਦੇ ਲਈ ਅਕਾਦਮਿਕ ਫੋਰਮ ਆਫ ਸਿੱਖ ਸਟੂਡੈਂਟਸ ਵੱਲੋਂ ਆਏ ਹਾਂ, ਕਿਉਂਕਿ ਸਾਡੀ ਵਿਚਾਰਧਾਰਾ ਦੇ ਵਿੱਚ, ਸਾਡੇ ਮੁੱਢਲੇ ਸੰਵਿਧਾਨ ਦੇ ਵਿੱਚ ਇਹ ਗੱਲ ਤੈਅ ਹੈ ਕਿ ਅਸੀਂ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਸਮਰਥਨ ਨਹੀਂ ਕਰਾਂਗੇ। ਪਰ ਜਦੋਂ ਵੀ ਕੋਈ ਰਾਜਨੀਤਿਕ ਪਾਰਟੀ ਜੋ ਪੰਜਾਬ ਦੇ ਹਿੱਤਾਂ ਨੂੰ ਲੈ ਕੇ ਸੰਜੀਦਾ ਸੁਹਿਰਦਗੀ ਨਾਲ ਵਿਚਰ ਰਹੀ ਹੈ, ਉਹ ਇੱਦਾਂ ਕੌਮੀ ਹਿੱਤਾਂ ਨੂੰ ਸਨਮੁੱਖ ਰੱਖਦਿਆਂ ਹੋਇਆਂ, ਇੱਦਾਂ ਦੇ ਜੋ ਕੈਂਡੀਡੇਟ ਨੇ ਉਹ ਜਦੋਂ ਚੋਣ ਲੈ ਕੇ ਆਵੇਗੀ ਤਾਂ ਅਸੀਂ ਉਦੋਂ ਘੋਖ ਕੇ ਉਹਦੇ ਸਮਰਥਨ ਦੇ ਲਈ ਅੱਗੇ ਆਵਾਂਗੇ, ਅਤੇ ਆਪਣਾ ਨੌਜਵਾਨੀ ਦਾ ਇੱਕ ਅਹਿਮ ਰੋਲ ਅਦਾ ਕਰਾਂਗੇ। ਜੋ ਪਿਛਲੇ ਸਮੇਂ ਦੇ ਵਿੱਚ ਕੌਮ ਦਾ ਸਭ ਤੋਂ ਵੱਡਾ ਮੋਰਚਾ ਬਰਗਾੜੀ ਦਾ ਮੋਰਚੇ ਦੇ, ਜੋ ਸਾਨੂੰ ਕਿਆਸ ਸੀਗਾ, ਜੋ ਸਾਨੂੰ ਸੰਭਾਵੀ ਹੱਲ ਲੱਗਦੇ ਸਨ, ਉਹ ਨਾਂ ਲੈ ਕੇ ਆਉਣ ਦਾ ਸਾਡਾ ਇੱਕੋ ਇੱਕ ਕਾਰਨ ਸੀ, ਸਾਡੇ ਉਸ ਮੋਰਚੇ ਦੇ ਵਿੱਚ ਨੌਜਵਾਨੀ ਦਾ ਫੈਕਟਰ ਕਿਤੇ ਨਾ ਕਿਤੇ ਮਿਸਿੰਗ ਸੀਗਾ। ਕਿਤੇ ਨਾ ਕਿਤੇ ਮੋਰਚੇ ਦੇ ਲੀਡਰ ਨੌਜਵਾਨੀ ਨੂੰ ਆਪਣੇ ਨਾਲ ਨਹੀਂ ਜੋੜ ਪਾਏ, ਜਿਸ ਕਰਕੇ ਜੋ ਹੱਲ ਜਾਂ ਜੋ ਟੀਚੇ ਮਿੱਥੇ ਸਨ ਬਰਗਾੜੀ ਮੋਰਚੇ ਦੇ, ਉਹ ਅਸੀਂ ਹਾਸਲ ਕਰਨ ਤੋਂ ਵਾਂਝੇ ਰਹਿ ਗਏ ਹਾਂ। 9 ਮਹੀਨੇ ਕੌਮ ਉੱਥੇ ਜੂਝਦੀ ਰਹੀ ਪਰ ਉਹ ਹੱਲ ਨਹੀਂ ਮਿਲੇ। ਆਸ ਕਰਦੇ ਹਾਂ ਅਤੇ ਪਾਤਸ਼ਾਹ ਅੱਗੇ ਅਰਦਾਸ ਕਰਦੇ ਹਾਂ ਕਿ ਜੋ ਨੌਜਵਾਨੀ ਨੂੰ ਮੁੜ ਰਾਜਨੀਤੀ, ਸਿੱਖ ਰਾਜਨੀਤੀ, ਡਾਕਟਰ ਗੁਰਭਗਤ ਸਿੰਘ ਹੁਣਾਂ ਵੱਲੋਂ ਦੱਸੀ ਹੋਈ ਵਿਸਮਾਦੀ ਰਾਜਨੀਤੀ ਵੱਲ ਵਧਣ ਦੀ ਇੱਕ ਕੋਸ਼ਿਸ਼, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਰੋਸ਼ਨਾਈ ਹੇਠ, ਬਾਣੀ ਹੇਠ ਤੁਰਨ ਦੀ ਇੱਕ ਕੋਸ਼ਿਸ਼ ਬੀਬੀ ਖਾਲੜਾ ਜੀ ਦੇ ਰੂਪ ਵਿੱਚ ਨੌਜਵਾਨੀ ਦੇਖ ਰਹੀ ਹੈ, ਆਸ ਹੈ, ਅਰਦਾਸ ਹੈ ਕਿ ਬੀਬੀ ਜੀ ਉਸ 'ਤੇ ਪੂਰਨ ਉਤਰਨਗੇ, ਅਤੇ ਸਾਡੀ ਨੌਜਵਾਨ ਪਾਰਟੀ ਜਾਂ ਸਿੱਖ ਵਿਦਿਆਰਥੀ ਪਾਰਟੀ ਅਕਾਦਮਿਕ ਫੋਰਮ ਆਫ ਸਿੱਖ ਸਟੂਡੈਂਟ ਵੱਲੋਂ ਨਰੋਲ ਬੀਬੀ ਜੀ ਨੂੰ ਅਤੇ ਉਹਨਾਂ ਦੇ ਜੋ ਉਹਨਾਂ ਦਾ ਮਨੋਰਥ ਪੱਤਰ ਹੈ ਉਸ ਨੂੰ ਸਾਡੀ ਫੁੱਲ ਸਮਰਥਨ ਹੈ। ਅਸੀਂ ਆਪਣੇ ਇਲਾਕੇ ਦੇ ਵਿੱਚ ਖਡੂਰ ਸਾਹਿਬ ਕੌਂਸਟੀਚੁਐਂਸੀ ਦੇ ਵਿੱਚ ਸਾਰਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਅਰਦਾਸ ਕਰਦੇ ਹਾਂ, ਉਹਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਆਪਣੀ ਵੋਟ ਪਾਉਣ ਜ਼ਰੂਰ ਜਾਣਾ, ਅਤੇ ਵੋਟ ਪਾਉਣ ਤੋਂ ਪਹਿਲਾਂ ਇੱਕ ਵਾਰ ਭਾਈ ਜਸਵੰਤ ਸਿੰਘ ਜੀ ਖਾਲੜਾ ਹੋਰਾਂ ਦਾ ਕੌਮ ਨੂੰ ਯੋਗਦਾਨ, ਅਤੇ ਦੂਜੇ ਪਾਸੇ ਉਹ ਬਾਦਲ ਘਰਾਨਿਆਂ ਦਾ ਅਤੇ ਕਾਂਗਰਸ ਦਾ ਕੌਮ ਨੂੰ ਘਾਣ ਜ਼ਰੂਰ ਦੇਖ ਲਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ PhD ਕਰ ਰਹੇ ਵੀਰ ਪਰਮਵੀਰ ਸਿੰਘ ਜੀ ਬਹੁਤ ਹੀ ਸੂਝਵਾਨ ਅਤੇ ਬਹੁਤ ਹੀ ਸੁਹਿਰਦ ਨੇ ਪੰਥ ਪ੍ਰਤੀ, ਸਟੂਡੈਂਟਸ ਦੇ ਉਹਨਾਂ ਰਾਈਟਸ ਦੇ ਪ੍ਰਤੀ ਜਾਂ ਆਪਣੀਆਂ ਜ਼ਿੰਮੇਵਾਰੀਆਂ ਦੇ ਪ੍ਰਤੀ। ਆਪਣੀਆਂ ਜ਼ਿੰਮੇਵਾਰੀਆਂ 'ਚ ਰਹਿ ਕੇ ਉਹਨਾਂ ਨੇ ਯੂਨੀਵਰਸਿਟੀ ਦੇ ਵਿੱਚ ਬਹੁਤ ਸ਼ਲਾਘਾਯੋਗ ਕਾਰਜ ਕੀਤੇ, ਉਹਨਾਂ ਨੂੰ ਹੁਣ ਅਸੀਂ ਹੇਠਲੇ ਲੈਵਲ 'ਤੇ ਕਾਲਜਾਂ ਦੇ ਵਿੱਚ, ਦੂਸਰੀਆਂ ਯੂਨੀਵਰਸਿਟੀਆਂ ਦੇ ਵਿੱਚ ਵੀ ਸੇਮ ਅਪਲਾਈ ਕਰਕੇ ਇੱਕ, ਜਿਵੇਂ ਪਹਿਲਾਂ ਮੈਂ ਦੱਸਿਆ ਕਿ ਇੱਕ ਫੈਡਰੇਸ਼ਨ ਟਾਈਪ ਅਸੀਂ AFSS ਨੂੰ ਸਟੈਂਡ ਕਰਨਾ ਹੈ, ਉਹਦੇ 'ਚ ਤੁਹਾਡੇ ਸਾਰਿਆਂ ਦੇ ਸਾਥ ਦੀ ਵੀ ਲੋੜ ਹੈ। ਅਤੇ ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਵੀ ਕਰਦੇ ਹਾਂ ਕਿ ਵੀਰ ਪਰਮਵੀਰ ਸਿੰਘ ਜੀ ਨੂੰ ਹੋਰ ਚੜ੍ਹਦੀ ਕਲਾ ਬਖਸ਼ਣ, ਹੋਰ ਤਰੱਕੀਆਂ ਬਖਸ਼ਣ। ਵੀਰ ਜੀ ਨੇ ਜਿਵੇਂ ਗੱਲ ਕੀਤੀ ਕਿ ਕੁੜੀ ਮਾਰ ਦੀ ਮਦਦ ਨਹੀਂ ਕਰਨੀ, ਮੈਨੂੰ ਯਾਦ ਆ ਕੁਛ ਟਾਈਮ ਪਹਿਲਾਂ
ਨੰਨੀ ਸ਼ਾਂ ਦਾ ਬੜਾ ਰੌਲਾ ਪਿਆ ਸੀ, ਨੰਨੀ ਸ਼ਾਂ ਹਰ ਜਗ੍ਹਾ, ਨੰਨੀ ਸ਼ਾਂ ਹਰ ਜਗ੍ਹਾ, ਜੇ ਕਿਤੇ ਬੂਟੇ ਲਾਉਣੇ ਆ ਨੰਨੀ ਸ਼ਾਂ ਨੇ, ਜੇ ਕੋਈ ਕੰਮ ਕਰਨਾ ਨੰਨੀ ਸ਼ਾਂ ਨੇ। ਤਾਂ ਮੈਂ ਇੱਕ ਬਜ਼ੁਰਗ ਨੂੰ ਪੁੱਛ ਬੈਠਾ ਕਿ ਇਹ ਬਾਦਲ ਪਰਿਵਾਰ ਇੰਨਾ ਨੰਨੀ ਸ਼ਾਂ ਨੂੰ ਪ੍ਰਮੋਟ ਕਿਉਂ ਕਰ ਰਿਹਾ, ਮਤਲਬ ਇਹਨਾਂ ਦਾ ਇੱਕ ਤਾਂ ਗੱਲ ਪਤਾ ਵਾ, ਸਾਫ਼ ਪਤਾ ਵਾ ਕਿ ਇਹ ਐਡੇ ਕੋਈ ਪੰਥ ਦੇ ਭਲੇ ਵਾਲੇ ਤਾਂ ਹੈ ਨਹੀਂ ਗੇ, ਜਾਂ ਇਹ ਬੱਚੀਆਂ ਦੇ ਇੰਨੇ ਭਲੇ ਵਾਲੇ ਨਹੀਂ ਹੈਗੇ ਕਿ ਇਹ ਨੰਨੀ ਸ਼ਾਂ ਨੂੰ ਪ੍ਰਮੋਟ ਕਿਸੇ ਨਿਸਵਾਰਥ ਕਾਰਨ ਕਰਕੇ, ਇਹਨਾਂ ਦਾ ਕਾਰਨ ਹੋਊਗਾ ਕੋਈ। ਤਾਂ ਮੈਨੂੰ ਉਸ ਬਜ਼ੁਰਗ ਨੇ ਬੜਾ ਸੋਹਣਾ ਜਵਾਬ ਦਿੱਤਾ, ਮੈਨੂੰ ਕਹਿੰਦੇ ਬਾਦਲ ਜਦੋਂ ਸਿਆਸਤ ਵਿੱਚ ਆਇਆ ਤਾਂ ਇਹਦੀ ਕਿਤੇ ਦਾਲ ਨਹੀਂ ਸੀ ਗੱਲ ਦੀ, ਕਿਉਂ? ਕਿਉਂਕਿ ਮਾਝੇ ਦੇ ਵਿੱਚ ਕੈਰੋਂ ਪਰਿਵਾਰ ਬੜਾ ਧਾਕੜ ਪਰਿਵਾਰ ਬੈਠਾ ਸੀ, ਪ੍ਰਤਾਪ ਸਿੰਘ ਕੈਰੋਂ ਦਾ ਪਰਿਵਾਰ ਜਿਹੜਾ ਸਿਆਸਤ ਦੇ ਵਿੱਚ ਬੜਾ ਡੂੰਘਾ ਬੈਠਾ ਸੀ। ਅਤੇ ਦੂਸਰੇ ਬੰਨੇ ਮਜੀਠੇ ਦੇ ਵਿੱਚ ਮਜੀਠਾ ਪਰਿਵਾਰ ਜਿਹੜਾ ਸੀ, ਅੱਜ ਤਾਂ ਉਹ ਅਗਲਾ ਪਰਿਵਾਰ ਜਿਹੜਾ ਵਾ ਉਹ ਬਹੁਤ ਗੰਦਿਆਂ ਦਾ ਆ ਗਿਆ, ਪਰ ਜਿਹੜਾ ਮਜੀਠਾ ਪਰਿਵਾਰ ਸੀਗਾ ਉਸ ਪਰਿਵਾਰ ਦੇ ਵਿੱਚ ਉਹਨਾਂ ਨੇ ਵੀ ਆਪਦੀ ਪੋਲੀਟੀਕਲੀ ਆਪਦੇ ਚੰਗੇ ਪੈਰ ਜਮਾਏ ਹੋਏ ਸੀ। ਅਤੇ ਬਾਦਲ ਨੇ ਨੰਨੀ ਸ਼ਾਂ ਦਾ ਸੌਦਾ ਕੀਤਾ, ਇੱਕ ਥਾਂ 'ਤੇ ਨੰਨੀ ਸ਼ਾਂ ਦੇ ਦਿੱਤੀ, ਇੱਕ ਥਾਂ ਤੋਂ ਨੰਨੀ ਸ਼ਾਂ ਲੈ ਲਈ। ਅਤੇ ਜੇ ਨੰਨੀ ਸ਼ਾਂ ਦੀ ਸਿਰ 'ਤੇ ਉਹਦੀ ਸਿਆਸਤ ਕਾਇਮ ਆ ਤਾਂ ਫਿਰ ਨੰਨੀ ਸ਼ਾਂ ਨੂੰ ਪ੍ਰਮੋਟ ਕਿਉਂ ਨਾ ਕਰੇ। ਸੋ ਅਸੀਂ ਇਕੱਲੇ ਨੰਨੀ ਜਿਨ੍ਹਾਂ ਨੇ ਕੁੜੀ ਦਾ ਕੁੜੀ ਮਾਰਨਾ ਸਮਝੌਤਾ ਨਹੀਂ ਕਰਨਾ, ਉਹ ਤਾਂ ਦੂਰ ਦੀ ਗੱਲ ਆ, ਜਿਨ੍ਹਾਂ ਨੇ ਸੌਦੇ ਕਰਕੇ ਆਪਣੀਆਂ ਸਿਆਸਤਾਂ ਕਾਇਮ ਕੀਤੀਆਂ ਉਹਨਾਂ ਨੇ ਤਾਂ ਚਾਰ ਚਾਰ ਪੰਜ ਪੰਜ ਵਾਰ ਇੱਥੇ ਕੁਰਸੀਆਂ ਹੰਢਾ ਲਈਆਂ। ਅਸੀਂ ਹੁਣ ਫਿਰ ਵੀ ਜੇ ਉੱਠੇ ਹਾਂ ਤਾਂ ਕਹਿੰਦੇ ਹੁੰਦੇ ਪੰਜਾਬੀ ਦੇ ਵਿੱਚ, ਡੁੱਲਿਆਂ ਬਿਨਾਂ ਦਾ ਕੁਛ ਨਹੀਂ ਵਿਗੜਿਆ, ਅੱਜ ਵੀ ਜੇ ਹੰਭਲਾ ਮਰ ਗਏ ਤਾਂ ਅਸੀਂ ਕੁਛ ਕਰ ਸਕਦੇ ਹਾਂ। ਵੈਸੇ ਮੈਂ ਆਪਣੇ ਇਹਨਾਂ ਲਫ਼ਜ਼ਾਂ ਲਈ ਮਾਫ਼ੀ ਮੰਗਦਾ, ਕਿਉਂਕਿ ਸਿਆਸਤ ਦਾ ਇਸ ਮੰਚ ਨਾਲ ਕੋਈ ਲਿੰਕ ਨਹੀਂ ਆ। ਮੈਂ ਅੱਗੇ ਬੇਨਤੀ ਕਰਦਾ ਵਾਂ ਵੀਰ ਦਵਿੰਦਰ ਸਿੰਘ ਜੀ ਸੇਖੋਂ, ਯੂਥ ਫਾਰ ਪੰਜਾਬ ਤੋਂ, ਉਹ ਵੀਰ ਜੀ ਸਾਡੇ ਵਿੱਚ ਆਏ ਨੇ, ਸਭ ਤੋਂ ਪਹਿਲਾਂ ਤਾਂ ਉਹ ਆਪਣੇ ਯੂਥ ਫਾਰ ਪੰਜਾਬ ਬਾਰੇ ਦੱਸਣਗੇ, ਉਸ ਤੋਂ ਮਗਰੋਂ ਉਹ ਬੀਬੀ ਜੀ ਖਾਲੜਾ ਨੂੰ ਆਪਣੀ ਹਮਾਇਤ ਦੇਣਗੇ। ਸਾਰਿਆਂ ਦਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਛੋਟਾ ਵੀਰ ਪਹਿਲਾਂ ਜਿਵੇਂ ਸਟੂਡੈਂਟ ਔਰਗਨਾਈਜੇਸ਼ਨ ਬਾਰੇ ਦੱਸ ਕੇ ਗਿਆ ਅਤੇ ਮਨ ਨੂੰ ਬੜਾ ਸਕੂਨ ਪੈਦਾ ਹੋਇਆ ਵੀ ਸਾਡੀ ਨਵੀਂ ਪੀੜ੍ਹੀ ਇੱਧਰ ਜੁੜ ਰਹੀ ਆ। ਅਤੇ ਜਥੇਬੰਦੀ ਸਾਡੀ ਦਾ ਨਾਂ ਸੀਗਾ ਜੀ ਸਿੱਖਸ ਫੋਰ ਪੰਜਾਬ, ਛੋਟੇ ਵੀਰ ਨੇ ਯੂਥ ਫੋਰ ਪੰਜਾਬ ਲਿਖਤਾ, ਕਿਉਂਕਿ ਹੁਣ ਯੂਥ ਤਾਂ ਮੈਂ ਆਉਂਦਾ ਨਹੀਂ ਹੈਗਾ। ਅਤੇ ਅੱਜ ਜੋ ਗੱਲ ਕਰ ਰਹੇ ਹਾਂ ਆਪਾਂ, ਜਸਵੰਤ ਸਿੰਘ ਖਾਲੜਾ ਜੀ ਦੀ ਧਰਮ ਪਤਨੀ ਇਲੈਕਸ਼ਨ ਲੜ ਰਹੇ ਆ, ਤੁਸੀਂ ਸਾਰੇ ਪੰਥਕ ਸਰਕਲਾਂ 'ਚ ਵਿਚਰਦੇ ਹੋ, ਪੰਥ ਦਾ ਦਰਦ ਰੱਖਦੇ ਹੋ, ਜਸਵੰਤ ਸਿੰਘ ਖਾਲੜਾ ਜੀ ਬਾਰੇ ਤਾਂ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਹੈ, ਪਤਾ ਹੈ। ਤਾਂ ਮੈਂ ਇੱਥੇ ਇੱਕ ਨਾ ਬੀਬੀ ਜੀ ਦੀ ਬਾਰੇ ਜਾਣਕਾਰੀ ਦੇਣਾ ਚਾਹੁੰਦਾ, ਬੀਬੀ ਜੀ ਸਾਨੂੰ ਉਹਨਾਂ ਦੀ ਉਪਲਬਧੀਆਂ ਬਾਰੇ। ਪੰਥਕ ਸਟੇਜ ਆ, ਵੈਸੇ ਮੈਂ ਇੱਕ ਪੰਜਾਬੀ ਦੇ ਸ਼ਾਇਰ ਦੀ ਇੱਕ ਕੁਏਟ ਕਰਨ ਲੱਗਾ, ਕਿਉਂ ਕਰਨ ਲੱਗਾ ਮੈਂ ਤੁਹਾਨੂੰ ਕੁਏਟ ਕਰਕੇ ਬਾਅਦ 'ਚ ਦੱਸਦਾ। ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ, ਆਖੋ ਇਹਨਾਂ ਨੂੰ ਉਜੜੇ ਘਰੀਂ ਜਾਣ, ਹੁਣ ਇਹ ਕਦੋਂ ਤੀਕ ਇੱਥੇ ਖੜ੍ਹੇ ਰਹਿਣਗੇ। ਸੁਰਜੀਤ ਪਾਤਰ, ਜਿਸ ਨੂੰ ਮੈਂ ਕ੍ਰਾਂਤੀਕਾਰੀ ਕਵੀ ਤਾਂ ਨਹੀਂ ਮੰਨਦਾ, ਸਟੇਟ ਦਾ ਕਵੀ ਆ, ਉਹ ਵੀ ਆਪਣੀਆਂ ਅਦਾਲਤਾਂ ਬਾਰੇ ਇਹ ਕਹਿ ਗਿਆ ਕਿ ਇੱਥੋਂ ਕਿਸੇ ਨੂੰ ਨਿਆਂ ਨਹੀਂ ਮਿਲ ਸਕਦਾ। ਅਤੇ ਜਦੋਂ ਭਾਈ ਸਾਹਿਬ ਦੀ ਸ਼ਹਾਦਤ ਹੋ ਗਈ ਆ, ਸ਼ਹਾਦਤ ਤੋਂ ਬਾਅਦ ਬੀਬੀ ਜੀ ਨੇ ਉਹ ਕੇਸ ਲੜੇ ਆ। ਮੈਂ ਪੇਂਡੂ ਪਰਿਵਾਰ 'ਚੋਂ ਆਉਣਾ, ਮੈਨੂੰ ਪਤਾ ਕੀ ਦਿੱਕਤਾਂ ਆਉਂਦੀਆਂ ਔਰਤ ਨੂੰ। ਪਹਿਲਾਂ ਤਾਂ ਆਪਣਾ ਆਸਾ ਪਾਸਾ ਹੀ ਇਹ ਕਹਿਣ ਲੱਗ ਜਾਂਦਾ ਵੀ ਘਰ ਦਾ ਮੋਢੀ ਤਾਂ ਚਲਾ ਗਿਆ ਯਾਰ, ਤੂੰ ਬੱਚੇ ਪਾਲ ਵੀ ਨਾਲ। ਆਂਢ ਗੁਆਂਢ ਦੇ ਸਾਰੇ ਇਹ ਕਹਿੰਦੇ ਆ ਕਿ ਤੁਸੀਂ ਬੱਚੇ ਪਾਲੋ, ਕਾਹਦੇ ਵਾਸਤੇ ਤੁਸੀਂ ਸਰਕਾਰ ਨਾਲ ਮੱਥਾ ਲਾਉਣਾ ਹੈ। ਅਤੇ ਇੱਥੇ ਇਕੱਲੇ ਆਂਢੀ ਗੁਆਂਢੀ ਵੀ ਨਹੀਂ ਸੀ, ਜਿਹੜੀ ਅਕਾਲੀ ਦਲ ਦੇ ਜਨਰਲ ਸਕੱਤਰ ਸੀਗੇ ਭਾਈ ਸਾਹਿਬ ਹੋਣੀ, ਉਹਨਾਂ ਦੀ ਜਿਹੜੀ ਪਾਰਟੀ ਸੀ ਅਕਾਲੀ ਦਲ, ਉਹਦਾ ਮੁਖੀ ਬਾਦਲ, ਉਹ ਬੀਬੀ ਜੀ ਨੂੰ ਕਹਿੰਦਾ ਸੀ ਕਿ ਤੁਸੀਂ ਬੀਬੀ ਕਰਜ਼ਾ ਦੇ ਦਿੰਦੇ ਹਾਂ ਤੁਹਾਨੂੰ, ਕਰਜ਼ਾ ਚੱਕ ਕੇ ਬੱਚੇ ਪਾਲੋ, ਤੁਹਾਨੂੰ ਕਿਤੇ ਚੇਅਰਮੈਨ ਹੀ ਦੇ ਦਿੰਦੇ ਹਾਂ, ਪਰ ਤੁਸੀਂ ਪੁਲਿਸ ਦੇ ਉਲਟ ਕੇਸ ਨਾ ਲੜੋ। ਅਤੇ ਮੈਂ ਸਿਜਦਾ ਕਰਦਾ ਬੀਬੀ ਜੀ ਨੂੰ ਕਿ ਉਹਨਾਂ ਨੇ ਕਿੰਨੇ ਸਿਰੜ ਨਾਲ ਉਹਨਾਂ ਅਦਾਲਤਾਂ 'ਚ ਜਿਹੜੀ ਸਟੇਟ ਨੇ ਉਹਨਾਂ ਨਾਲ ਧੱਕਾ ਕੀਤਾ ਉਹਦੇ ਨਾਲ ਲੜੇ, ਉਸੇ ਸਿਸਟਮ ਦੇ ਵਿੱਚੋਂ ਨਿਆਂ ਲਿਆ ਅਤੇ ਅੱਜ 5-6 ਪੁਲਿਸ ਵਾਲਿਆਂ ਨੂੰ ਸਜ਼ਾ ਦਵਾਈਆਂ, ਅਤੇ ਉਹਨਾਂ ਦੀ ਜਿਹੜੀ ਔਰਗਨਾਈਜੇਸ਼ਨ ਆ ਉਹ ਅਜੇ ਵੀ ਚੱਲ ਰਹੀ ਆ, ਅੱਗੇ ਕੰਮ ਕਰ ਰਹੀ ਆ। ਸੋ ਮੈਂ ਸੋਚਦਾ ਕਿ ਅਸੀਂ ਜਿਵੇਂ ਅੱਜ ਜਦੋਂ ਵਿਚਰਦੇ ਹਾਂ, ਸਾਡੀਆਂ ਔਰਗਨਾਈਜੇਸ਼ਨ ਬਹੁਤ ਆ ਅਤੇ ਸਾਰਿਆਂ ਦਾ ਇਹ ਹੁੰਦਾ ਵੀ ਅਰਦਾਸ ਕਰਦੇ ਹਾਂ ਵੀ ਕੋਈ ਲੀਡਰ ਭੇਜ, ਸਾਨੂੰ ਲੀਡਰ ਨਹੀਂ ਮਿਲ ਰਿਹਾ, ਅਤੇ ਅੱਜ ਸਾਨੂੰ ਉਹ ਲੀਡਰ ਇੱਕ ਮਿਲਿਆ। ਬੀਬੀ ਜੀ ਦੇ ਤੌਰ 'ਤੇ ਉਹ ਇੱਕ ਲੀਡਰ ਸਾਹਮਣੇ ਉੱਭਰ ਕੇ ਆਏ ਆ, ਸਿਰੜ ਵਾਲੇ ਵੀ ਆ, ਡੋਲਣ ਵਾਲੇ ਵੀ ਨਹੀਂ। ਅਤੇ ਹੁਣ ਆਪਣਾ ਫਰਜ਼ ਬਣਦਾ ਕਿ ਆਪਾਂ ਸਾਥ ਦੇਣਾ, ਤੁਸੀਂ ਸਾਰਿਆਂ ਨੇ ਆ ਕੇ ਸਾਥ ਦਿੱਤਾ, ਬੜੀ ਖੁਸ਼ੀ ਦੀ ਗੱਲ ਆ।
ਪਰ ਮੈਂ ਕਾਫੀ ਦਿਨਾਂ ਤੋਂ ਇੱਥੇ ਵਿਚਰ ਰਿਹਾ ਨਾਲ ਹਲਕੇ ਦੇ ਵਿੱਚ। ਜੋ ਮੈਨੂੰ ਕਮੀ ਲੱਗ ਰਹੀ ਆ ਉਹ ਇਹ ਆ ਕਿ ਸਾਡੇ ਕੋਲ ਵਰਕਰ ਦੀ ਬਹੁਤ ਕਮੀ ਆ, ਫੁੱਟ ਸੋਲਜਰ ਦੀ ਵੀ ਕਮੀ ਆ। ਮਾਂਜੀ ਸਾਹਿਬ ਹੋਣਾਂ ਨਾਲ ਵੀ ਮੈਂ ਪਹਿਲਾਂ ਡਿਸਕਸ ਕੀਤਾ ਸੀ ਕਿ ਸਾਨੂੰ ਜਿਹੜਾ ਸਾਡੀ ਗੱਲ ਆ ਇਲੈਕਸ਼ਨ ਦੇ ਵਿੱਚ ਗੱਲ ਲੋਕਾਂ ਤਾਈਂ ਪਹੁੰਚਾਉਣੀ ਬੜੀ ਜ਼ਰੂਰੀ ਹੁੰਦੀ ਹੈ, ਚੋਣ ਨਿਸ਼ਾਨ ਪਹੁੰਚਾਉਣਾ, ਉਦੋਂ ਬਾਅਦ ਬੂਥ 'ਤੇ ਬੰਦੇ ਬਿਠਾਉਣੇ ਹੁੰਦੇ ਆ, ਉਹ ਵੀ ਜ਼ਰੂਰੀ ਆ। ਸੋ ਮੈਨੂੰ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਇੱਥੇ ਸਮਰਥਨ ਦੇ ਨਾਲ ਨਾਲ ਜਾਂ ਤਾਂ ਮੈਂ ਹੀ ਇੱਥੇ ਬੈਠ ਜਾਂਦਾ ਜੀ ਕਾਪੀ ਪੈਨ ਲੈ ਕੇ, ਜਿੰਨੇ ਆਪਣੀਆਂ ਔਰਗਨਾਈਜੇਸ਼ਨ ਆਪਦਾ ਨਾਂ ਅਤੇ ਕਿੰਨੇ ਬੰਦੇ ਕਮਿਟ ਕਰ ਸਕਦੇ ਆ, ਕਿਉਂਕਿ ਅੱਜ 11 ਤਰੀਕ ਹੋ ਗਈ ਆ ਜੀ, 17 ਤਰੀਕ ਤੱਕ ਪ੍ਰਚਾਰ ਚੱਲਣਾ ਹੈ, 4-5 ਦਿਨ ਵਾਸਤੇ ਆਪਾਂ ਨੂੰ ਉਹ ਜਿੰਨੇ ਬੰਦੇ ਕਮਿਟ ਕਰ ਸਕਦੇ ਹੋ ਮੈਨੂੰ ਦਿਸ ਦੇ ਦਿਓ, ਅਸੀਂ ਉਹ ਅੱਡ ਅੱਡ ਹਲਕਿਆਂ 'ਚ ਡਿਊਟੀਆਂ ਲਾਈਏ ਤਾਂ ਕਿ ਆਪਾਂ ਨੂੰ ਪ੍ਰਚਾਰ ਨੂੰ ਹੋਰ ਤੇਜ਼ ਕਰ ਸਕੀਏ। ਕੁਛ ਮੈਂ ਜਥੇਬੰਦੀਆਂ ਹੈਗੇ ਪੁਰਾਣੀਆਂ ਆਪਣੇ ਜਿਹੜੇ ਧੜੇ ਹੈਗੇ ਉਹਨਾਂ ਥੋੜ੍ਹੇ ਜਿਹੇ ਕਿੰਤੂ ਪਰੰਤੂ ਵੀ ਆ, ਉਹ ਜਿਹੜੇ ਹੈਗੇ ਉਹ ਆਪਾਂ ਬਾਅਦ 'ਚ, ਮੈਂ ਨਾ ਵੀ ਆਪਾਂ ਇੱਕ ਵਾਰੀ ਬੀਬੀ ਜੀ ਨੂੰ ਜਿਤਾਈਏ ਅਤੇ ਉਹ ਬਾਅਦ 'ਚ ਸੌਰਟ ਆਊਟ ਹੁੰਦੇ ਰਹਿਣਗੇ। ਸੋ ਇੰਨੀ ਬੇਨਤੀ ਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਮੈਂ ਮਾਫ਼ੀ ਮੰਗਦਾ ਵੀਰ ਜੀ ਨੇ ਜਿਵੇਂ ਦੱਸਿਆ ਕਿ ਸਿੱਖ ਫਾਰ ਪੰਜਾਬ ਸੀ, ਪਰ ਮੇਰੇ ਕੋਲ ਜੋ ਲਿਖ ਕੇ ਆਇਆ ਉਹ ਯੂਥ ਫਾਰ ਪੰਜਾਬ ਸੀ। ਮੈਂ ਆਪਣੇ ਲਫਜ਼ਾਂ ਲਈ ਮਾਫ਼ੀ ਮੰਗਦਾ ਵੀਰ ਜੀ, ਸਿੱਖੋਂ ਸਾਹਿਬ ਮੈਨੂੰ ਮਾਫ਼ ਕਰਿਓ, ਅਤੇ ਅੱਗੇ ਤੋਂ ਮੈਂ ਨੋਟ ਕਰ ਲਿਆ ਜੀ, ਸਿੱਖ ਫਾਰ ਪੰਜਾਬ ਹੀ ਆਖਿਆ ਕਰਾਂਗਾ। ਬਹੁਤ ਸੋਹਣਾ ਇਹਨਾਂ ਨੇ ਜਿਹੜੀਆਂ 4 ਲਾਈਨਾਂ ਬੋਲੀਆਂ ਮੈਨੂੰ ਯਾਦ ਆਈਆਂ, ਕਹਿੰਦੇ ਕਿ ਹਮੇਂ ਵੀ ਯਾਦ ਰੱਖੇ ਜਬ ਲਿਖੇ ਤਾਰੀਖ ਗੁਲਸ਼ਨ ਕੀ, ਕਿ ਹਮਨੇ ਵੀ ਲੁਟਾਇਆ ਹੈ ਚਮਨ ਮੇਂ ਆਸ਼ੀਆਂ ਆਪਣਾ। ਉਹ ਪਤੰਗਾ ਜਿਹੜਾ ਸ਼ਮਾਂ ਦੇ ਉੱਤੇ ਵੇਖ ਕੇ, ਉਹਨੂੰ ਪਤਾ ਸੀ ਜਦੋਂ ਉਹਨੂੰ UNO ਨੇ ਆਖਿਆ ਕਿ ਵਾਪਸ ਨਾ ਜਾ, ਤੈਨੂੰ ਉਹਨਾਂ ਮਾਰ ਦੇਣਾ ਵਾ, ਬਟ ਉਹ ਫਿਰ ਵਾਪਸ ਆਇਆ। ਕਿਹਨਾਂ ਲਈ ਆਇਆ? ਆਪਣੇ ਲਈ ਆਇਆ। ਜਿਵੇਂ ਵੀਰ ਪਰਮਵੀਰ ਨੇ ਆਖਿਆ ਕਿ ਮੇਰਾ ਜਨਮ ਵੀ 84 ਤੋਂ ਬਾਅਦ ਦਾ ਵਾ, ਪਰ ਮੇਰੇ ਰੋਮ ਰੋਮ ਦੇ ਵਿੱਚ ਅੱਜ ਵੀ ਉਹ ਦਗਰਦ ਭਰਿਆ ਆ। ਪਰ ਮੈਂ ਇੱਕ ਗੱਲ ਆਉਂਦਾ ਵਾਂ ਕਿ ਜੇ 84 ਤੋਂ ਬਾਅਦ 93 ਦੇ ਵਿੱਚ ਜਸਵੰਤ ਸਿੰਘ ਖਲੜਾ ਸ਼ਹਾਦਤ ਨਾ ਦਿੰਦਾ ਤਾਂ ਸ਼ਾਇਦ ਅੱਜ ਸਾਡੇ ਨੌਜਵਾਨ ਪੀੜ੍ਹੀ ਬੱਚੀ ਨਹੀਂ ਸੀ ਹੋਣੀ, ਕਿਉਂਕਿ ਜੇ ਗਿਣਤੀ 25,000 ਤੱਕ ਗਈ ਸੀ ਤਾਂ ਇਹ 2.5 ਲੱਖ ਤੱਕ ਵੀ ਜਾ ਸਕਦੀ ਸੀ, 25 ਲੱਖ ਤੱਕ ਵੀ ਜਾ ਸਕਦੀ ਸੀ। ਉਹਨੂੰ ਬੰਨ ਲੱਗਾ, ਉਹ ਬੰਨ ਸਰਦਾਰ ਜਸਵੰਤ ਸਿੰਘ ਖਲੜਾ ਸੀ। ਠੀਕ ਹੈ, ਇਸ ਤੋਂ ਅੱਗੇ ਮੈਂ ਹੁਣ ਦੁਬਾਰਾ ਅਗਲੀ ਬੇਨਤੀ ਕਰਦਾ ਵਾਂ। ਅਦਾਰਾ ਦੇਸ਼ ਪੰਜਾਬ ਤੋਂ ਸੰਪਾਦਕ ਸਾਡੇ ਵਿੱਚ ਆਏ ਹੋਏ ਨੇ ਸਰਦਾਰ ਗੁਰਭਜਨ ਸਿੰਘ ਜੀ, ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਆਪਣੇ 4 ਲਫ਼ਜ਼ ਜਿਹੜੇ ਆ ਉਹ ਸਾਡੇ ਨਾਲ ਸਾਂਝੇ ਕਰਨਗੇ। ਅਦਾਰਾ ਦੇਸ਼ ਪੰਜਾਬ ਸੰਪਾਦਕ, ਇਹਨਾਂ ਤੋਂ ਬਾਅਦ ਵਿੱਚ ਕੇਂਦਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਸਰਦਾਰ ਖੁਸ਼ਹਾਲ ਸਿੰਘ ਜੀ, ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਅੱਗੇ, ਇਹਨਾਂ ਤੋਂ ਬਾਅਦ ਉਹਨਾਂ ਨੂੰ ਬੁਲਾਇਆ ਜਾਵੇਗਾ। ਸੋ ਨੇੜੇ ਆ ਜਾਣ, ਕਿਉਂਕਿ ਪ੍ਰੋਗਰਾਮ ਲਾਈਵ ਚੱਲ ਰਿਹਾ ਅਤੇ ਲਾਈਵ ਦਾ ਥੋੜ੍ਹਾ ਜਿਹਾ ਇਹ ਧਿਆਨ ਰੱਖਣਾ ਪੈਂਦਾ ਕਿ ਕੰਟੀਨਿਊਟੀ ਦੇ ਵਿੱਚ ਪ੍ਰੋਗਰਾਮ ਚੱਲੀ ਜਾਵੇ, ਅਤੇ ਬੇਨਤੀ ਹੋਏਗੀ ਕਿ ਵੈਸੇ ਮੈਨੂੰ ਫੋਨ ਵੀ ਆ ਗਿਆ ਕਿ ਬੀਬੀ ਪਰਮਜੀਤ ਕੌਰ ਖਾਲੜਾ ਵੀ ਥੋੜ੍ਹੇ ਕੁ ਚਿਰ 'ਚ ਸਾਡੇ ਵਿੱਚ ਆ ਰਹੇ ਨੇ, ਅਤੇ ਮੈਂ ਵੀਰ ਜੀ ਨੂੰ ਬੇਨਤੀ ਕਰਦਾ ਇਹ ਤੁਹਾਡੇ ਨਾਲ ਆਪਣੇ ਲਫ਼ਜ਼ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਇੱਕ ਬਹੁਤ ਅਹਿਮ ਸ਼ੁਰੂਆਤ ਕਰਨ ਲਈ ਇਕੱਠੇ ਹੋਏ ਹਾਂ। ਕਈ ਵਾਰੀ ਕਈ ਫੈਸਲੇ ਜਾਂ ਕਈ ਬਹੁਤ ਵੱਡੇ ਮਸਲੇ ਉਹ ਬਹੁਤ ਵੱਡੀ ਗਿਣਤੀ ਤੋਂ ਸ਼ੁਰੂ ਨਹੀਂ ਹੁੰਦੇ, ਉਹ ਬਹੁਤ ਛੋਟੀ ਜਿਹੀ ਗਿਣਤੀ ਤੋਂ ਸ਼ੁਰੂ ਹੁੰਦੇ ਨੇ ਜਿਹੜੇ। ਔਰ ਅੱਜ ਅਸੀਂ ਇੱਥੇ ਇੱਕ ਜਿਹੜੇ ਵੀ ਵੀਰ ਆਏ ਹਾਂ ਜਾਂ ਜਿਹੜੇ ਸਾਡੇ ਨੌਜਵਾਨ ਆਏ ਨੇ, ਇੱਕ ਇਹ ਗੱਲ ਮਨ 'ਚ ਲੈ ਕੇ ਜਾਣੀ ਚਾਹੀਦੀ ਹੈ ਵੀ ਅਸੀਂ ਇੱਕ ਨਵੀਂ ਰਾਜਨੀਤੀ ਦੀ ਸ਼ੁਰੂਆਤ ਕਰਨ ਆਏ ਹਾਂ। ਇੱਥੇ ਕੋਈ ਗੱਲ ਦੁਹਰਾਉਣ ਦੀ ਲੋੜ ਨਹੀਂ ਬਾਰ ਬਾਰ ਆਪਾਂ ਨੂੰ ਵੀ ਸਾਰੀ ਸਾਡੀ ਜਿਹੜੀ ਰਾਜਨੀਤੀ ਹੈ ਸਿੱਖ ਰਾਜਨੀਤੀ ਜਾਂ ਸਿੱਖ ਤੋਂ ਵੀ ਅੱਗੇ ਪੰਜਾਬ ਦੀ ਜਿਹੜੀ ਰਾਜਨੀਤੀ ਹੈ ਉਹ ਅਗਵਾ ਕਰ ਲਈ ਗਈ ਹੈ ਕੁਝ ਠੱਗਾਂ ਵੱਲੋਂ, ਕੁਝ ਧਨਾਡਾਂ ਵੱਲੋਂ, ਕੁਝ ਬੇਈਮਾਨ ਲੋਕਾਂ ਵੱਲੋਂ। ਔਰ ਇਸ ਵਕਤ ਜਿਹੜੀ ਸਾਡੀ ਨਿਰਾਸ਼ਾ ਕਿੱਥੋਂ ਨਿਕਲਦੀ ਹੈ? ਹੁਣ ਆਪਣੇ ਸਾਡੇ ਗੁਰੂ ਤੇਗ ਬਹਾਦਰ ਨਗਰ ਦੇ ਨੌਵੀਂ ਪਾਤਸ਼ਾਹੀ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਗੱਲ ਕਰ ਰਹੇ ਸੀ, ਗਾਭਾ ਜੀ, ਵੀ ਯਾਰ ਬੜੀ ਕੰਮ ਕੀਤਾ ਪਰ ਨਿਕਲਿਆ ਕੁਛ ਨਹੀਂ, ਕੋਈ ਕੌਮ ਨੇ ਪ੍ਰਾਪਤੀ ਨਹੀਂ ਕੀਤੀ।
ਔਰ ਇਹ ਜਿਹੜੇ ਸਾਡੇ ਮਨਾਂ 'ਚ ਸਵਾਲ ਆਉਂਦੇ ਨੇ ਵੀ ਕੌਮ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ, ਇੰਨੀ ਖੂਨ ਡੋਲਿਆ ਪਰ ਕੋਈ ਪ੍ਰਾਪਤੀ ਨਹੀਂ ਕੀਤੀ, ਇਹਦਾ ਕਾਰਨ ਸਿਰਫ ਇੱਕੋ ਹੀ ਹੈ ਵੀ ਸਾਡੇ ਕੋਲ ਸਿੱਖ ਰਾਜਨੀਤੀ ਨਹੀਂ ਹੈ, ਸਾਡੇ ਕੋਲ ਕੋਈ ਸਿੱਖ ਰਾਜਨੀਤਿਕ ਤਾਕਤ ਨਹੀਂ ਹੈ। ਔਰ ਜਿੰਨਾ ਚਿਰ ਸਿੱਖ ਆਪਣੀ ਰਾਜਨੀਤਿਕ ਤਾਕਤ ਨਹੀਂ ਬਣਾਉਂਦੇ, ਨਹੀਂ ਵਿਖਾਉਂਦੇ, ਜਥੇਬੰਦ ਨਹੀਂ ਹੁੰਦੇ, ਉਹ ਜੋ ਮਰਜ਼ੀ ਕਰਦੇ ਰਹਿਣ, ਉਹਦੀ ਕੋਈ ਕੀਮਤ ਨਹੀਂ ਪੈਣੀ। ਹੁਣ ਇੱਕ ਲਗਾਤਾਰ ਜਦੋਂ ਤੋਂ ਅਸੀਂ ਜੂਨ 84 ਤੋਂ ਬਾਅਦ ਲਗਾਤਾਰ ਨਿਕਲੇ ਹਾਂ, ਜਿਨ੍ਹਾਂ ਨੇ ਹੰਢਾਇਆ ਸਿੱਖਾਂ ਦੇ ਵਿੱਚ ਫੁੱਟ ਪਾਉਣ ਲਈ ਨਿੱਕੇ ਨਿੱਕੇ ਮਸਲੇ, ਦਸਮ ਗ੍ਰੰਥ ਦਾ ਮਸਲਾ, ਗੁਰੂ ਗ੍ਰੰਥ ਸਾਹਿਬ ਦਾ ਮਸਲਾ, ਰਾਗ ਮਾਲਾ ਦਾ ਮਸਲਾ, ਇਹ ਮਸਲੇ ਸਾਰੇ ਦੇ ਸਾਰੇ ਸਰਕਾਰੀ ਏਜੰਸੀਆਂ ਵੱਲੋਂ ਸਿੱਖਾਂ ਨੂੰ ਗੁੰਮਰਾਹ ਕਰਨ ਲਈ ਲਗਾਤਾਰ ਚਲਾਏ ਜਾਂਦੇ ਨੇ। ਔਰ ਅਸੀਂ ਇਸ ਉਹਨਾਂ ਦੇ ਟਰੈਪ ਦੇ ਵਿੱਚ, ਉਹਨਾਂ ਦੇ ਜੰਜਾਲ ਵਿੱਚ ਫਸੇ ਹੋਏ ਹਾਂ। ਔਰ ਇਸ ਜੰਜਾਲ 'ਚੋਂ ਕਿਵੇਂ ਨਿਕਲਣਾ, ਉਹ ਸਿਰਫ ਸਾਨੂੰ ਰਾਜਨੀਤੀ ਕੱਢ ਸਕਦੀ ਹੈ। ਔਰ ਇੱਥੇ ਬੀਬੀ ਪਰਮਜੀਤ ਕੌਰ ਖਾਲੜਾ ਨੇ ਜਿਹੜੀ ਇਹ ਚੋਣ ਲੜੀ ਹੈ, ਚੋਣ ਸਿਰਫ ਇੱਕੋ ਹੀ ਮੰਤਵ ਨਾਲ, ਇੱਕੋ ਹੀ ਨਿਸ਼ਾਨੇ ਨਾਲ, ਇੱਕੋ ਹੀ ਮਕਸਦ ਹੈ ਵੀ ਇੱਥੋਂ ਇੱਕ ਨਵੀਂ ਰਾਜਨੀਤੀ ਦੀ ਸ਼ੁਰੂਆਤ ਕਰਨੀ ਹੈ, ਜਿਹੜੀ ਆਪਦੀ ਰਾਜਨੀਤੀ ਹੋਵੇ, ਸਿੱਖਾਂ ਦੀ ਰਾਜਨੀਤੀ ਹੋਵੇ। ਔਰ ਇੱਕ ਗੱਲ ਮੇਰੇ ਖਿਆਲ, ਜਿਹਨੇ ਸਿੱਖ ਫਿਲਾਸਫੀ ਨੂੰ ਜਾਣਦੇ ਨੇ ਜਾਂ ਗੁਰਮਤ ਦਾ ਮਾੜਾ ਮੋਟਾ ਵੀ ਗਿਆਨ ਰੱਖਦੇ ਨੇ, ਉਹਨਾਂ ਨੂੰ ਇਸ ਗੱਲ 'ਤੇ ਕੋਈ ਟਕਰਾਅ ਨਹੀਂ ਹੈ। ਪੰਜਾਬ ਦੀ ਰਾਜਨੀਤੀ ਸਿੱਖ ਰਾਜਨੀਤੀ ਹੈ, ਸਿੱਖ ਰਾਜਨੀਤੀ ਤੋਂ ਬਿਨਾਂ ਹੋਰ ਕੋਈ ਪੰਜਾਬ ਦੀ ਰਾਜਨੀਤੀ ਨਹੀਂ। ਸਿੱਖ ਰਾਜਨੀਤੀ ਦੇ ਵਿੱਚ ਪੰਜਾਬ ਦੇ ਸਾਰੇ ਲੋਕਾਂ ਦੇ ਜਿਹੜੇ ਹਿੱਤ ਨੇ ਉਹ ਸਮੋਏ ਹੋਏ ਨੇ, ਉਹ ਉਹਨਾਂ ਦੇ ਵਿੱਚ ਸਿੱਖ ਸ਼ਾਮਿਲ ਨੇ। ਰਾਜਨੀਤਿਕ ਤਾਕਤ ਦਾ ਇੱਕ ਜਲਵਾ ਜਿਹੜਾ ਤੁਸੀਂ ਪਿਛਲੇ ਦਿਨ ਵੇਖਿਆ, ਕੈਨੇਡਾ ਦੇ ਸਿੱਖਾਂ ਨੇ ਵਿਖਾਇਆ ਰਾਜਨੀਤਿਕ ਤਾਕਤ ਕੀ ਹੁੰਦੀ ਹੈ। ਅੱਜ ਜੇ ਅਸੀਂ ਕਹਿ ਲਈਏ ਦਿੱਲੀ ਦੇ ਹਾਕਮ ਹੁਕਮਰਾਨ ਵੈਸ਼ੀ ਜ਼ਾਲਮ ਕੁੱਤੇ ਬਿੱਲੇ ਜੋ ਇਹਨਾਂ ਨੂੰ ਕਹਿ ਲਈਏ, ਉਹ ਗੁਰੂ ਸਾਹਿਬ ਨੇ ਸਾਨੂੰ ਫਰਮਾਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਰਾਜੇ ਸ਼ੀ ਮੁਕੱਦਮ ਕੁੱਤੇ, ਇਹ ਕੁੱਤੇ ਹੀ ਨੇ ਸਾਰੇ, ਇਹਨਾਂ ਦੇ ਜਿਹੜੇ ਸਾਰੇ ਅਹਿਲਕਾਰ ਨੇ ਕੁੱਤੇ ਨੇ। ਕੁੱਤਿਆਂ ਵਾਂਗੂ ਆਪਾਂ ਅਸੀਂ ਵੇਖਦੇ ਹਾਂ ਕਿੰਨੇ ਰਿਸ਼ਵਤਖੋਰ, ਚੋਰ, ਗਰੀਬਾਂ ਦਾ ਖੂਨ ਚੂਸਣ ਵਾਲੇ, ਇਹਨਾਂ ਦੇ ਵਿੱਚ ਸਾਰੇ ਹੀ ਉਹੋ ਹੀ ਅਹਿਲਕਾਰ ਨੇ ਜਿਹੜੇ ਗੁਰੂ ਸਾਹਿਬ ਨੇ ਆਪਣੇ ਵੇਲੇ ਕਹੇ ਸਨ। ਪਰ ਅੱਜ ਦੀ ਹਾਲਤ ਵਿੱਚ ਰਾਜਨੀਤਿਕ ਤਾਕਤ ਜਿਹੜੀ ਵਿਖਾਈ ਉਹਨਾਂ ਨੇ ਸਿੱਖਾਂ ਨੇ, ਕੈਨੇਡਾ ਦੇ ਸਿੱਖਾਂ ਨੇ, ਕੈਨੇਡਾ ਦੇ ਜਿਹੜਾ ਉਹਨਾਂ ਦਾ ਸਿਕਿਉਰਿਟੀ ਡਾਕੂਮੈਂਟ ਹੈ, ਦਸਤਾਵੇਜ਼ ਹੈ, ਉਹਦੇ ਵਿੱਚ ਉਹਨਾਂ ਨੇ ਦੋ ਲਾਈਨਾਂ ਲਿਖ ਦਿੱਤੀਆਂ ਵੀ ਜਿਹੜੇ ਖਾਲਿਸਤਾਨੀ ਦਹਿਸ਼ਤਗਰਦ ਨੇ, ਇਹ ਇਹਨਾਂ ਤੋਂ ਖਤਰਾ ਹੈ ਕੈਨੇਡੀਅਨ ਗੌਰਮੈਂਟ ਨੂੰ। ਜਿਹੜਾ ਇੱਥੇ ਸਾਡੇ ਲਗਾਤਾਰ ਪ੍ਰਚਾਰ ਕੀਤਾ ਜਾਂਦਾ, ਉਹ ਡਾਕੂਮੈਂਟ ਆ ਜਾਂਦੇ ਨੇ ਆਪਣੇ, ਉਹ ਇੱਕ ਅਜੀਤ ਡੋਵਲ ਬਨਵਾਸ਼ ਆਦਮੀ ਜਿਹੜਾ ਮੋਦੀ ਦਾ ਸਿਕਿਉਰਿਟੀ ਗਾਰਡ ਹੈ, ਉਹ ਜੋ ਬਿਹੂਦਾ ਇੱਥੇ ਅਮਰਿੰਦਰ ਸਿੰਘ ਰਾਹੀਂ ਚੱਲਦਾ, ਉਹ ਇੱਕ ਵੱਖਰੀ ਗੱਲ ਹੈ। ਉਸ ਤੋਂ ਸਿੱਖਾਂ ਨੇ, ਵਿਸਾਖੀ ਦਾ ਦਿਨ ਸੀ, ਵਿਸਾਖੀ ਤੋਂ ਦੋ ਦਿਨ ਪਹਿਲਾਂ ਉਹਨਾਂ ਨੇ ਇੱਕ ਅਲਟੀਮੇਟਮ ਦਿੱਤਾ ਪ੍ਰਧਾਨ ਮੰਤਰੀ ਨੂੰ ਵੀ ਜੇ ਤਾਂ ਸ਼ਬਦ ਇਹਦੇ 'ਚ ਰਹਿਣਗੇ ਇਸ ਡਾਕੂਮੈਂਟ ਦੇ ਵਿੱਚ, ਤਾਂ ਅਸੀਂ ਇੱਥੇ ਵਿਸਾਖੀ ਦੀ ਸਟੇਜ 'ਤੇ ਕਿਸੇ ਸਿਆਸਤਦਾਨ ਨੂੰ, ਕਿਸੇ ਪੋਲੀਟੀਸ਼ੀਅਨ ਨੂੰ ਇੱਥੇ ਦਖਲ ਭਾਸ਼ਣ ਨਹੀਂ ਦੇਣ ਦੇਣਾ, ਉਹਨਾਂ ਨੂੰ ਇੱਥੇ ਨਹੀਂ ਆਉਣ ਦੇਣਾ। ਔਰ ਜਿਸ ਕਿਸਮ ਦੇ ਇਸ ਅਲਟੀਮੇਟਮ ਨੇ ਉੱਥੇ ਤਰਥੱਲੀ ਮਚਾਈ, ਤੁਸੀਂ ਸ਼ਾਇਦ, ਚਲੋ ਬਹੁਤੇ ਵੀਰ ਨਹੀਂ ਜਾਣਦੇ ਹੋਣਗੇ ਵੀ ਕੈਨੇਡਾ ਦੇ ਵਿੱਚ ਜਿਹੜੇ ਵਿਸਾਖੀ ਦੇ ਪ੍ਰੋਗਰਾਮ ਹੁੰਦੇ ਨੇ, ਉਹ ਭਾਵੇਂ ਟੋਰਾਂਟੋ ਹੈ, ਕੈਲਗਰੀ ਹੈ ਜਾਂ ਸਰੀ ਹੈ, ਉਹ ਜਿਸ ਕਿਸਮ ਦੇ ਹੁੰਦੇ ਨੇ, ਉੱਥੋਂ ਪ੍ਰਧਾਨ ਮੰਤਰੀ ਤੱਕ ਉੱਥੇ ਦਰਸ਼ਨ ਦੇਣ ਆਉਂਦੇ ਨੇ ਵੀ ਆਪਣੀ ਸ਼ਕਲ ਵਿਖਾਉਣ ਆਉਂਦੇ ਨੇ ਤਾਂ ਕਿ ਸਿੱਖ ਵੋਟ ਮਿਲ ਸਕੇ। ਔਰ ਸਿੱਖ ਵੋਟ ਉੱਥੇ ਜਿਹੜੀ ਇਕੱਠੀ ਹੈ, ਜਿਹੜੀ 20-25 ਹਜ਼ਾਰ, 5-10 ਹਜ਼ਾਰ, ਉਹ ਵੋਟ ਫੈਸਲਾ ਕੁੰਨ ਵੋਟ ਹੁੰਦੀ ਹੈ ਕਿਸੇ ਦੀ ਜਿੱਤ ਹਾਰ ਵਾਸਤੇ। ਔਰ ਤੁਸੀਂ ਯਕੀਨ ਮੰਨੋ, ਇਹ ਜਿਸ ਕਿਸਮ ਦਾ ਸਾਡਾ ਇੰਡੀਅਨ ਤਾਣਾ ਬਾਣਾ, ਐਡੀ ਵੱਡੀ ਸਰਕਾਰ ਜਿਹੜੀ ਆਪਣੇ ਆਪ ਨੂੰ ਕਹਿੰਦੇ ਨੇ, ਇਹ ਹਿੱਲ ਗਏ ਨੇ। ਉਹਨਾਂ ਨੇ ਇੱਕ ਦਿਨ ਪਹਿਲਾਂ ਇਹ ਐਲਾਨ ਕੀਤਾ ਵੀ ਇਹ ਜਿਹੜੇ ਸ਼ਬਦ ਨੇ ਇਹ ਗਲਤੀ ਨਾਲ ਪੈ ਗਏ ਨੇ, ਇਹ ਸ਼ਬਦ ਅਸੀਂ ਇਹਦੇ ਵਿੱਚੋਂ ਕੱਢਦੇ ਹਾਂ ਡਾਕੂਮੈਂਟ ਦੇ ਵਿੱਚੋਂ, ਜਿਹੜਾ ਸਰਕਾਰੀ ਡਾਕੂਮੈਂਟ ਹੈ, ਜਿਹੜਾ ਦਸਤਾਵੇਜ਼ ਹੈ, ਜਿਹੜਾ ਇੱਕ ਕਮੇਟੀ ਨੇ ਬਣਾਇਆ, ਇੱਕ ਪੂਰੀ ਉਹਨਾਂ ਦੀ ਮਿਨਿਸਟਰੀ ਕਮੇਟੀ ਨੇ ਬਣਾਇਆ, ਉਹ ਦੋ ਡਾਕੂਮੈਂਟ, ਦੋ ਸ਼ਬਦ ਉਹਨਾਂ ਨੇ ਉਸ ਡਾਕੂਮੈਂਟ ਵਿੱਚੋਂ ਕਢਾ ਲਏ ਵੀ ਖਾਲਿਸਤਾਨੀ ਦਹਿਸ਼ਤਗਰਦ ਗਲਤੀ ਨਾਲ ਲਿਖਿਆ ਗਿਆ। ਇਹ ਹੈ ਰਾਜਨੀਤਿਕ ਤਾਕਤ ਦਾ ਜਲਵਾ। ਔਰ ਸਾਡੇ ਕੋਲੋਂ ਇਹਨਾਂ ਨੇ ਕੀ ਕੀਤਾ, ਬਦਮਾਸ਼ਾਂ ਨੇ, ਦੋ ਤਿੰਨ ਪਰਿਵਾਰਾਂ ਨੇ ਰਲ ਕੇ ਸਾਡੇ ਕੋਲੋਂ ਸਾਰੀ ਰਾਜਨੀਤਿਕ ਤਾਕਤ ਖੋਹ ਲਈ ਹੈ। ਸਾਡੇ ਕੋਲ ਕੋਈ ਰਾਜਨੀਤਿਕ ਤਾਕਤ ਨਹੀਂ, ਸ਼੍ਰੋਮਣੀ ਕਮੇਟੀ ਉਹਨਾਂ ਦੇ ਕਬਜ਼ੇ 'ਚ ਹੈ, ਅਸੈਂਬਲੀ ਦਾ ਮੈਂਬਰ ਸਾਡਾ ਕੋਈ ਜਿੱਤਣ ਨਹੀਂ ਦਿੰਦੇ,
ਜਿਸ ਕਿਸਮ ਦੀ ਇਹਨਾਂ ਦਾ ਪੈਸੇ ਉਹਨਾਂ ਨੇ ਇਕੱਠੇ ਕਰਕੇ ਇੱਕ ਰਾਜਨੀਤੀ ਦੇ ਕਬਜ਼ਾ ਕੀਤਾ, ਉਸ ਕਬਜ਼ੇ ਨੂੰ ਤੋੜਨ ਲਈ ਇਹ ਇੱਕ ਛੋਟੀ ਜਿਹੀ ਕੋਸ਼ਿਸ਼ ਹੈ। ਭੈਣ ਪਰਮਜੀਤ ਕੌਰ ਖਾਲੜਾ ਦਾ ਜਿਹੜੀ ਇਹ ਇਲੈਕਸ਼ਨ ਮੁਹਿੰਮ ਹੈ, ਇਹ ਉਸ ਰਾਜਨੀਤੀ ਦੇ ਜਿਹੜਾ ਉਹਨਾਂ ਦਾ ਸ਼ਿਕੰਜਾ ਹੈ ਉਸ ਨੂੰ ਤੋੜਨ ਲਈ ਹੈ। ਪੰਥ ਨੇ ਇੱਕ ਵਾਰੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਬਹੁਤ ਵੱਡਾ ਹੁੰਗਾਰਾ ਦਿੱਤਾ ਸੀ, ਪਰ ਬਦਕਿਸਮਤੀ ਨਾਲ ਉਹ ਮਾਨ ਸਾਹਿਬ ਉਹ ਜਿਹੜੀ ਜਕੜ ਸੀ ਉਹ ਨਹੀਂ ਤੋੜ ਸਕੇ, ਜਦੋਂ ਕਿ ਉਹ ਤੋੜ ਸਕਦੇ ਸਨ। ਔਰ ਅੱਜ ਅਸੀਂ ਜਿਹੜੀ ਮਤਲਬ ਕਿ ਇੱਥੋਂ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਾਂ, ਭਾਵੇਂ ਸਾਨੂੰ ਲੱਗਦਾ ਥੋੜ੍ਹਾ ਇਕੱਠ ਹੈ, ਪਰ ਇਹ ਸ਼ੁਰੂਆਤ ਹੈ ਇੱਕ ਬਹੁਤ। ਤੁਸੀਂ ਯਕੀਨ ਮੰਨੋ ਅੱਜ ਸਾਨੂੰ ਕਿੰਨੇ ਸਾਲ ਹੋ ਗਏ ਨੇ ਧੱਕੇ ਖਾਂਦਿਆਂ, 1984 ਤੋਂ 16 19 35 ਸਾਲ ਹੋ ਗਏ ਨੇ। ਜੇ 35 ਸਾਲ 'ਚ ਅਸੀਂ ਕੋਈ ਠੀਕ ਦਿਸ਼ਾ ਨੂੰ ਇੱਕ ਵੀ ਕਦਮ ਪੁੱਟਿਆ ਹੁੰਦਾ ਤਾਂ ਅੱਜ 35 ਸਾਲ ਸਾਨੂੰ ਖੱਜਲ ਖੁਆਰ ਨਹੀਂ ਸੀ ਹੋਣਾ ਪੈਣਾ। ਅੱਜ ਜਿਹੜੀ ਖੱਜਲ ਖੁਆਰੀ ਹੈ ਉਹਦਾ ਇੱਕੋ ਹੀ ਹੱਲ ਹੈ, ਅਸੀਂ ਸਾਰੇ ਜਿਹੜੇ ਸਾਡੇ ਉੱਤੇ ਗੁਰੂ ਮਹਾਰਾਜ ਨੇ ਬੜੀ ਵੱਡੀ ਬਖਸ਼ਿਸ਼ ਕੀਤੀ ਹੈ, ਅਸੀਂ ਜਿਹੜੇ ਸਿੱਖ ਧਰਮ 'ਚ ਪੈਦਾ ਹੋਏ ਹਾਂ ਲੋਕ, ਇਹ ਬੜੀ ਖੁਸ਼ਕਿਸਮਤੀ ਨਾਲ ਅਸੀਂ ਇਸ ਇੱਕ ਆਪਣੇ ਇਤਿਹਾਸ ਨੂੰ ਆਪ ਜੀ ਰਹੇ ਹਾਂ। ਔਰ ਦੁਨੀਆ ਭਰ ਦੇ ਵਿੱਚ ਜੇ ਆਪਣੇ ਅਸੀਂ ਜੇ ਇਸ ਗੱਲ ਦਾ ਮਾਣ ਕਰ ਸਕਦੇ ਹਾਂ ਵੀ ਜੇ ਸਾਡੇ 'ਚ ਚੜ੍ਹਦੀ ਕਲਾ, ਜੇ ਸਾਡੇ 'ਚ ਡਰ ਦੀ ਭਾਵਨਾ ਨਹੀਂ, ਜੇ ਸਾਡੇ 'ਚ ਅਸੀਂ ਉਸ ਕਿਸਮ ਦੇ ਵਹਿਸ਼ੀ ਲਾਲਚੀ ਨਹੀਂ, ਤਾਂ ਇਹਦੇ ਸਿਰਫ ਇੱਕੋ ਹੀ ਕਾਰਨ ਹੈ ਵੀ ਅਸੀਂ ਸਿੱਖ ਧਰਮ ਦੇ ਪੈਰੋਕਾਰ ਹਾਂ। ਔਰ ਜੇ ਇਸ ਧਰਮ ਦੇ ਵਿੱਚ ਸਾਨੂੰ ਗੁਰੂ ਸਾਹਿਬ ਨੇ ਪੈਦਾ ਕੀਤਾ, ਇਹ ਇੱਕ ਮਹਾਨ ਫਿਲੋਸਫੀ ਹੈ। ਗੁਰਮਤ ਦਾ ਗਿਆਨ ਇਸ ਵਕਤ ਦੁਨੀਆ ਸਾਰੀ ਭਟਕੀ ਪਈ ਹੈ, ਉਸ ਨੂੰ ਗੁਰਮਤ ਦੇ ਗਿਆਨ ਨੇ ਚਾਨਣ ਦੇਣਾ, ਅਤੇ ਉਸ ਚਾਨਣ ਦੀ ਸ਼ੁਰੂਆਤ ਅਸੀਂ ਇੱਥੋਂ ਕਰਨੀ ਹੈ। ਔਰ ਸ਼ੁਰੂਆਤ ਉਦੋਂ ਹੋਣੀ ਹੈ ਜਦੋਂ ਰਾਜਨੀਤਿਕ ਤਾਕਤ ਸਾਡੇ ਕੋਲ ਹੋਵੇਗੀ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਗੱਲ ਕਹੀ ਹੈ, ਜਿਸਕਾ ਰਾਜ ਤਿਸੀ ਕਾ ਸੁਪਨਾ, ਜਿਹਦਾ ਰਾਜ ਹੈ ਸੁਪਨਾ ਉਹਦਾ ਹੀ ਹੋਣਾ। ਅਤੇ ਜਿੰਨਾ ਚਿਰ ਅਸੀਂ ਇੱਕ ਗੱਲ ਆਪਾਂ ਨੂੰ ਮੰਨ ਕੇ ਚੱਲਣੀ ਚਾਹੀਦੀ ਹੈ, ਰਾਜਨੀਤਿਕ ਤਾਕਤ ਜ਼ਰੂਰੀ ਨਹੀਂ ਸਾਡੇ 4 ਮਿਨਿਸਟਰ ਹੋਣ ਜਾਂ ਸਾਡੇ ਉੱਥੇ 10 MP ਹੋਣ, ਪਰ ਇੱਕ ਸਾਡੇ ਕੋਲ ਆਵਾਜ਼ ਪਹੁੰਚਾਉਣ ਦਾ ਢੰਗ ਹੋਵੇ, ਜਿਵੇਂ ਕੈਨੇਡੀਅਨ ਸਿੱਖਾਂ ਨੇ ਪਹੁੰਚਾਇਆ, ਵੀ ਜਾਂ ਇਹ ਸ਼ਬਦ ਕੱਢੋ ਜਾਂ ਇੱਥੇ ਤੁਹਾਨੂੰ ਕੱਲ੍ਹ ਨੂੰ ਇੱਥੇ ਗੁਰਦੁਆਰੇ 'ਚ ਆਉਣ ਨਹੀਂ ਦਿੱਤਾ ਜਾਏਗਾ। ਇਹ ਤਾਕਤ ਹੈ ਰਾਜਨੀਤਿਕ, ਰਾਜਨੀਤਿਕ ਤਾਕਤ ਸਿੱਖਾਂ ਕੋਲ ਹੁੰਦੀ ਸੀ। ਸਿੱਖ ਰਾਜਨੀਤੀ ਸ਼ੁਰੂ ਤੋਂ ਬੇਈਮਾਨ ਰਾਜਨੀਤੀ ਨਹੀਂ ਸੀ, ਜਿਹੜੇ ਅੱਜ ਅਸੀਂ ਪੈਦਾ ਹੋਏ ਹਾਂ 25-30 ਸਾਲ ਦੇ, ਸਾਨੂੰ ਲੱਗਦਾ ਯਾਰ ਇਹਦੇ ਸਾਰਾ ਰਾਜਨੀਤਿਕ ਕਰਪਟ ਹੀ ਰਹੀ ਹੈ ਜਾਂ ਇਸ ਕਰਪਸ਼ਨ 'ਚ ਕੁਝ ਨਹੀਂ ਕੀਤਾ ਜਾ ਸਕਦਾ। ਮੈਨੂੰ ਯਾਦ ਹੈ ਮੈਂ 16 ਸਾਲ ਦਾ ਸਾਂ, 10ਵੀਂ ਪੜ੍ਹਦਾ ਸਾਂ, ਅਤੇ ਮੇਰੇ ਪਿਤਾ ਜੀ ਨੇ ਮੈਨੂੰ ਭੇਜਿਆ, ਉੱਥੇ ਕੋਈ ਫੰਡ ਸੀ ਅਕਾਲੀ ਦਲ ਦਾ, ਜਲੰਧਰੋਂ ਅੰਮ੍ਰਿਤਸਰ ਮਾਸਟਰ ਤਾਰਾ ਸਿੰਘ ਨੂੰ ਦੇਣ ਜਾਣਾ ਸੀ। ਮੈਂ 16 ਸਾਲ ਦੀ ਉਮਰ 'ਚੋਂ ਫੰਡ 200-400 ਰੁਪਈਆ ਸੀ, ਕੋਈ ਬਹੁਤਾ ਨਹੀਂ ਸੀ। ਮਾਸਟਰ ਤਾਰਾ ਸਿੰਘ ਦੇ ਘਰ ਦੇਣ ਗਿਆ, ਉਹ ਪਿਪਲੀ ਸਾਹਿਬ ਦੇ ਗੁਰਦੁਆਰੇ ਪਰ ਉਹਨਾਂ ਦਾ ਘਰ ਸੀ, ਔਰ ਉਸ ਘਰ ਦੇ ਵਿੱਚ ਮੈਂ ਗਿਆ। ਤੁਸੀਂ ਯਕੀਨ ਮੰਨਣਾ ਨਹੀਂ, 2 ਕਮਰੇ ਸਨ ਮਕਾਨ ਉਹਨਾਂ ਦਾ ਜਿਹੜਾ, ਅਤੇ ਉਹ ਚਲੋ ਅਜੇ ਪਲਸਤਰ ਨਹੀਂ ਸਨ, ਉਹ ਪੱਕੇ ਸਨ, ਅਤੇ ਅਲਾਣੀ ਮੰਜੀ 'ਤੇ ਉਹ ਮਾਣ ਦੀਆਂ ਮੰਜੀਆਂ ਹੁੰਦੀਆਂ ਸਨ। ਉੱਥੇ ਮਾਸਟਰ ਤਾਰਾ ਸਿੰਘ ਜੀ ਬੈਠੇ, ਸਵੇਰੇ 8:15 ਵਜੇ ਐਤਵਾਰ ਦਾ ਦਿਨ ਸੀ, ਵਾਲ ਸੁਕਾ ਰਹੇ ਸਨ ਅਤੇ ਉਹ ਇਸ਼ਨਾਨ ਕਰਕੇ ਤਾਂ ਅਖਬਾਰ ਪੜ੍ਹਦੇ ਪਏ ਸਨ, ਅਤੇ ਮੈਂ ਜਾ ਕੇ ਗਿਆ ਅਤੇ ਮੈਨੂੰ ਕਹਿੰਦਾ ਬਹਿ ਜਾ ਕਾਕਾ, ਮੈਂ ਫੰਡ ਫੜਾਇਆ, ਅਤੇ ਮੈਂ ਕਿਹਾ ਜੀ ਮੈਂ ਚੱਲਿਆ, ਮੈਨੂੰ ਕਹਿੰਦਾ ਨਹੀਂ ਬਹਿ ਜਾ, ਆਪਣੀ ਮੰਜੀ ਦੇ ਨਾਲ ਹੀ ਉਹਨਾਂ ਨੇ ਬਿਠਾ ਲਿਆ, ਅਤੇ ਕਹਿੰਦੇ ਇਹਨੂੰ ਉਹ ਲਿਆਓ ਪ੍ਰਸ਼ਾਦੇ ਲਿਆਓ, ਅਤੇ ਉਹਨਾਂ ਦੀ ਸਿੰਘਣੀ ਨੇ ਮੈਨੂੰ 2 ਪ੍ਰਸ਼ਾਦੇ ਲਿਆ, ਪਰੌਂਠੇ ਲਿਆ ਕੇ ਦਿੱਤੇ, ਨਾਲ ਚਾਹ ਦਿੱਤੀ, ਅਤੇ ਮੈਨੂੰ ਪੀ ਕੇ ਕਹਿੰਦਾ ਕਿੱਥੇ ਜਾਣਾ ਜੀ? ਮੈਂ ਕਿਹਾ ਜੀ ਮੈਂ ਦਰਬਾਰ ਸਾਹਿਬ ਮੱਥਾ ਟੇਕ ਕੇ ਜਾਣਾ, ਅਤੇ ਕਹਿੰਦਾ ਕੋਈ ਨਹੀਂ ਤੂੰ ਮੇਰੇ ਇੱਥੇ ਬੈਠ ਅਤੇ ਮੇਰੇ ਨਾਲ ਚੱਲ, ਮੈਂ ਤਿਆਰ ਹੁੰਦਾ। ਅਤੇ ਉਹਨਾਂ ਨੇ ਉਹ ਕੇਸ ਕੰਘਾ ਕੀਤਾ ਅਤੇ ਪੱਗ ਬੰਨ ਕੇ ਅਤੇ ਮੇਰੇ ਨਾਲ ਕਹਿੰਦੇ ਚੱਲ ਚੱਲੀਏ, ਤੈਨੂੰ ਮੈਂ ਦਰਬਾਰ ਸਾਹਿਬ ਲਾ ਦਿਆਂਗਾ। ਇਸ ਕਿਸਮ ਦੇ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ, ਜਿਹੜੇ ਉੱਥੋਂ ਰਕਸ਼ੇ ਦੇ ਘਰ ਆਉਂਦੇ ਸਨ ਅਤੇ ਸ਼੍ਰੋਮਣੀ ਕਮੇਟੀ ਦੀ ਕਾਰ ਦਫ਼ਤਰੋਂ ਲੈਂਦੇ ਸਨ। ਇਹ ਜਿਹੜਾ ਹੁੰਦਾ ਵਰਤਾਰਾ, ਇਹ ਸਿੱਖਾਂ ਦਾ ਵਰਤਾਰਾ ਨਹੀਂ ਹੈ, ਇਹ ਬਦਮਾਸ਼ਾਂ ਦਾ, ਠੱਗਾਂ ਦਾ, ਚੋਰਾਂ ਦਾ ਵਰਤਾਰਾ। ਇਹ ਜਿਹੜੀ ਅਸੀਂ ਸ਼ੁਰੂਆਤ ਕਰਨ ਲੱਗੇ ਹਾਂ, ਬਹੁਤ ਥੋੜ੍ਹੇ ਲੋਕ ਕਰਨ ਲੱਗੇ ਹਾਂ, ਪਰ ਸ਼ੁਰੂਆਤ ਹਮੇਸ਼ਾ ਬਾਬਾ ਬੋਟਾ ਸਿੰਘ ਦੇ ਗਰਜਾ ਸਿੰਘ ਤੋਂ ਹੁੰਦੀ ਹੈ। ਸ਼ੁਰੂਆਤ ਵਾਸਤੇ ਬਹੁਤ ਲੋਕ ਨਹੀਂ ਹੁੰਦੇ, ਔਰ ਜਿਹੜੇ ਅੱਜ ਅਸੀਂ ਇਹ ਸ਼ੁਰੂਆਤ ਕਰਨ ਲੱਗੇ ਹਾਂ, ਇੱਕ ਮਕਸਦ ਲੈ ਕੇ ਚੱਲੀਏ ਵੀ ਜਿਹੜੇ ਛੋਟੇ ਛੋਟੇ ਮਤਭੇਦ ਨੇ ਜਾਂ ਜਿਸ ਕਿਸਮ ਦੇ ਮਤਭੇਦ ਸਰਕਾਰੀ ਏਜੰਸੀਆਂ ਸਾਡੇ 'ਚ ਛੱਡੀ ਜਾਂਦੀਆਂ ਨੇ, ਉਹਨਾਂ ਨੂੰ ਲਾਂਭੇ ਛੱਡੀਏ। ਇੱਕ ਰਾਜਨੀਤੀ, ਸ਼ੁੱਧ ਰਾਜਨੀਤੀ ਵਾਸਤੇ ਜਿਹੜੀ ਸੇਵਾ ਦੀ ਭਾਵਨਾ ਨਾਲ, ਲੋਕਾਂ ਦੀ ਸੇਵਾ ਕਰਨ ਦੀ ਭਾਵਨਾ ਨਾਲ, ਉਹ ਭਾਵਨਾ ਸਾਨੂੰ ਗੁਰੂ ਨੇ ਦਿੱਤੀ ਹੈ। ਗਰੀਬ ਸਿੱਖਣ ਕਿਉਂ ਦਿਓ ਪਾਤਸ਼ਾਹੀ,
ਵੀ ਜਿਹੜੇ ਸਾਡੇ ਗਰੀਬ ਇੱਥੋਂ ਦੇ ਲੋਕ ਨੇ ਪੰਜਾਬ ਦੇ ਸਾਰੇ, ਵੀ ਅਸੀਂ ਇਹਨਾਂ ਦੀ ਪੈਰਵਾਈ ਕਰਨੀ ਹੈ, ਇਹਨਾਂ ਦੇ ਹੱਕਾਂ ਦੀ ਰਾਖੀ ਕਰਨੀ ਹੈ, ਔਰ ਇਹ ਗਰੀਬ ਸਾਡੀ ਤਾਕਤ ਬਣਨਗੇ, ਔਰ ਇਸ ਜਿਹੜੇ ਅਸੀਂ ਇਹਨਾਂ ਦਾ ਰੱਖਿਆ ਕਰਾਂਗੇ, ਰਾਖੀ ਕਰਾਂਗੇ, ਅਤੇ ਇੱਕ ਅਸੀਂ ਨਵੀਂ ਰਾਜਨੀਤੀ ਦੀ ਸ਼ੁਰੂਆਤ ਕਰਾਂਗੇ। ਜੇ ਅਸੀਂ ਇਹਨਾਂ ਠੱਗਾਂ ਵੱਲ ਵੇਖਦੇ ਰਹੇ, ਚੋਰਾਂ ਵੱਲ ਵੇਖਦੇ ਰਹੇ, ਬਦਮਾਸ਼ਾਂ ਵੱਲ ਵੇਖਦੇ ਰਹੇ, ਤਾਂ ਸਾਡੀ ਕਦੀ ਰਾਜਨੀਤੀ ਦੀ ਸ਼ੁਰੂਆਤ ਨਹੀਂ ਹੋ ਸਕਦੀ। ਔਰ ਮੈਂ ਸਮਝਦਾ ਵੀ ਅੱਜ ਜਿਹੜੀ ਇਹਨਾਂ ਨੌਜਵਾਨਾਂ ਨੇ ਇੱਕ ਇਕੱਠ ਕੀਤਾ, ਇਸ ਇਕੱਠ ਨੂੰ ਸਾਨੂੰ ਇਸੇ ਹੀ ਭਾਵਨਾ 'ਚ ਲੈ ਕੇ ਜਾਣਾ ਚਾਹੀਦਾ ਵੀ ਅਸੀਂ ਇਹ ਮੰਨ ਕੇ ਚੱਲੀਏ ਬੀਬੀ ਪਰਮਜੀਤ ਕੌਰ ਖਾਲੜਾ ਇੱਕ ਨਵੀਂ ਰਾਜਨੀਤੀ ਦੀ ਸ਼ੁਰੂਆਤ ਕਰ ਲੱਗੀ ਹੈ, ਅਸੀਂ ਉਹਦੇ ਸਾਰੇ ਸਾਥੀ ਹਾਂ। ਉਹ ਇਕੱਲੀ ਕੋਈ ਮਤਲਬ ਕਿ ਇਕੱਲਾ ਕੋਈ ਰਾਜਨੀਤੀ ਨਹੀਂ ਹੁੰਦੀ, ਅਤੇ ਅਸੀਂ ਉਹਦੇ ਸਾਰੇ ਵਰਕਰ ਹਾਂ, ਔਰ ਅਸੀਂ ਵਰਕਰਾਂ ਦੇ ਤੌਰ 'ਤੇ ਉਹਨੂੰ ਤਾਕਤ ਦੇਣੀ ਹੈ, ਔਰ ਸਾਡੀ ਤਾਕਤ ਨਾਲ ਬੀਬੀ ਨੇ ਸਾਡੀ ਆਵਾਜ਼ ਨੂੰ ਪਾਰਲੀਮੈਂਟ ਵਿੱਚ ਜਾ ਕੇ ਬੁਲੰਦ ਕਰਨਾ। ਔਰ ਬਿਲਕੁਲ ਬੀਬੀ ਪਰਮਜੀਤ ਕੌਰ ਖਾਲੜਾ ਨੇ ਦੋ ਗੱਲਾਂ ਬੜੀਆਂ ਸਪਸ਼ਟ ਕਰ ਦਿੱਤੀਆਂ ਨੇ, ਜਿਹੜਾ ਇਸ ਗੱਲ ਦਾ ਹੁਣ ਤੱਕ ਮਤਲਬ ਕਿ ਬਾਦਲ ਕੀ ਕਰਦਾ, ਇਹ ਹਰਾਮਜ਼ਾਦੇ ਨੇ ਜਿੰਨੇ ਅਕਾਲੀ ਜਿਹੜੇ ਨਾਂ ਦੇ ਬਦਮਾਸ਼ ਲੋਕ ਨੇ, ਜੂਨ 84 ਸਿੱਖਾਂ 'ਤੇ ਬੜਾ ਧੱਕਾ ਹੋਇਆ, ਬੜਾ ਕਤਲੇਆਮ ਹੋਇਆ, ਬੜਾ ਖੂਨ ਡੁੱਲਿਆ, ਹਰਾਮਜ਼ਾਦੇ ਹੋ ਤੁਸੀਂ ਉਹਨਾਂ ਕੁਰਸੀਆਂ 'ਤੇ ਬੈਠੇ, ਉਹਨਾਂ ਸ਼ਹੀਦਾਂ ਦੀ ਕੁਰਸੀਆਂ 'ਤੇ ਤੁਸੀਂ ਉਸ ਖੂਨ ਦੇ ਉੱਤੇ ਕੁਰਸੀਆਂ ਦਾ ਆਨੰਦ ਮਾਣਿਆ, ਔਰ ਤੁਹਾਨੂੰ ਕੀ ਹੱਕ ਦਿੱਤਾ ਕਿਸੇ ਨੇ ਤੁਸੀਂ ਸਾਡੀ ਸ਼ਹੀਦਾਂ ਦੀ ਗੱਲ ਕਰੋ? ਜੂਨ 84 ਹਮਲਾ ਸਾਡੇ 'ਤੇ ਹੋਇਆ, ਤੁਹਾਡੇ 'ਤੇ ਨਹੀਂ ਹੋਇਆ, ਤੁਸੀਂ ਹਰਾਮਜ਼ਾਦੇ ਹੋ, ਆਨੰਦ ਮਾਣਿਆ ਉਹਨਾਂ ਖੂਨ ਦਾ। ਜਿਹੜੇ ਸਾਡੇ ਸਿੱਖਾਂ ਦਾ ਕਤਲੇਆਮ ਹੋਇਆ ਜਾਂ 25,000 ਲਵਾਰਸ ਲਾਸ਼ਾਂ ਦੀ ਵਾਰਸ ਬਣਿਆ ਉਹ ਜਸਵੰਤ ਸਿੰਘ ਖਲੜਾ ਬਣਿਆ, ਔਰ ਉਸ ਵਾਰਸ ਦੇ ਅਸੀਂ ਵਿਰਸੇ ਦੇ ਮਾਲਕ ਹਾਂ, ਤੁਸੀਂ ਨਹੀਂ। ਔਰ ਅੱਜ ਅਸੀਂ ਇਸ ਗੱਲ ਦੀ ਇਹਨਾਂ ਨੂੰ ਜਾਣਕਾਰੀ ਦੇਣੀ ਹੈ ਵੀ ਅਸੀਂ ਇੱਥੋਂ ਜਿਹੜੀ ਖਡੂਰ ਸਾਹਿਬ ਤੋਂ ਕਰਤਾਰਪੁਰ ਸਾਹਿਬ ਗੁਰੂ ਨਾਨਕ ਸਾਹਿਬ ਨੇ ਸਿੱਖੀ ਦੀ ਜੜ ਲਾਈ, ਸਿੱਖ ਸਮਾਜ ਦੀ ਨੀਂਹ ਰੱਖੀ, ਸਿੱਖ ਜੀਵਨ ਯੁਕਤ ਨੂੰ ਸ਼ੁਰੂਆਤ ਕੀਤੀ ਕਰਤਾਰਪੁਰ ਤੋਂ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਖਡੂਰ ਸਾਹਿਬ ਤੋਂ ਗੁਰੂ ਅੰਗਦ ਦੇਵ ਜੀ ਨੇ ਦੋ ਮਿਸ਼ਨ ਦਿੱਤੇ, ਦੋ ਮਿਸ਼ਨ, ਇੱਕ ਆਪਣਾ ਆਤਮਕ ਵਿਕਾਸ ਕਰਨ ਲਈ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਬਾਣੀ ਦਿੱਤੀ ਸੀ ਪੰਜਾਬੀ ਗੁਰਮੁਖੀ ਭਾਸ਼ਾ 'ਚ ਬੱਚਿਆਂ ਨੂੰ ਸ਼ੁਰੂ ਕਰਾਈ, ਇੱਥੋਂ ਕਰਾਈ ਸਿੱਖੀ ਦੀ ਸ਼ੁਰੂਆਤ, ਦੂਜੀ ਇੱਥੋਂ ਹੋਈ, ਅਤੇ ਮਰਲ ਅਖਾੜੇ ਸ਼ੁਰੂ ਕੀਤੇ। ਮਰਲ ਅਖਾੜੇ ਕਾਹਦੇ ਵਾਸਤੇ ਕੀਤੇ? ਇੱਕ ਸਾਡੇ ਬੱਚਿਆਂ ਨੂੰ ਜਿਹੜੀ ਅੱਜ ਅਸੀਂ ਐਜੂਕੇਸ਼ਨ ਦੇ ਬੜੇ ਵੱਡੇ ਭਰਮ 'ਚ ਪਏ ਹਾਂ, ਸਾਡੇ ਬੱਚੇ ਵਿੱਦਿਆ ਲੈ ਰਹੇ ਨੇ, ਇਹ ਕੋਈ ਵਿੱਦਿਆ ਨਹੀਂ ਹੈ, ਇਹ ਬੱਚਿਆਂ ਨੂੰ ਆਪਣੀ ਹੋਣ ਤੋਂ ਤੋੜ ਰਹੀ ਵਿੱਦਿਆ। ਵਿੱਦਿਆ ਕੀ ਸੀ? ਵਿੱਦਿਆ ਤੁਹਾਡਾ ਜਿਹੜਾ ਆਤਮਕ ਵਿਕਾਸ ਕਰੇ, ਗੁਰਮਤ ਜਾਂ ਗੁਰਬਾਣੀ ਜਾਂ ਗੁਰਮੁਖੀ ਲਿਪੀ ਜਾਂ ਤੁਹਾਡੀ ਮਾਤ ਭਾਸ਼ਾ ਮਾਂ ਬੋਲੀ, ਉਹਨੇ ਤੁਹਾਡਾ ਆਤਮਕ ਵਿਕਾਸ ਕਰਨਾ। ਔਰ ਦੂਜਾ ਕੀ? ਆਪਣੀ ਤਨ ਸਰੀਰਕ ਤੰਦਰੁਸਤੀ ਰੱਖਣ ਵਾਸਤੇ ਕਿਰਤ ਕਰਨੀ ਹੈ। ਕਿਰਤ ਕਰਨ ਦੇ ਨਾਲ ਮਰਲ ਅਖਾੜੇ ਪਿਲਾਏ ਵੀ ਉਹਦੇ ਨਾਲ ਤੁਹਾਡੀ ਜਿਹੜੀ ਹੈ ਉਹ ਤੰਦਰੁਸਤੀ ਕਾਇਮ ਰਹੇ। ਔਰ ਉਸ ਖਡੂਰ ਸਾਹਿਬ ਤੋਂ ਅਸੀਂ ਅੱਜ ਇਹ ਸ਼ੁਰੂਆਤ ਕੀਤੀ ਹੈ ਹਲਕੇ ਤੋਂ, ਅਤੇ ਇਸ ਸ਼ੁਰੂਆਤ ਨੂੰ ਲਗਾਤਾਰ ਇੱਥੇ ਨਹੀਂ ਖਤਮ ਹੋ ਜਾਣੀ ਹੈ, ਚੋਣ ਤੋਂ ਬਾਅਦ 19 ਮਈ ਤੋਂ ਬਾਅਦ 23 ਮਈ ਤੋਂ ਬਾਅਦ ਰਿਜ਼ਲਟ ਜੋ ਵੀ ਆਉਣ ਇੱਥੇ ਖਤਮ ਨਹੀਂ ਹੋਣੀ, ਇਸ ਰਾਜਨੀਤੀ ਨੂੰ ਅਸੀਂ ਅੱਗੇ ਲੈ ਕੇ ਜਾਣਾ। ਔਰ ਇਹਦੇ ਵਾਸਤੇ ਮੈਂ ਸਮਝਦਾ ਵੀ ਜਿਹੜਾ ਨੌਜਵਾਨ ਵਰਗ ਹੈ ਤੁਸੀਂ ਨੌਜਵਾਨ ਵਰਗ ਦੇ ਪ੍ਰਤੀਨਿਧ ਹੋ, ਔਰ ਜਿੰਨੇ ਵੀ ਹੈਗੇ ਹੋ ਇਹ ਹੁਣ ਜਿਹੜੀਆਂ ਫੈਡਰੇਸ਼ਨਾਂ ਦੂਜੇ ਜਿੰਨੇ ਵੱਡੇ ਵੱਡੇ ਨਾਂ ਨੇ ਇਹ ਸਭ ਡਿਫੰਕਟ ਨੇ, ਇਹਨਾਂ ਦਾ ਕੋਈ ਮੀਨਿੰਗ ਨਹੀਂ ਹੈ, ਇਹ ਮੀਨਿੰਗਲੈਸ ਨੇ, ਅਰਥਹੀਨ ਨੇ। ਹੁਣ ਇੱਥੋਂ ਜਿਹੜੀ ਸ਼ੁਰੂਆਤ ਹੋਣੀ ਹੈ, ਤੁਹਾਡੇ ਤੋਂ ਜਿਹੜੀ ਸ਼ੁਰੂਆਤ ਹੋਣੀ ਹੈ, ਇੱਕ ਸੁੱਚੇ ਅਤੇ ਸੱਚੇ ਜਜ਼ਬੇ ਨਾਲ ਜਿਹੜੀ ਸ਼ੁਰੂਆਤ ਹੋਣੀ ਹੈ ਤੁਹਾਡੀ, ਵੀ ਅਸੀਂ ਇੱਥੋਂ ਪੰਜਾਬ ਦੀ ਹਿੱਤਾਂ ਦੀ, ਹੱਕਾਂ ਦੀ, ਸਿੱਖ ਹਿੱਤਾਂ ਦੀ ਰਾਖੀ ਕਰਨੀ ਹੈ, ਔਰ ਇੱਥੋਂ ਇੱਕ ਜਿਹੜਾ ਸੰਦੇਸ਼ ਦੇਣਾ, ਜਿਹੜਾ ਪੈਗਾਮ ਦੇਣਾ, ਜਿਹੜਾ ਗੁਰੂ ਅੰਗਦ ਸਾਹਿਬ ਨੇ ਸ਼ੁਰੂ ਕੀਤਾ ਸੀ ਆਪਣੀ ਮਾਂ ਬੋਲੀ ਪੰਜਾਬੀ, ਜਿਹਦੇ ਵਿੱਚ ਸਾਡਾ ਆਤਮਕ ਵਿਕਾਸ ਹੋਣਾ, ਅਤੇ ਇੱਕ ਜਿਹੜੀ ਆਪਣੀ ਤੰਦਰੁਸਤੀ ਵਾਸਤੇ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਸੀ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਅਤੇ ਉਹਦੇ ਵਿੱਚ ਜਿਹੜੀ ਨਵੀਂ ਗੱਲ ਤੋਰੀ ਹੈ ਬੀਬੀ ਜੀ ਨੇ ਵੀ ਅਸੀਂ ਇਨਸਾਫ ਲੈਣਾ, ਸਾਡਾ ਇੱਕ ਮਕਸਦ ਹੈ, ਜਿਹੜਾ ਸਾਡੇ 'ਤੇ ਜਬਰ ਜ਼ੁਲਮ ਹੋਇਆ ਉਹ ਅਸੀਂ ਭੁੱਲੇ ਨਹੀਂ, ਉਹਦਾ ਇਨਸਾਫ ਲੈਣਾ, ਜਦੋਂ ਤੱਕ ਨਹੀਂ ਮਿਲਦਾ ਅਸੀਂ ਇਹਨੂੰ ਲਗਾਤਾਰ ਯੁੱਧ ਨੂੰ ਜਾਰੀ ਰੱਖਣਾ, ਇਹ ਇਨਸਾਫ ਲੈਣਾ। ਪਰ ਸਾਡਾ ਮਕਸਦ ਇਕੱਲਾ ਇਨਸਾਫ ਤੱਕ ਸੀਮਿਤ ਨਹੀਂ ਹੈ, ਅਸੀਂ ਪੰਜਾਬ ਨੂੰ ਬਚਾਉਣਾ, ਪੰਜਾਬ ਅੱਜ ਉਜੜਿਆ ਪਿਆ, ਪੰਜਾਬ ਅੱਜ ਕੀ ਤੁਹਾਡੇ ਸਾਹਮਣੇ ਹੈ, ਆ ਲਗਾਤਾਰ ਰਿਪੋਰਟਾਂ ਆਉਂਦੀਆਂ, ਅਸੀਂ ਸੁਣ ਕੇ ਚੁੱਪ ਕਰ ਜਾਂਦੇ ਹਾਂ, ਪੰਜਾਬ ਦਾ ਪਾਣੀ ਜ਼ਹਿਰੀ ਹੈ, ਪੰਜਾਬ ਦਾ ਪਾਣੀ ਮੁੱਕ ਗਿਆ, ਪੰਜਾਬ ਦੀ ਹਵਾ ਜ਼ਹਿਰੀ ਹੈ, ਪੰਜਾਬ ਦੀ ਧਰਤੀ ਜ਼ਹਿਰੀ ਹੈ, ਔਰ ਸਾਡੇ ਬੱਚਿਆਂ ਦੀ ਜਿਹੜੀਆਂ ਕਦੇ ਬਿਮਾਰੀਆਂ ਨਹੀਂ ਸਨ ਸੁਣੀਆਂ ਉਹ ਬਿਮਾਰੀਆਂ ਪੈਦਾ ਹੋ ਰਹੀਆਂ ਨੇ, ਔਰ ਸਾਡੇ ਬੱਚੇ ਜੰਮਦੇ ਬਿਮਾਰ ਪੈਦਾ ਹੋ ਰਹੇ ਨੇ, ਇਹਦਾ ਕਾਰਨ ਕੀ ਹੈ?
ਸਾਡਾ ਜਿਹੜਾ ਪੰਜਾਬ ਦਾ ਵਾਤਾਵਰਨ ਹੈ ਉਹ ਤਬਾਹ ਕਰਤਾ ਇਹਨਾਂ ਨੇ, ਔਰ ਅਸੀਂ ਪੰਜਾਬ ਦੇ ਭਵਿੱਖ ਨੂੰ ਬਚਾਉਣਾ। ਦੋ ਮਕਸਦ ਨੇ, ਇਨਸਾਫ ਲੈਣਾ ਅਤੇ ਪੰਜਾਬ ਦੇ ਭਵਿੱਖ ਨੂੰ ਬਚਾਉਣਾ। ਇਹ ਦੋ ਮਕਸਦ ਲੈ ਕੇ ਜਿਹੜੀ ਇਹ ਚੋਣ ਮੁਹਿੰਮ ਹੈ ਸ਼ੁਰੂ ਹੋਈ ਹੈ, ਔਰ ਇਸ ਚੋਣ ਮੁਹਿੰਮ ਨੂੰ 23 ਤਰੀਕ ਨੂੰ ਰਿਜ਼ਲਟ ਕੋਈ ਆਵੇ, ਅਸੀਂ ਇਸ ਚੋਣ ਮੁਹਿੰਮ ਨੂੰ ਅੱਗੇ ਲਗਾਤਾਰ ਅੱਗੇ ਤੋਰਨਾ। ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡੇ ਸਾਰੇ ਵੀਰਾਂ ਨੂੰ ਇੱਕ ਵਾਰ ਵਧਾਈ ਦਿੰਦਾ, ਜਿੰਨੇ ਵੀ ਵੀਰ ਇੱਥੇ ਆਏ ਹੋ ਨੌਜਵਾਨ, ਉਹਨਾਂ ਨੂੰ ਧੰਨਵਾਦ ਕਰਨਾ, ਔਰ ਇੱਕ ਇਸ ਨਵੀਂ ਸ਼ੁਰੂਆਤ ਵਾਸਤੇ ਉਹਨਾਂ ਨੂੰ ਮੈਂ ਸਮਝਣਾ ਵੀ ਉਹਨਾਂ ਨੇ ਜਿਹੜਾ ਇੱਕ ਕੰਮ ਬੀੜਾ ਚੁੱਕਿਆ, ਇੱਕ ਬੀੜਾ ਬਹੁਤ ਵੱਡਾ, ਔਰ ਇਸ ਨਿਸ਼ਾਨੇ ਨੂੰ ਲੈ ਕੇ ਅੱਜ ਘਰ ਮੁੜਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਨੇ ਬਚਨ ਕੀਤਾ ਕਿ ਬਹੁਤ ਘੱਟ ਗਿਣਤੀ ਹੈ, ਸ਼ਾਇਦ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਸਮਰਨ ਹੈ ਕਿ ਸਾਡਾ ਮਕਸਦ ਅੱਜ ਇੱਥੇ ਇਕੱਠ ਕਰਨ ਦਾ ਨਹੀਂ ਸੀ। ਹਰ ਇੱਕ ਜਥੇਬੰਦੀ ਤੋਂ ਇੱਕ ਇੱਕ ਦੋ ਦੋ ਨੁਮਾਇੰਦੇ ਆਏ ਨੇ ਜਿਹੜੇ ਆਪਣੀ ਜਥੇਬੰਦੀ ਨੂੰ ਪ੍ਰਤੀਨਿਧਤਾ ਕਰਦੇ ਹੋਏ ਸਮਰਥਨ ਦੇਣਗੇ ਬੀਬੀ ਖਾਲੜਾ ਜੀ ਨੂੰ। ਇਕੱਠ ਕਰਨਾ ਹੁੰਦਾ ਤਾਂ ਜੇ ਪੰਜਾਬ ਦੇ ਵਿੱਚੋਂ ਇੰਨੇ ਵੀਰ ਆ ਸਕਦੇ ਆ ਤਾਂ ਪੰਜਾਬ ਲੈਵਲ ਦਾ ਇਕੱਠ ਵੀ ਬੜਾ ਤਕੜਾ ਹੋ ਸਕਦਾ ਸੀ, ਪਰ ਸਾਡਾ ਫਿਰ ਅਸੀਂ ਕਹਿ ਦਈਏ ਸਾਡਾ ਮਕਸਦ ਸਿਆਸੀ ਇਕੱਠ ਕਰਨ ਦਾ ਨਹੀਂ ਸੀ। ਸਿਆਸੀ ਇਕੱਠ ਨਹੀਂ, ਇਹ ਇੱਕ ਪੰਥਕ ਜੋ ਖਾਲੜਾ ਜੀ ਨੂੰ ਸ਼ਹਾਦਤ ਹੈ, ਜਿਹੜੀ ਸ਼ਹੀਦ ਜਸਵੰਤ ਸਿੰਘ ਜੀ ਖਾਲੜਾ ਜੀ ਦੀ, ਉਹਨਾਂ ਨੂੰ ਸਮਰਪਣ ਹੈ, ਅਤੇ ਇਸ ਦੇ ਲਈ ਅਸੀਂ ਇੱਥੇ ਮਕਸਦ ਲਈ ਇਕੱਠੇ ਹੋਏ ਹਾਂ। ਅਤੇ ਜਿੰਨੇ ਵੀ ਵੀਰ ਆਏ ਨੇ ਉਹ ਇੱਕ ਇੱਕ ਜਥੇਬੰਦੀ ਨੂੰ ਰੀਪ੍ਰਜੈਂਟ ਕਰਦੇ ਨੇ, ਸਾਡੇ ਵੱਲੋਂ ਉਹਨਾਂ ਦਾ ਇੱਕ ਇੱਕ ਕਦਮ ਆਇਆ ਹੋਇਆ ਸਿਰ ਮੱਥੇ ਹੈ, ਅਸੀਂ ਫਿਰ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਅਤੇ ਖਾਸ ਤੌਰ 'ਤੇ ਜੋ ਮੀਡੀਆ ਵਾ ਜਿਹੜਾ ਸਾਨੂੰ ਇੱਥੇ ਸਾਰੀ ਦੁਨੀਆ ਤੱਕ ਪਹੁੰਚਾ ਰਿਹਾ ਵਾ, ਉਹਦੇ ਵਿੱਚ ਸੁਰਖਾਬ ਟੀਵੀ, ਰਹਿਮਤ ਟੀਵੀ ਅਤੇ ਅਕਾਲ ਚੈਨਲ UK, ਇਹਨਾਂ ਸਾਰਿਆਂ ਦਾ ਫਿਰ ਤੋਂ ਧੰਨਵਾਦ। ਹੁਣ ਮੈਂ ਬੇਨਤੀ ਕਰਦਾ ਵਾਂ ਮਾਤਾ ਸਾਹਿਬ ਕੌਰ ਗੁਰਮਤਿ ਪ੍ਰਚਾਰ ਟਰੱਸਟ ਬਡਰੁੱਖਾਂ ਤੋਂ ਆਏ ਹੋਏ ਭਾਈ ਅਵਤਾਰ ਸਿੰਘ ਜੀ ਮਸਤੂਆਣਾ, ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ 10 ਮਿੰਟ ਲੈਣਗੇ ਅਤੇ ਆਪਣਾ ਜਿਹੜਾ ਕੀਮਤੀ ਸੁਝਾਅ ਵਾ ਜੋ ਉਹ ਪ੍ਰਚਾਰ ਕਰਦੇ ਨੇ ਫੀਲਡ ਦੇ ਉਹਦੇ ਬਾਰੇ ਵੀ ਦੱਸਣ, ਅਤੇ ਉਸ ਦੇ ਨਾਲ ਨਾਲ ਜਿਸ ਤਰ੍ਹਾਂ ਅਸੀਂ ਬੀਬੀ ਖਾਲੜਾ ਜੀ ਨੂੰ ਸਮਰਥਨ ਦੇਣਾ ਆਪਣੇ ਸ਼ਬਦਾਂ ਦੇ ਵਿੱਚ ਉਹ ਸਮਰਥਨ ਨਹੀਂ ਦੇਣ। ਮਸਤੂਆਣਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਗਊ ਸ਼ੇਰ ਦੇ ਮੂੰਹ ਆ ਗਈ ਉਹਦਾ ਮਾਸ ਵੀ ਨਹੀਂ ਅਤੇ ਉਹਦੀ ਖੱਲ ਵੀ ਨਹੀਂ। ਜਿਹੜੀ ਕੌਮ ਦੇ ਖੂਨ 'ਚੋਂ ਗਈ ਗੈਰਤ ਉਹ ਅੱਜ ਵੀ ਨਹੀਂ ਅਤੇ ਕੱਲ੍ਹ ਵੀ ਨਹੀਂ। ਅੱਜ ਦੀ ਇਸ ਪੰਥਕ ਇਕੱਤਰਤਾ ਜੋ ਆਪ ਜੀ ਗੈਰਤਮੰਦ ਸਮੂਹਿਕ ਤੌਰ 'ਤੇ ਇੱਥੇ ਜਥੇਬੰਦੀਆਂ ਖੰਡਪੂਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਦਰਬਾਰੇ ਖਾਲਸਾ ਜਥੇਬੰਦੀ ਔਰ ਰਿਲਾਇੰਸ ਸਿੱਖ ਆਰਗੇਨਾਈਜੇਸ਼ਨ ਜਥੇਬੰਦੀ ਇਹਨਾਂ ਵੱਲੋਂ ਉਚੇਚੇ ਤੌਰ 'ਤੇ ਜਿਹੜਾ ਪ੍ਰੋਗਰਾਮ ਲਿਖਿਆ ਗਿਆ, ਕਿਉਂਕਿ ਇੱਕ ਗੱਲ ਆਪਾਂ ਕਹਿ ਦਿੰਦੇ ਹਾਂ ਵੀ ਰਾਜ ਬਿਨਾਂ ਨਾ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਰਾਜ ਨਾਲ ਤਾਂ ਧਰਮ ਚਲਾ ਹੀ ਰਹੇ ਨੇ ਇਹ ਕਿੰਨੇ ਸਾਲ ਤੋਂ, ਰਾਜ ਇਹਨਾਂ ਦੇ ਕੋਲ ਆ ਗਿਆ, 84-84 ਸੀਟਾਂ ਪੰਜਾਬ 'ਚ ਲੈਂਦੇ ਰਹੇ ਨੇ, ਪਰ ਰਾਜ ਨਾਲ ਤਾਂ ਧਰਮ ਚਲਾਉਣਾ ਨਹੀਂ, ਧਰਮ ਨਾਲ ਰਾਜ ਚਲਾਉਣਾ ਆ। ਅਸੀਂ ਇੱਥੇ ਵਿਸ਼ਰਾਮ ਦੀ ਅਵੱਗਿਆ ਕਰ ਦਿੰਦੇ ਹਾਂ, ਰਾਜ ਬਿਨਾਂ ਨਾ ਧਰਮ ਚੱਲੇ ਹੈ, ਧਰਮ ਤੋਂ ਬਿਨਾਂ ਰਾਜ ਨਹੀਂ ਚੱਲ ਸਕਦਾ। ਜੇ ਕਹਾਂਗੇ ਵੀ ਰਾਜ ਬਿਨਾਂ ਨਾ ਧਰਮ ਚੱਲੇ ਹੈ, ਵੀ ਰਾਜ ਤੋਂ ਬਗੈਰ ਧਰਮ ਨਹੀਂ ਚੱਲਦਾ, ਰਾਜ ਨਾਲ ਤਾਂ ਇਹ ਚਲਾਉਂਦੇ ਆ ਰਹੇ ਹੈ 40-50 ਸਾਲ ਹੋ ਗਏ, 70 ਸਾਲ ਹੋ ਗਏ, ਪਰ ਉਹ ਕਿਹੜਾ ਧਰਮ? ਬੇਗਮ ਰਵਿਦਾਸ ਜੀਆਂ ਦੇ ਬੇਗਮਪੁਰੇ ਵਾਲਾ ਥੋੜ੍ਹਾ, ਜਾਂ ਕਲਗੀਧਰ ਪਾਤਸ਼ਾਹ ਦਾ ਆਨੰਦਪੁਰਾ ਥੋੜ੍ਹਾ। ਇਸ ਕਰਕੇ ਅੱਜ ਮੇਰਾ ਸਿਰ ਝੁਕਦਾ ਜਿੰਨੇ ਵੀ ਆਪਾਂ ਉਸ ਮਹਾਨ ਸ਼ਹੀਦ ਖਾਲੜਾ ਸਾਹਿਬ, ਜਿਨ੍ਹਾਂ ਨੂੰ ਤੁਸੀਂ ਚੰਦ ਲੋਕ ਹੋ ਜਾਂ ਕੁਝ ਬੁੱਧੀਜੀਵੀਏ ਨੇ ਜਾਂ ਸਿਆਣੇ ਨੇ, ਪੱਤਰਕਾਰ ਨੇ, ਲੇਖਕ ਨੇ, ਜਿਹੜੇ ਜਾਣਦੇ ਨੇ,
ਪਰ ਬੱਚਿਆਂ ਦੇ ਜ਼ਿਹਨ ਵਿੱਚੋਂ, ਕਾਲਜਾਂ ਦੇ ਵਿੱਚੋਂ, ਸਟੂਡੈਂਟਾਂ ਦੇ ਜ਼ਿਹਨ ਵਿੱਚੋਂ ਪਰਮਜੀਤ ਸਿੰਘ ਜੀ ਖਾਲੜਾ ਜੀ ਦਾ ਨਾਂ ਹੈ ਜਿਹੜਾ ਉਹ ਵਾਸ਼ ਕਰ ਦਿੱਤਾ ਗਿਆ ਸੀ। ਔਰ ਸ਼ਹੀਦ ਖਾਲੜਾ ਸਾਹਿਬ ਦਾ ਨਾਂ ਦੁਬਾਰਾ ਬੀਬੀ ਜੀ ਪੰਥ ਦੀ ਸੇਵਾ ਦੇ ਵਿੱਚ ਆਏ, ਅੱਜ ਕਾਲਜਾਂ ਦੇ ਵਿੱਚ, ਕਾਲਜਾਂ ਦੇ ਵਿੱਚੋਂ ਸਟੂਡੈਂਟ ਆ ਰਹੇ ਨੇ, ਯੂਨੀਵਰਸਿਟੀਆਂ ਵਿੱਚੋਂ ਆ ਰਹੇ ਨੇ। ਅੱਜ ਫਿਰ ਖਾਲੜਾ ਸਾਹਿਬ ਦੀ ਸ਼ਹੀਦੀ ਹੈ ਜਿਹੜੀ, ਔਰ ਸਕੂਲ ਲੈਵਲ 'ਤੇ ਬੱਚਿਆਂ ਨੂੰ ਪਤਾ ਲੱਗਿਆ ਜੋ ਸੋਸ਼ਲ ਮੀਡੀਆ ਰਾਹੀਂ ਵੀ ਖਾਲੜਾ ਸਾਹਿਬ ਕੌਣ ਸੀ, ਨਹੀਂ ਤਾਂ ਸਾਡੇ ਜ਼ਿਹਨ ਵਿੱਚੋਂ, ਬੱਚਿਆਂ ਦੇ ਜ਼ਿਹਨ 'ਚੋਂ ਚੱਲੇ ਗਏ ਸੀ। ਆ ਚੰਦ ਲੋਕ ਤੁਸੀਂ ਬੈਠੇ ਹੋ ਜਿਨ੍ਹਾਂ ਨੂੰ ਪਤਾ ਹੈ। ਅੱਜ ਕਿਉਂਕਿ ਅਸੀਂ ਪਿਛਲੇ 77-78 ਤੋਂ ਲੈ ਕੇ ਬਹੁਤ ਸਾਡੀ ਕੌਮ ਨੇ ਕੁਰਬਾਨੀਆਂ ਕੀਤੀਆਂ, ਹਰਿਮੰਦਰ ਸਾਹਿਬ 'ਚ ਗੋਲੀਆਂ ਲੱਗੀਆਂ, ਅਕਾਲ ਤਖ਼ਤ ਢਹਿ ਗਿਆ, ਇਤਿਹਾਸ ਦੀ ਜਿਵੇਂ ਸਿਰਸਾ ਸਾਹਿਬ ਦੱਸ ਰਹੇ ਸੀ, ਇਤਿਹਾਸ ਨਾਲ ਖਿਲਵਾੜ ਹੋ ਗਿਆ, ਬੱਚਿਆਂ ਦੀ ਐਜੂਕੇਸ਼ਨ ਦੇ ਵਿੱਚ ਕਿਤਾਬਾਂ ਨਾਲ ਖਿਲਵਾੜ ਹੋ ਗਿਆ, ਪਰ ਸਾਡੀ ਕੌਮ ਨੇ ਇੰਨਾ ਕੁਛ ਹੋ ਕੇ ਵੀ ਆਊਟਪੁੱਟ ਜ਼ੀਰੋ ਰਹੀ ਹੈ। ਅੱਜ ਜਿਹੜਾ ਇਹ ਦਰਦ ਭਰਿਆ ਜਿਹੜਾ ਸਮਾਗਮ ਬੀਬੀ ਜੀ ਦੇ ਪੱਖ ਦੇ ਵਿੱਚ, ਉਹਨਾਂ ਦੀ ਸਪੋਰਟ ਦੇ ਵਿੱਚ ਆਪਾਂ ਨਿਧੜਕ ਹੋ ਕੇ ਰੱਖ ਰਹੇ ਹਾਂ, ਔਰ ਸਾਰੇ ਦੂਰ ਦੁਰਾਡੇ ਔਰ ਚੈਨਲਾਂ ਰਾਹੀਂ ਇਹ ਸੰਦੇਸ਼ ਜਾ ਰਹੇ ਹੈ, ਇਹਦੇ ਵਿੱਚ ਆਪਾਂ ਨੂੰ, ਕਿਉਂਕਿ ਜਦੋਂ ਆਪਾਂ ਹਰਿਮੰਦਰ ਸਾਹਿਬ ਤੋਂ ਦਰਸ਼ਨ ਕਰਕੇ ਸੱਚਖੰਡ ਹਰਿਮੰਦਰ ਸਾਹਿਬ ਤੋਂ ਬਾਹਰ ਨਿਕਲਦੇ ਹਾਂ, ਅਕਾਲ ਤਖ਼ਤ ਸਾਹਿਬ 'ਤੇ ਆਉਂਦੇ ਹਾਂ, ਅੱਗੇ ਦੋ ਨਿਸ਼ਾਨ ਸਾਹਿਬ ਨੇ, ਦੋ ਨਿਸ਼ਾਨ ਸਾਹਿਬ ਅਕਾਲ ਤਖ਼ਤ ਸਾਹਿਬ ਦੇ ਅੱਗੇ, ਇੱਕ ਨਿਸ਼ਾਨ ਸਾਹਿਬ ਉੱਚਾ ਔਰ ਇੱਕ ਨੀਵਾਂ, ਦੋਨੇ ਜਦੋਂ ਦੂਰ ਤੋਂ ਵੇਖੀਏ ਇੱਕ ਨਿਸ਼ਾਨ ਸਾਹਿਬ ਦਾ ਲੈਵਲ ਉੱਚਾ, ਇੱਕ ਨੀਵਾਂ, ਧਰਮ ਵਾਲਾ ਉੱਚਾ, ਰਾਜ ਔਰ ਰਾਜਨੀਤੀ ਵਾਲਾ, ਸਿਪਾਹੀ ਵਾਲਾ ਨੀਵਾਂ ਹੈ। ਧਰਮ ਜਿਹੜਾ, ਧਰਮ ਦੇ ਪੈਰਾਂ ਦੇ ਵਿੱਚ ਰਾਜਨੀਤੀ ਰੱਖੀ ਗਈ ਹੈ ਗੁਰੂ ਸਾਹਿਬਾਨ ਨੇ, ਪਰ ਇਹਨਾਂ ਲੋਕਾਂ ਨੇ ਰਾਜਨੀਤੀ ਦੇ ਪੈਰਾਂ ਵਿੱਚ ਧਰਮ ਕਰ ਦਿੱਤਾ, ਪਿਛਲੇ 40 ਸਾਲ ਧਰਮ ਨੂੰ ਰਾਜਨੀਤੀ ਦੇ ਪੈਰਾਂ ਵਿੱਚ ਕਰ ਦਿੱਤਾ। ਹੋਣਾ ਤਾਂ ਉਹ ਚਾਹੀਦਾ ਸੀ ਜੋ ਸੱਚਖੰਡ ਹਰਿਮੰਦਰ ਸਾਹਿਬ ਜਾਂ ਅਕਾਲ ਤਖ਼ਤ ਸਾਹਿਬ ਤੋਂ ਐਲਾਨ ਹੁੰਦਾ ਉਹਨੂੰ ਦਿੱਲੀ ਮੰਨਦੀ, ਚੰਡੀਗੜ੍ਹ ਮੰਨਦਾ, ਪਰ ਹੁਣ ਉਹ ਹੋ ਰਿਹਾ ਜੋ ਦਿੱਲੀ ਤੋਂ ਐਲਾਨ ਹੋ ਰਿਹਾ, ਚੰਡੀਗੜ੍ਹੋਂ ਐਲਾਨ ਹੋ ਰਿਹਾ, ਉਹ ਅਕਾਲ ਤਖ਼ਤ 'ਤੇ ਮੰਨਿਆ ਜਾ ਰਿਹਾ, ਉਲਟ ਹੋ ਰਿਹਾ। ਸੋ ਅੱਜ ਮੈਂ ਵੀ ਆਪਣੇ ਆਪ ਨੂੰ ਸੁਭਾਗਾ ਸ਼ਬਦ ਆ, ਜਦੋਂ ਰਾਤੀ ਮਸਤੋਆਣਾ ਸਾਹਿਬ ਮਾਤਾ ਸਾਹਿਬ ਕੌਰ ਗੁਰਮਤਿ ਪ੍ਰਚਾਰ ਟਰੱਸਟ ਜਥੇਬੰਦੀ ਦੀ ਲਾਗੇ ਨਗਰ ਹੈ ਮਹਾਰਾਜਾ ਰਣਜੀਤ ਸਿੰਘ ਦੀ ਜਨਮ ਭੂਮੀ ਪਿੰਡ ਬਡਰੁੱਖਾਂ ਵਿਖੇ ਰਾਤ ਮੀਟਿੰਗ ਰੱਖੀ ਗਈ, ਔਰ ਸਾਰੇ ਨੌਜਵਾਨ ਜਿੰਨੇ ਜਥੇਬੰਦੀਆਂ ਦੇ ਇਕੱਤਰ ਹੋਏ, ਉਹਨਾਂ ਨੇ ਬੜੀ ਖੁਸ਼ੀ ਪ੍ਰਗਟਾਈ ਵੀ ਆਪਾਂ ਕਿਉਂ ਨਹੀਂ ਜਾ ਰਹੇ। ਅੱਜ ਪੰਜਾਬ ਦੇ ਵਿੱਚ ਸੰਤਾਂ ਦੀਆਂ ਕਿੰਨੀਆਂ ਚਿਮਟੇ ਢੋਲਕੀਆਂ ਵੱਜ ਰਹੀਆਂ ਨੇ, ਕੋਈ ਸੰਤ ਨਹੀਂ ਅੱਗੇ ਆ ਰਿਹਾ। ਆਪਣੇ ਆਪ ਨੂੰ ਜਾਗਰੂਕ ਸੰਤ ਕਹਾਉਣ ਵਾਲੇ ਵੀ, ਜਾਗਰੂਕ ਪ੍ਰਚਾਰਕ ਕਹਾਉਣ ਵਾਲੇ ਵੀ ਅੱਜ ਕੋਈ ਅੱਗੇ ਨਹੀਂ ਆ ਰਿਹਾ। ਜੇ ਆਹ ਖੰਡੂਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਜੋ ਮਹਾਨ ਸ਼ਹੀਦ ਗੁਰੂਆਂ ਦੇ ਫਲਸਫੇ ਨੂੰ ਲੈ ਕੇ 25,000 ਲਾਪਤਾ ਲਾਸ਼ਾਂ ਦਾ ਖੁਰਾ ਖੋਜ ਲੱਭਣ ਦੇ ਲਈ ਆਪਣੀ ਅਹੁਤੀ ਦੇ ਗਿਆ, ਉਹ ਖੰਡੂਰ ਸਾਹਿਬ ਦੀ ਧਰਤੀ ਤੋਂ ਅੱਜ ਉਸੇ ਹੀ ਸੰਦੇਸ਼ ਨੂੰ ਬੀਬੀ ਜੀ ਲੈ ਕੇ, ਮਨੁੱਖੀ ਅਧਿਕਾਰਾਂ ਵਾਲੇ ਸੰਦੇਸ਼ ਨੂੰ ਲੈ ਕੇ ਅੱਗੇ ਚੱਲੇ ਨੇ। ਫਿਰ ਸਾਡਾ ਅੱਜ ਬਾਜੇ ਵਜਾਉਣ ਦਾ, ਸੰਤਾਂ ਦਾ ਚਿਮਟੇ ਵਜਾਉਣ ਦਾ, ਢੋਲਕੀਆਂ ਵਜਾਉਣ ਦਾ ਕੋਈ ਫਾਇਦਾ ਨਹੀਂ, ਜੇ ਅੱਜ ਆ ਕੇ ਪੰਜਾਬ ਦੇ ਸੰਤ ਜਿਹੜੇ ਦੇਸ਼ਾਂ ਵਿਦੇਸ਼ਾਂ 'ਚ ਜਾਂਦੇ ਨੇ, ਐਡੇ ਐਡੇ ਲੱਖਾਂ ਦੇ ਇਕੱਠ ਕਰਦੇ ਨੇ, ਉਹਨਾਂ ਦਾ ਅੱਜ ਫਰਜ਼ ਬਣਦਾ ਹੈ ਖੰਡੂਰ ਸਾਹਿਬ ਦੀ ਧਰਤੀ 'ਤੇ ਆ ਕੇ ਇੱਕ ਇੱਕ ਹਲਕੇ 'ਚ ਇੱਕ ਇੱਕ ਦੀਵਾਨ ਲਾਉਣ ਬੀਬੀ ਜੀ ਦੇ ਪੱਖ ਦੇ ਵਿੱਚ। ਸੋ ਗੁਰਮੁਖ ਪਿਆਰਿਓ, ਮੈਂ ਤਾਂ ਇਹ ਇੰਨਾ ਹੀ ਕਹਿੰਦਾ ਹੋਇਆ, ਮਸਤੋਆਣਾ ਸਾਹਿਬ ਤੋਂ ਔਰ ਮਾਤਾ ਸਾਹਿਬ ਕੌਰ ਗੁਰਮਤਿ ਪ੍ਰਚਾਰ ਟਰੱਸਟ ਵੱਲੋਂ ਔਰ ਜਿੰਨੀਆਂ ਵੀ ਜਥੇਬੰਦੀਆਂ ਨੇ ਅੱਜ ਇਹ ਪ੍ਰੋਗਰਾਮ ਰੱਖਿਆ ਬੀਬੀ ਜੀ ਦੇ ਪੱਖ ਦੇ ਵਿੱਚ, ਅਸੀਂ ਇਹਨੂੰ ਪੂਰਨ ਹਮਾਇਤ ਕਰਦੇ ਹਾਂ। ਔਰ ਭਾਈ ਸਾਹਿਬ ਨੇ ਜੋ ਪਹਿਲਾ ਖਲਸ਼ਾ ਜ਼ਾਹਰ ਕੀਤਾ ਕਿ ਹਲਕਾ ਵਾਰ ਜਿਹੜੇ ਆਪਣੇ ਪਾਸ ਕੈਂਡੀਡੇਟ ਜਾਂ ਵਰਕਰ ਬਹੁਤ ਘੱਟ ਨੇ ਗਰਾਊਂਡ ਲੈਵਲ 'ਤੇ, ਕਿਉਂਕਿ ਅਸੀਂ ਇੱਥੇ ਆਵਾਂਗੇ, ਲੈਕਚਰ ਝਾੜ ਕੇ ਚਲੇ ਜਾਵਾਂਗੇ,
ਫੋਟੋਆਂ ਖਿਚਾ ਕੇ ਚਲੇ ਜਾਵਾਂਗੇ, ਪਰ ਗੱਲ ਜਿਹੜੀ ਹੈਗੀ ਉਹ ਗਰਾਊਂਡ ਜ਼ੀਰੋ ਦੇ ਉੱਪਰ ਹੈ ਜਿਹੜੀ ਜਾ ਕੇ ਬਣਨੀ ਹੈ। ਜਿੰਨੀਆਂ ਵੀ ਆਪਣੀਆਂ ਰਿਸ਼ਤੇਦਾਰੀਆਂ ਨੇ, ਜਿੰਨੇ ਵੀ ਆਪਣੇ ਦੋਸਤ ਮਿੱਤਰ ਨੇ, ਰਿਸ਼ਤੇਦਾਰੀਆਂ ਦੀਆਂ ਅਗਾਂਹ ਰਿਸ਼ਤੇਦਾਰੀਆਂ ਨੇ, ਜੇ ਹੋਰ ਇੰਨਾ ਜ਼ੋਰ ਪਾ ਰਹੇ ਨੇ, ਆਪਾਂ ਵੀ ਤਨ ਮਨ ਧਨ ਨਾਲ ਗਰਾਊਂਡ ਜ਼ੀਰੋ 'ਤੇ ਆਪਾਂ ਨੂੰ ਇਹ ਕਾਰਜ ਕਰਨਾ ਪੈਣਾ। ਸੋ ਇਤਨੀ ਮੇਰੀ ਬੇਨਤੀ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਮਸਤੂਆਣਾ ਸਾਹਿਬ ਜੀ ਦਾ, ਉਹਨਾਂ ਨੇ ਜੋ ਅਪੀਲ ਕੀਤੀ ਆ, ਉਮੀਦ ਕਰਦਾ ਕਿ ਅਸੀਂ ਉਹ ਸਾਰੀ ਮੰਨਾਂਗੇ। ਇਸ ਤੋਂ ਬਾਅਦ ਮੈਂ ਬੇਨਤੀ ਕਰਦਾ ਕੇਂਦਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਸਰਦਾਰ ਖੁਸ਼ਹਾਲ ਸਿੰਘ ਜੀ, ਉਹਨਾਂ ਨੂੰ, ਉਹ ਆਪਣੇ ਕੀਮਤੀ ਵਿਚਾਰ ਰੱਖਣਗੇ। ਅਤੇ ਮੀਡੀਆ ਦੇ ਵਿੱਚ ਵੋਕ ਟੀ ਵੀ ਚੰਡੀਗੜ੍ਹ ਤੋਂ ਸਪੈਸ਼ਲ ਆਇਆ ਹੈ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਜੀ ਆਇਆਂ ਨੂੰ, ਉਹ ਸਾਡੀ ਆਵਾਜ਼ ਜਨਤਾ ਤੱਕ ਪਹੁੰਚਾ ਰਹੇ ਨੇ, ਵੋਕ ਟੀ ਵੀ ਦਾ ਵੀ ਬਹੁਤ ਬਹੁਤ ਜੀ ਆਇਆਂ ਨੂੰ ਧੰਨਵਾਦ। ਖੁਸ਼ਹਾਲ ਸਿੰਘ ਜੀ, ਮੈਂ ਬੇਨਤੀ ਕਰਾਂਗਾ ਕਿ ਪੰਜ ਤੋਂ ਛੇ ਮਿੰਟ ਦਾ ਸਮਾਂ ਹੋਏਗਾ, ਠੀਕ ਹੈ ਜੀ, ਤੁਸੀਂ ਧਿਆਨ ਰੱਖਿਓ ਜਰਾ, ਧੰਨਵਾਦ। ਗੁਰੂ ਨਗਰੀ ਖਡੂਰ ਸਾਹਿਬ ਵਿਖੇ ਮਨੁੱਖੀ ਹੱਕਾਂ ਦੇ ਰਾਖੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਦੀ ਧਰਮ ਪਤਨੀ ਸਾਡੀ ਭੈਣ ਬੀਬੀ ਪਰਮਜੀਤ ਕੌਰ ਖਾਲੜਾ ਦੇ ਇਸ ਚੋਣ ਸਮਾਗਮ ਵਾਸਤੇ ਦਰਬਾਰੇ ਖਾਲਸਾ ਅਲਾਇੰਸ ਆਫ ਸਿੱਖ ਵੱਲੋਂ ਜੋ ਯਤਨ ਕੀਤਾ ਗਿਆ, ਉਹਨਾਂ ਦੇ ਸਮਾਗਮ ਵਿੱਚ ਹਾਜ਼ਰ ਹੋਏ, ਸਾਰੇ ਆਪਣਾ ਫਤਿਹ ਨਾਲ ਹਾਜ਼ਰੀ ਲਵਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਸਰਦਾਰ ਗੁਰਬਚਨ ਸਿੰਘ ਨੇ ਅਤੇ ਹੋਰ ਬੁਲਾਰਿਆਂ ਨੇ ਆਪ ਜੀ ਨੂੰ ਪੰਜਾਬ ਵਿੱਚ ਜੋ ਪੰਥਕ ਸਿਆਸਤ ਹੈ, ਉਹਨਾਂ ਦੀ ਦੋ ਦਸ਼ਾ ਅਤੇ ਦਿਸ਼ਾ ਹੈ, ਉਸ ਬਾਰੇ ਆਪ ਜੀ ਨਾਲ ਵਿਚਾਰ ਸਾਂਝੇ ਕੀਤੇ ਹਨ। ਸੋ ਸਾਨੂੰ ਹੀ ਇਸ ਸਮੇਂ ਜੋ ਪੰਜਾਬ ਦੇ ਵਿੱਚ ਅਸੀਂ ਇਹ ਸਮਗਦੇ ਹੋਏ ਚੋਣ ਅਖਾੜੇ ਦੇ ਵਿੱਚ ਵਿਚਰ ਰਹੇ ਹਾਂ, ਇਸ ਵਿੱਚ ਸਾਡੇ ਸਾਹਮਣੇ ਬਹੁਤ, ਪੰਜਾਬ ਦੇ ਸਾਹਮਣੇ ਬਹੁਤ ਇੱਕ ਵੱਖਰੀ ਕਿਸਮ ਦੀ ਸਥਿਤੀ ਹੈ, ਅਤੇ ਇੱਕ ਬਹੁਤ ਵੱਡਾ ਜਿਹੜਾ ਆ ਰਾਜਨੀਤਿਕ ਖਲਾਅ ਜਿਹੜਾ ਆ ਉਹਦਾ ਵੀ ਜਿਹੜਾ ਵਰਤਾਰਾ ਸਾਡੇ ਸਾਹਮਣੇ ਹੈ। ਸੋ ਇਸ ਦੇਸ਼ ਦੇ ਵਿੱਚ ਸਾਡੇ ਤੋਂ ਪਹਿਲਾਂ ਵੱਡੀ ਘੱਟ ਗਿਣਤੀ ਮੁਸਲਿਮ, ਉਹਨਾਂ ਨਾਲ ਜੋ ਵਾਪਰਿਆ, ਉਹਨਾਂ ਦੀ ਪਾਪੂਲੇਸ਼ਨ, ਉਹਨਾਂ ਦੀ ਗਿਣਤੀ ਦੇ ਅਨੁਸਾਰ ਘੱਟੋ ਘੱਟ 100 ਸੀਟਾਂ ਹੋਣੀਆਂ ਚਾਹੀਦੀਆਂ ਸੀ, ਲੇਕਿਨ ਜੋ ਉਹਨਾਂ ਦੀ ਪਾਰਲੀਮੈਂਟ ਦੇ ਵਿੱਚ ਗਿਣਤੀ ਹੈ ਉਹ ਸਾਡੇ ਸਾਹਮਣੇ ਹੈ। ਔਰ ਅੱਜ ਜਿਹੜਾ ਪੰਜਾਬ ਅਸੀਂ ਸਿੱਖਾਂ ਦੀ ਜਨਮ ਭੂਮੀ, ਪੰਥ ਦੀ ਜਨਮ ਭੂਮੀ ਵਜੋਂ ਲਿਆ ਸੀ, ਉਹਦੀ ਵਿੱਚ ਰਾਜਨੀਤਿਕ ਹਾਲਾਤ ਇਵੇਂ ਦੇ ਪੈਦਾ ਹੋ ਗਏ ਹੈ ਕਿ ਹੁਣ ਕੋਈ ਵੀ ਸਿਆਸੀ ਧਿਰ ਹੈ ਉਹਨੂੰ ਸਿੱਖਾਂ ਦੀਆਂ ਵੋਟਾਂ ਮੰਗਣ ਲੱਗਿਆ ਵੀ ਸ਼ਰਮ ਆਉਂਦੀ ਹੈ। ਉਹ ਆਪਣੇ ਆਪ ਨੂੰ, ਉਹਨੂੰ ਲੱਗਦਾ ਕਿ ਫਿਰਕੂ ਹੋ ਗਏ ਆ, ਉਹ ਦੂਰੀ 'ਤੇ ਖੜ ਕੇ ਸਿੱਖਾਂ ਦਾ ਜਿਹੜਾ ਸਮਰਥਨ ਹਾਸਲ ਕਰਨਾ ਚਾਹੁੰਦੀਆਂ। ਇਹ ਸਾਡੇ ਸਾਹਮਣੇ ਇੱਥੋਂ ਦੇ ਹਾਲਾਤ, ਸਾਡੇ ਪੋਲੀਟੀਕਲ ਧਿਰ ਨੇ ਜਿਹੜੇ ਆ ਉਹ ਪਹੁੰਚਾ ਦਿੱਤੇ ਹੈ। ਸੋ ਇਸ ਮਾਹੌਲ ਦੇ ਵਿੱਚ ਅਸੀਂ ਇੱਕ ਨਵਾਂ ਜਿਹੜਾ ਸਿਆਸੀ ਨਰੇਟਿਵ ਹੈ, ਬਿਰਤਾਂਤ ਹੈ, ਉਹ ਸਿਰਜਣਾ ਹੈ, ਉਹ ਸਾਡੇ ਸਾਹਮਣੇ ਚੈਲੇਂਜ ਹੈ। ਪੰਥ ਦੇ ਬੈਨਰ ਲਾ ਕੇ ਪਿਛਲੇ 35 ਸਾਲਾਂ ਤੋਂ ਜਿਹੜੇ, ਇੱਕ ਤਾਂ ਉਹ ਲੋਕ ਜਿਨ੍ਹਾਂ ਨੇ ਸੱਤਾ ਹੰਡਾਈ, ਅਤੇ ਦੂਸਰੇ ਉਹ ਲੋਕ ਜਿਨ੍ਹਾਂ ਨੇ ਪੰਥਕ ਧਿਰਾਂ ਦੇ ਵਜੋਂ ਆਪਣੇ ਆਪ ਨੂੰ ਇੰਨੇ ਸਮੇਂ ਦੇ ਵਿੱਚ ਜਿਹੜਾ ਬਰਾਬਰ ਦੇ ਉੱਤੇ ਜਿਹੜਾ ਪੰਥ ਦੀਆਂ ਬੇੜੀਆਂ ਦੇ ਵਿੱਚ ਵੱਟੇ ਪਾਏ ਨੇ। ਇਹਨਾਂ ਹਾਲਾਤਾਂ ਦੇ ਵਿੱਚੋਂ ਸਾਡੇ ਕੋਲ ਇੱਕੋ ਇੱਕ ਅਸੀਂ ਨਰੇਟਿਵ ਸਿਰਜਣਾ ਆ, ਉਹ ਹੈ ਕਿ ਅੱਜ ਅਸੀਂ ਉਸ 25,000 ਲਵਾਰਸ਼ ਲਾਸ਼ਾਂ ਦੇ ਵਾਰਸ ਦੇ ਰੂਪ ਵਿੱਚ, ਇਹ ਪਵਿੱਤਰ ਧਰਤੀ ਹੈ ਜਿਹੜੀ ਮਾਝੇ ਦੀ, ਜਿੱਥੇ
ਸਾਡੇ ਗੁਰੂ ਇਤਿਹਾਸ ਵਿੱਚ ਇਹ ਜ਼ਿਕਰ ਆਉਂਦਾ, ਬੈਠ ਕੰਡੂਰੇ ਜੋਤ ਜਗਾਈ, ਜੋਤ ਗਿਆਨ ਦਾ ਪ੍ਰਤੀਕ ਹੈ, ਚੇਤਨਾ ਦਾ ਪ੍ਰਤੀਕ ਹੈ ਕਿ ਇੱਥੋਂ ਕੋਈ ਨਵੇਂ ਚਾਨਣ ਦੀ, ਨਵੇਂ ਗਿਆਨ ਦੀ ਜਿਹੜੀ ਹੈ ਉਹ ਲਹਿਰ ਹੈ, ਫਨੋਮਨਾ ਹੈ, ਵਰਤਾਰਾ ਆ, ਉਹ ਅਸੀਂ ਸਿਰਜ ਸਕੀਏ। ਸੋ ਉਸ ਵਾਸਤੇ ਮੈਂ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਜਿਹੜੀ ਗਿਆਨੀ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ ਦੇ ਲਾਏ ਹੋਏ ਜਿਹੜੇ ਪੰਥਕ ਜੋਤ ਦੇ ਰੂਪ ਵਿੱਚ ਵਿਚਰ ਰਹੀ ਹੈ, ਉਹਨਾਂ ਦਾ ਜਿਹੜਾ ਬੈਨਰ ਲੈ ਕੇ ਅਸੀਂ ਪੰਥ ਦੇ ਜਗਤ ਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ, ਪੰਥ ਦੇ ਵਿੱਚ ਚੇਤਨਾ ਦਾ ਕੋਈ ਜਿਹੜਾ ਆ ਉਹ ਜੋਤ ਜਗਾ ਸਕੀਏ। ਮੈਂ ਉਸ ਸਭਾ ਵੱਲੋਂ, ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਵੱਲੋਂ ਯਕੀਨ ਦਿਵਾਉਣਾ ਭੈਣ ਜੀ ਨੂੰ ਕਿ ਜੋ ਵੀ ਸਾਡਾ ਇਹ ਸਮਾਜ ਦੇ ਉੱਤੇ ਸਿੱਖ ਜਗਤ ਦੇ ਵਿੱਚ ਪ੍ਰਭਾਵ ਹੈ, ਅਸੀਂ ਸਭ ਨੂੰ ਅਪੀਲ ਕਰਦੇ ਹਾਂ ਕਿ ਇਸ ਚੋਣ ਮੁਹਿੰਮ ਦੇ ਵਿੱਚ ਬੀਬੀ ਖਾਲੜਾ ਜੀ ਦੀ ਮਨ ਧਨ ਧਨ ਦੇ ਨਾਲ ਜਿਹੜੀ ਹੈ ਉਹ ਹਮਾਇਤ ਕੀਤੀ ਜਾਵੇ। ਅੰਤ ਵਿੱਚ ਮੈਂ ਸਮੇਂ ਦੀ ਨਿਜਾਕ ਨੂੰ ਸਮਝਦਾ ਹੋਇਆ ਖਿਮਾ ਦਾ ਰਾਚਕਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ 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 ਧੰਨਵਾਦ। ਮੈਨੂੰ ਹੁਣੇ ਵੀਰ ਜੀ ਨੇ ਦੱਸਿਆ ਹੈ ਕਿ ਬੀਬੀ ਜੀ ਬਹੁਤ ਨੇੜੇ ਤੇੜੇ ਨੇ, ਕਿਉਂਕਿ ਇਹ ਜਿਹੜੇ ਦਿਨ ਨੇ ਆਪਾਂ ਨੂੰ ਵੀ ਪਤਾ ਵਾ ਉਹਨਾਂ ਦੇ ਬਹੁਤ ਜ਼ਿਆਦਾ ਅਤੀਰ ਜਿਵੇਂ ਵਾਲੇ ਆ, ਅਤੇ ਉਹਨਾਂ ਦਾ ਇੱਕ ਇੱਕ ਮਿੰਟ ਜਿਹੜਾ ਵਾ ਉਹ ਅੱਜ ਉਹਨਾਂ ਲਈ ਬਹੁਤ ਕੀਮਤੀ ਹੈ, ਕਿਉਂਕਿ ਹੁਣ ਦੀ ਕੀਤੀ ਹੋਈ ਘਾਲਣਾ ਨੇ ਆਪਾਂ ਨੂੰ 5 ਸਾਲ ਜਿਹੜਾ ਵਾ ਉਹ ਸੇਵਾ ਦੇਣੀ ਹੈ। ਇਸ ਕਰਕੇ ਅਸੀਂ ਵੀ ਇਹ ਕਹਿੰਦੇ ਹਾਂ ਵੀ ਬੀਬੀ ਜੀ ਆਪਣੀ ਮਿਹਨਤ ਡੱਟ ਕੇ ਕਰਨ, ਅਸੀਂ ਵੀ ਉਹਨਾਂ ਦਾ ਸਾਥ ਦੇਈਏ, ਜਿੰਨਾ ਵੱਧ ਤੋਂ ਵੱਧ ਹੋ ਸਕਦਾ ਅਸੀਂ ਉਹਨਾਂ ਦਾ ਸਾਥ ਦੇਈਏ। ਜਿਵੇਂ ਵੀਰ ਜੀ ਉਹਨਾਂ ਨੇ ਬੇਨਤੀ ਕੀਤੀ ਸੀ ਵੀ ਗਰਾਊਂਡ ਲੈਵਲ 'ਤੇ ਕੱਲ੍ਹ ਨੂੰ ਜਦੋਂ ਇਲੈਕਸ਼ਨ ਹੋਣੀ ਹੈ, ਇਲੈਕਸ਼ਨ ਵਾਲੇ ਦਿਨ ਬੂਥ ਇੰਚਾਰਜ ਬਹੁਤ ਘੱਟ ਨੇ, ਮੈਂ ਕਹਿੰਦਾ ਇਹ ਗੱਲ ਬਿਲਕੁਲ ਸੱਚ ਹੈ। 1500 ਤੋਂ ਜ਼ਿਆਦਾ, ਕਿਉਂਕਿ 9 ਲੱਖ ਵੋਟ ਨੂੰ ਪੋਲ ਕਰਾਉਣਾ ਹੈ, 1500 ਤੋਂ ਜ਼ਿਆਦਾ ਬੂਥ ਇੰਚਾਰਜ ਚਾਹੀਦੇ ਨੇ, ਜੋ ਸ਼ਾਇਦ ਅੱਜ ਹਰ ਪਿੰਡ ਦੇ ਵਿੱਚ, ਕਿਉਂਕਿ ਬਹੁਤ ਥੋੜ੍ਹੇ ਟਾਈਮ ਤੋਂ ਇਹ ਮੁਹਿੰਮ ਜਿਹੜੀ ਆ ਬੀਬੀ ਖਾਲੜਾ ਜੀ ਨੇ ਸ਼ੁਰੂ ਕੀਤੀ ਆ, ਨਹੀਂ ਹੋਣਗੇ। ਅਤੇ ਜੇ ਅਸੀਂ ਇਹ ਸੇਵਾ ਆਪ ਖੁਦ ਲਈਏ, ਆਪਣੇ ਵੱਲੋਂ ਕੁਛ ਯੂ ਬੂਥ ਜਿਹੜੇ ਆ ਉਹਨਾਂ ਨੂੰ ਆਪ ਔਰ ਅਰੇਂਜ ਕਰਕੇ ਅਤੇ ਉਸ ਹਲਕੇ ਦੇ ਵਿੱਚ ਉਹਨਾਂ ਦਾ ਜਿਹੜਾ ਬੂਥ ਲਗਾਈਏ, ਤਾਂ ਉਹ ਵੀ ਇੱਕ ਬਹੁਤ ਵੱਡੀ ਉਹਨਾਂ ਦੀ ਹੈਲਪ ਹੋਏਗੀ। ਅਤੇ ਉਸ ਤੋਂ ਪਹਿਲਾਂ ਜਿਹੜਾ ਇੱਕ ਕੰਮ ਹੋਰ ਕਰਨ ਵਾਲਾ ਹੈ ਕਿ ਅਜੇ ਬਹੁਤ ਜ਼ਿਆਦਾ ਇਲਾਕਾ ਜਿਹੜਾ ਵਾ, ਕਿਉਂਕਿ 9 MLA ਹਲਕੇ ਸੀਗੇ, ਉਹ ਸਾਰੇ ਅਜੇ ਉਹ ਕਵਰ ਕਰਨ ਵਾਲਾ ਉਹ ਮਿਲਣ ਵਾਲਾ ਰਹਿੰਦਾ ਹੈ। ਅਤੇ ਜੇ ਅਸੀਂ ਕੁਛ ਛੋਟੇ ਛੋਟੇ ਗਰੁੱਪ ਬਣਾ ਕੇ, ਛੋਟੀਆਂ ਛੋਟੀਆਂ ਟੀਮਾਂ ਬਣਾ ਕੇ ਪਿੰਡਾਂ ਦੇ ਵਿੱਚ ਜਾਈਏ, ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰੀਏ, ਆਪਾਂ ਕੋਈ ਸਿਆਸੀ ਗੱਲ ਨਹੀਂ ਉੱਥੇ ਕਰਨੀ, ਕਿਉਂਕਿ ਸਾਡਾ ਜਿਹੜਾ ਜੋ ਸਾਡੀ ਲਾਈਨ ਹੈ ਉਹ ਪੰਥਕ ਹੈ, ਅਸੀਂ ਪੰਥ ਬਾਰੇ ਪੰਥ ਦਾ ਹੁੱਕਾ ਦੇ ਸਕਦੇ ਹਾਂ, ਅਸੀਂ ਸ਼ਹੀਦ ਜਸਵੰਤ ਸਿੰਘ ਖਾਲੜ ਦੀ ਸ਼ਹਾਦਤ ਬਾਰੇ ਲੋਕਾਂ ਨੂੰ ਜਾਣੂ ਕਰਵਾ ਸਕਦੇ ਹਾਂ, ਬੀਬੀ ਜੀ ਦੇ ਸੰਘਰਸ਼ ਬਾਰੇ ਦੱਸ ਸਕਦੇ ਹਾਂ, ਅਤੇ ਉਸ 25,000 ਲਾਸ਼ਾਂ ਦੇ ਲਵਾਰਸ ਲਾਸ਼ਾਂ ਦੇ ਵਾਰਸ ਦੇ ਕਹਾਣੀ ਜਿਹੜੀ ਆ ਉਹ ਲੋਕਾਂ ਨੂੰ ਦੱਸ ਸਕਦੇ ਹਾਂ। ਸੋ ਇਹਨਾਂ ਹੀ ਲਫ਼ਜ਼ਾਂ ਦੇ ਨਾਲ ਮੈਂ ਅੱਗੇ ਤੁਹਾਡੇ ਸਾਰਿਆਂ ਦੇ ਸਨਮੁੱਖ ਕਰਨ ਜਾ ਰਿਹਾ ਵਾਂ, ਵੀਰ ਸੁਖਦੇਵ ਸਿੰਘ ਜੀ ਫਗਵਾੜਾ, ਜੋ ਫਗਵਾੜੇ ਤੋਂ ਉਹਨੇ ਸਿੱਖ ਫੋਰ ਇਕੁਐਲਿਟੀ ਦੇ ਨਾਲ ਉਹਨਾਂ ਨੇ ਸ਼ੁਰੂਆਤ ਕੀਤੀ, ਅੱਜ ਇੱਕ ਵਧੀਆ ਸੇਵਾ ਕਰ ਰਹੇ ਨੇ ਸਿੱਖ ਕੌਮ ਦੇ ਵਿੱਚ, ਬਹੁਤ ਵਧੀਆ ਬੁਲਾਰੇ ਦੇ ਤੌਰ 'ਤੇ, ਬਹੁਤ ਵਧੀਆ ਆਗੂ ਦੇ ਤੌਰ 'ਤੇ, ਸਾਨੂੰ ਆਉਣ ਵਾਲੇ ਭਵਿੱਖ ਦੇ ਵਿੱਚ ਇਹੋ ਜਿਹੇ ਲੀਡਰਾਂ ਦੀ ਲੋੜ ਹੈ। ਵੀਰ ਸੁਖਦੇਵ ਸਿੰਘ ਜੀ ਫਗਵਾੜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਇਸ ਛੋਟੇ ਜਿਹੇ ਸੱਦੇ ਦੇ ਉੱਤੇ ਪਹੁੰਚਣ ਵਾਲੀਆਂ ਸ਼ਖਸੀਅਤਾਂ, ਸਰਦਾਰ ਜਗਜੀਤ ਸਿੰਘ ਗਾਬਾ ਜੀ, ਸਰਦਾਰ ਬਲਦੇਵ ਸਿੰਘ ਸਿਰਸਾ ਜੀ, ਵੀਰ ਖੁਸ਼ਹਾਲ ਸਿੰਘ ਜੀ, ਸਰਦਾਰ ਗੁਰਭਜਨ ਸਿੰਘ ਜੀ, ਜਿੰਨੀਆਂ ਸ਼ਖਸੀਅਤਾਂ ਨੇ ਅੱਜ ਇਸ ਸੱਦੇ ਨੂੰ ਕਬੂਲਦਿਆਂ ਇੱਥੇ ਪਹੁੰਚੇ ਨੇ, ਔਰ ਇਸ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਇਕੱਤਰਤਾ ਦੇ ਵਿੱਚ ਭਾਗੀਦਾਰੀ ਜਿੰਨੀਆਂ ਵੀ ਜਥੇਬੰਦੀਆਂ ਨੇ ਕੀਤੀ ਹੈ, ਵੀਰ ਦਵਿੰਦਰ ਸਿੰਘ ਜੀ ਫਿਰੋਜ਼ਪੁਰ ਤੋਂ, ਬਹੁਤ ਸਾਰੇ ਨੌਜਵਾਨ ਜਿਹੜੇ ਨੇ ਮਾਲਵੇ ਤੋਂ, ਸਰਦਾਰੀਆ ਟਰੱਸਟ, ਅਲੱਗ ਅਲੱਗ ਜਥੇਬੰਦੀਆਂ ਦੇ ਨੁਮਾਇੰਦੇ, ਇੱਕ ਇੱਕ ਦੋ ਦੋ ਨੁਮਾਇੰਦੇ ਆਪਣੀ ਹਾਜ਼ਰੀ ਲਵਾਉਣ ਲਈ ਆਏ ਨੇ। ਸੋ ਸਾਰਿਆਂ ਦਾ ਤਹਿ ਦਿਲੋਂ ਜਿੱਥੇ ਧੰਨਵਾਦ ਕਰਦੇ ਹਾਂ, ਉੱਥੇ ਸਾਨੂੰ ਇਹ ਚੀਜ਼ ਸਮਝਣ ਦੀ ਜ਼ਰੂਰ ਲੋੜ ਹੈ ਕਿ ਇਹ ਪ੍ਰੋਗਰਾਮ ਕਰਾਉਣ ਦੇ ਪਿੱਛੇ ਮਕਸਦ ਕੀ ਸੀ, ਕਿਉਂਕਿ ਇੱਕ ਗੱਲ ਬੜੀ ਸਮਝਣੀ ਔਖੀ ਲੱਗਦੀ ਹੈ ਵੀ ਬੀਬੀ ਜੀ ਚੋਣ ਤਾਂ ਲੜ ਰਹੇ ਨੇ ਖਡੂਰ ਸਾਹਿਬ ਹਲਕੇ ਤੋਂ, ਅਤੇ ਅਸੀਂ ਫਗਵਾੜੇ ਬੈਠੇ, ਫਿਰੋਜ਼ਪੁਰ ਵਾਲੇ, ਜਲੰਧਰ ਵਾਲੇ, ਚੰਡੀਗੜ੍ਹ ਵਾਲੇ ਇੱਥੇ ਆ ਕੇ ਪ੍ਰਚਾਰ
ਕਿਉਂ ਕਰ ਰਹੇ ਨੇ। ਇੱਕ ਤਾਂ ਜਿਹੜਾ ਰੁਤਬਾ ਉਹਨਾਂ ਦੇ ਕੋਲ ਪੰਥਕ ਸ਼ਖਸੀਅਤ ਹੋਣ ਦਾ ਹੈ ਔਰ ਜਿੱਡਾ ਵੱਡਾ ਮਾਣ ਹੈ ਉਹਨਾਂ ਦੇ ਕੋਲ, ਜਥੇਬੰਦੀਆਂ ਪੰਜਾਬ ਤੱਕ ਹੀ ਜਿਹੜੇ ਪੰਜਾਬ ਤੋਂ ਬਾਹਰ ਦੂਸਰੇ ਦੇਸ਼ਾਂ 'ਚ ਬੈਠੇ ਨੇ ਉਹ ਵੀ ਆਪਣੇ ਤੌਰ 'ਤੇ ਜਿੰਨਾ ਬਣਦਾ ਜ਼ੋਰ ਉਹ ਲਾ ਰਹੇ ਨੇ, ਪਰ ਇੱਥੋਂ ਇੱਕ ਮਾਤਰ ਜਿਹੜਾ ਇਸ਼ਾਰਾ ਦੇਣਾ ਚਾਹੁੰਦੇ ਸੀ ਕਿ ਜੇ ਰਾਜਨੀਤਿਕ ਪਾਰਟੀਆਂ ਚੰਗੇ ਉਮੀਦਵਾਰ ਜਿਹੜੇ ਪੰਥ ਨੂੰ ਪੰਜਾਬ ਨੂੰ ਸਮਰਪਿਤ ਹੋਣ, ਉਹਨਾਂ ਦੀ ਇੱਕ ਕਮਿਟਮੈਂਟ ਜਿਹੜੀ ਆ ਉਹ ਪੰਜਾਬ ਦੇ ਨਾਲ ਹੋਵੇ, ਔਰ ਸਭ ਤੋਂ ਵੱਡੀ ਗੱਲ ਉਹਨਾਂ ਦੀ ਪੰਜਾਬ ਦੇ ਪ੍ਰਤੀ ਪੰਥ ਦੇ ਪ੍ਰਤੀ ਕੋਈ ਦੇਣ ਹੋਵੇ, ਜੇ ਇਹੋ ਜਿਹੇ ਉਮੀਦਵਾਰ ਕੋਈ ਵੀ ਰਾਜਨੀਤਿਕ ਪਾਰਟੀ ਆਪਣੀ ਕਿਸੇ ਵੀ ਚੋਣ ਦੇ ਵਿੱਚ ਉਤਾਰਦੀ ਹੈ ਤਾਂ ਆਪ ਮੁਹਾਰੇ ਲੋਕ ਜਿਹੜੇ ਆ ਉਹਨਾਂ ਨੂੰ ਜਿਤਾਉਣ ਲਈ ਆਪਣੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੰਦੇ ਨੇ। ਇਹ ਸਿਰਫ ਇੱਕ ਇਸ਼ਾਰੇ ਮਾਤਰ, ਇਹ ਗੱਲ ਇੱਥੋਂ ਸੁਨੇਹਾ ਜਿਹੜਾ ਹੈ ਉਹ ਰਾਜਨੀਤਿਕ ਪਾਰਟੀਆਂ ਨੂੰ ਦੇਣਾ, ਔਰ ਨਾਲ ਦੀ ਨਾਲ ਅਸੀਂ ਵੀ ਇਹ ਗੱਲ ਸਮਝਣੀ ਹੈ ਕਿ ਜਦ ਤੱਕ ਅਸੀਂ ਵੋਟ ਪਾਉਣ ਦਾ ਫੈਸਲਾ ਜਾਂ ਰਾਜਨੀਤਿਕ ਸਮਰਥਨ ਕਰਨ ਦਾ ਫੈਸਲਾ ਪਾਰਟੀਆਂ ਨੂੰ ਕਰਦੇ ਰਹਾਂਗੇ ਤਦ ਤੱਕ ਸਾਡਾ ਕੋਈ ਵੀ ਸਥਾਈ ਹੱਲ ਨਹੀਂ ਨਿਕਲਣਾ, ਕਿਉਂਕਿ ਕੋਈ ਵੀ ਪਾਰਟੀ ਪੂਰੀ ਪੰਥ ਜਾਂ ਪੰਜਾਬ ਨੂੰ ਸਮਰਪਿਤ ਨਹੀਂ ਹੈ। ਉਹ ਸਾਰੇ ਜਿਹੜੇ ਉਹ ਜਿਹੜਾ ਗੰਦਾ ਸਿਸਟਮ ਹੈ ਰਾਜਨੀਤੀ ਦਾ ਉਹ ਸਾਰੀਆਂ ਪਾਰਟੀਆਂ ਨੂੰ ਕਿਤੇ ਨਾ ਕਿਤੇ ਫੋਲੋ ਕਰਨਾ ਪੈਂਦਾ, ਔਰ ਸਾਰਿਆਂ ਨੂੰ ਨੁਮਾਇੰਦਗੀ ਦੇਣ ਦੇ ਚੱਕਰ ਦੇ ਵਿੱਚ ਠੱਗ ਚੋਰ ਜਿਹੜੇ ਧਰਮਾਂ ਦੇ ਨਾਂ 'ਤੇ ਨਫ਼ਰਤ ਫੈਲਾਉਣ ਵਾਲੇ ਲੋਕ ਨੇ ਉਹ ਸਾਰੇ ਹੀ ਵਿੱਚ ਐਡਜਸਟ ਕਰ ਲਏ ਜਾਂਦੇ ਨੇ। ਸੋ ਸਾਨੂੰ ਜਦੋਂ ਅਸੀਂ ਇਹ ਕ੍ਰਾਈਟੀਰੀਆ ਬਣਾ ਲਾਂਗੇ ਵੀ ਜੇ ਉਮੀਦਵਾਰ ਚੰਗਾ ਹੈ ਤਾਂ ਅਸੀਂ ਉਹਦੀ ਪਾਰਟੀ ਦੇਖੇ ਬਿਨਾਂ ਉਹਨੂੰ ਸਮਰਥਨ ਕਰਾਂਗੇ, ਤਾਂ ਮੈਨੂੰ ਲੱਗਦਾ ਵੀ ਸਾਰੀਆਂ ਰਾਜਨੀਤਿਕ ਪਾਰਟੀਆਂ ਮਜਬੂਰ ਹੋ ਜਾਣਗੀਆਂ ਉਮੀਦਵਾਰ ਦੀ ਚੋਣ ਕਰਨ ਲੱਗਿਆਂ ਉਹਦੀ ਬੈਕਗਰਾਉਂਡ ਦੇਖਣੀ ਔਰ ਉਹਦੀ ਕੋਈ ਨਾ ਕੋਈ ਪੰਥ ਦੇ ਪੰਜਾਬ ਦੇ ਪ੍ਰਤੀ ਕੰਟਰੀਬਿਊਸ਼ਨ ਨੂੰ ਦੇਖ ਕੇ ਫਿਰ ਉਮੀਦਵਾਰ ਜਿਹੜਾ ਆ ਉਹਨਾਂ ਨੂੰ ਉਤਾਰਿਆ ਕਰਨਗੀਆਂ। ਸੋ ਇਹ ਇੱਕ ਛੋਟਾ ਜਿਹਾ ਸੁਨੇਹਾ ਕਿ ਜੇ ਰਾਜਨੀਤਿਕ ਪਾਰਟੀਆਂ ਬੀਬੀ ਪਰਮਜੀਤ ਕੌਰ ਖਾਲੜਾ ਵਰਗੇ ਸ਼ਖਸੀਅਤਾਂ ਨੂੰ ਰਾਜਨੀਤੀ 'ਚ ਲੈ ਕੇ ਆਉਂਦੀਆਂ ਨੇ ਜਾਂ ਇਹੋ ਜਿਹੀਆਂ ਸ਼ਖਸੀਅਤਾਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਵੀ ਰਾਜਨੀਤੀ 'ਚ ਆਉਂਦੀਆਂ ਨੇ, ਤਾਂ ਜੇ ਪੰਜਾਬ ਦੇ ਲੋਕ ਉਹਨਾਂ ਨੂੰ ਬਿਨਾਂ ਸ਼ਰਤ ਸਮਰਥਨ ਕਰਦੇ ਨੇ ਤਾਂ ਜਿਹੜਾ ਆਉਣ ਵਾਲਾ ਸਾਡਾ ਪੰਥ ਦਾ ਪੰਜਾਬ ਦਾ ਭਵਿੱਖ ਹੈ ਉਹ ਉਜਲਾ ਹੋ ਸਕਦਾ, ਔਰ ਕੋਈ ਚੰਗੀ ਉਮੀਦ ਜਿਹੜੀ ਹੈ ਉਹ ਉਸ ਰਾਜਨੀਤੀ ਦੇ ਵਿੱਚੋਂ ਕੀਤੀ ਜਾ ਸਕਦੀ ਹੈ। ਸੋ ਪੰਡਾਲ 'ਚ ਬੀਬੀ ਪਰਮਜੀਤ ਕੌਰ ਖਾਲੜਾ ਜੀ ਵੀ ਪਹੁੰਚੇ ਨੇ ਅਤੇ ਅਸੀਂ ਅਲਾਇੰਸ ਆਫ ਸਿੱਖ ਔਰਗਨਾਈਜੇਸ਼ਨ ਅਤੇ ਦਰਬਾਰੇ ਖਾਲਸਾ ਵੱਲੋਂ ਔਰ ਸਾਰੀਆਂ ਜਥੇਬੰਦੀਆਂ ਵੱਲੋਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਲਾਸਾਨੀ ਕੁਰਬਾਨੀ ਅਤੇ ਉਹਨਾਂ ਦੇ ਸੰਘਰਸ਼ ਨੂੰ ਧਿਆਨ 'ਚ ਰੱਖਦਿਆਂ ਜਗਾਰੇ ਦੀ ਭੂਮੀ ਦੇ ਵਿੱਚ ਉਹਨਾਂ ਦਾ ਸਵਾਗਤ ਕਰਦੇ ਹਾਂ। ਸੋ ਅਸੀਂ ਆਪਣਾ ਖਡੂਰ ਸਾਹਿਬ ਹਲਕੇ ਤੋਂ ਨਾ ਹੁੰਦਿਆਂ ਹੋਇਆਂ ਵੀ ਆਲੇ ਦੁਆਲੇ ਜਥੇਬੰਦੀਆਂ ਦੇ ਨੁਮਾਇੰਦਿਆਂ ਵਜੋਂ ਇਕੱਤਰ ਹੋ ਕੇ ਜੋ ਆਪਣਾ ਫਰਜ਼ ਨਿਭਾਉਣ ਲਈ ਔਰ ਸਾਡੇ ਮਨ 'ਚ ਕਿਤੇ ਇਹ ਸੀ ਵੀ ਅਸੀਂ ਜੋ ਵੀ ਕਰ ਸਕਦੇ ਹਾਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਕੁਰਬਾਨੀ ਨੂੰ ਧਿਆਨ 'ਚ ਰੱਖਦੇ ਹਾਂ, ਉਹਨਾਂ ਦੀ ਚੋਣ ਮੁਹਿੰਮ ਦੇ ਵਿੱਚ ਜੇ ਉਹਨਾਂ ਨੇ ਫੈਸਲਾ ਲਿਆ ਆਉਣ ਦਾ, ਸੋ ਉਹਦੇ ਵਿੱਚ ਅਸੀਂ ਜੋ ਵੀ ਯੋਗਦਾਨ ਪਾ ਸਕਦੇ ਹਾਂ ਉਹ ਪਾਉਣ ਲਈ ਅੱਜ ਇੱਥੇ ਪਹੁੰਚੇ ਹਾਂ। ਔਰ ਬਹੁਤ ਬਹੁਤ ਧੰਨਵਾਦ ਬੀਬੀ ਪਰਮਜੀਤ ਕੌਰ ਖਾਲੜਾ ਜੀ ਦਾ ਵੀ ਕਿ ਉਹਨਾਂ ਨੇ ਇਸ ਚੋਣ ਮੁਹਿੰਮ ਦੇ ਸਮੇਂ ਦੇ ਵਿੱਚ ਪੰਥਕ ਇਕੱਤਰਤਾ ਦੇ ਰੂਪ ਦੇ ਵਿੱਚ ਜਿਹੜੇ ਪੰਥਕ ਨੁਮਾਇੰਦੇ ਅੱਜ ਇਕੱਤਰ ਹੋਏ ਨੇ ਉਹਨਾਂ ਸਾਰਿਆਂ ਦਾ ਜਿੱਥੇ ਸਮਰਥਨ ਕਬੂਲਿਆ, ਔਰ ਅਸੀਂ ਜੋ ਵੀ ਤਿਲ ਫੁੱਲ ਆਪਣੇ ਵੱਲੋਂ ਕਰ ਸਕਦੇ ਹੋਈਏ ਇੱਥੋਂ ਦੇ ਔਰਗੇਨਾਈਜੇਸ਼ਨਸ ਦੇ ਨਾਲ ਰਾਬਤਾ ਕਰਕੇ ਰਿਸ਼ਤੇਦਾਰਾਂ ਨਾਲ ਦੋਸਤਾਂ ਨਾਲ ਜਾਂ ਖੁੱਲ੍ਹੇ ਸੱਦੇ ਦੇ ਤੌਰ 'ਤੇ ਜਿਹੜੀ ਅਪੀਲ ਕਰ ਸਕਦੇ ਹਾਂ ਉਹਨਾਂ ਸਾਰਿਆਂ ਨੂੰ ਜੋ ਵੀ ਇੱਥੇ ਮਦਦ ਦੇ ਤੌਰ 'ਤੇ ਵੋਟ ਪਾਉਣ ਦੀ ਅਪੀਲ ਕਰ ਸਕਦੇ ਹੋਈਏ ਉਹ ਜ਼ਰੂਰ ਕਰਾਂਗੇ। ਔਰ ਇੱਕ ਵਾਰ ਫਿਰ ਤੋਂ ਇੱਥੇ ਪੰਥਕ ਨੁਮਾਇੰਦੇ ਜਿੰਨੇ ਵੀ ਜਥੇਬੰਦੀਆਂ ਦੇ ਪਹੁੰਚੇ ਨੇ ਮੈਂ ਇੱਕ ਵਾਰ ਫਿਰ ਤੋਂ ਸਾਰਿਆਂ ਦਾ ਸਰਦਾਰ ਬਲਦੇਵ ਸਿੰਘ ਸਿਰਸਾ ਜੀ, ਜਗਜੀਤ ਸਿੰਘ ਗਾਬਾ ਜੀ, ਖੁਸ਼ਹਾਲ ਸਿੰਘ ਜੀ, ਦਵਿੰਦਰ ਸਿੰਘ ਸੇਖੋ ਜੀ, ਜਿੰਨੇ ਵੀ ਵੀਰ ਇੱਥੇ ਪਹੁੰਚੇ ਨੇ ਉਹਨਾਂ ਸਾਰਿਆਂ ਦਾ ਅਲਾਇੰਸ ਆਫ ਸਿੱਖ ਔਰਗਨਾਈਜੇਸ਼ਨ ਅਤੇ ਦਰਬਾਰੇ ਖਾਲਸਾ ਵੱਲੋਂ ਆਉਣ 'ਤੇ GINO ਵੀ ਕਹਿੰਦਾ ਅਤੇ ਕੋਟਾਨਕੋਟ ਧੰਨਵਾਦ ਕਰਦਿਆਂ ਉਮੀਦ ਕਰਦਾ ਕਿ ਅਸੀਂ 19 ਮਈ ਤੱਕ ਆਪਣਾ ਜਿੰਨਾ ਜ਼ੋਰ ਹੋ ਸਕਦਾ ਹੋਇਆ ਉਹ ਲਾਉਣ ਦੀ ਬੀਬੀ ਖਾਲੜਾ ਜੀ ਨੂੰ ਜਿਤਾਉਣ ਦੀ ਕੋਸ਼ਿਸ਼ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬੀ ਪਰਮਜੀਤ ਕੌਰ ਖਾਲੜਾ ਜੀ ਨੂੰ
ਜੀ ਆਇਆਂ ਨੂੰ ਅਲਾਇੰਸ ਆਫ ਸਿੱਖ ਔਰਗਨਾਈਜੇਸ਼ਨ ਅਤੇ ਦਰਬਾਰੇ ਖਾਲਸਾ ਵੱਲੋਂ ਬਹੁਤ ਬਹੁਤ ਤੁਹਾਡਾ ਇੱਥੇ ਧੰਨਵਾਦ। ਤੁਸੀਂ ਸਾਨੂੰ ਇਹ ਸਮਾਂ ਦਿੱਤਾ। ਮੈਂ ਸਿਰਫ 2 ਮਿੰਟ ਦੇ ਵਿੱਚ ਦੱਸਣਾ ਚਾਹੂੰਗਾ ਕਿ ਇਹ ਜੋ ਵੀ ਵੀਰ ਤੁਹਾਡੇ ਪਿੱਛੇ ਬੀਬੀ ਖਾਲੜਾ ਜੀ ਬੈਠੇ ਨੇ, ਇਹ ਉਹ ਸਿੰਘ ਨੇ ਜਿਹੜੇ ਪੂਰੇ ਪੰਜਾਬ ਦੇ ਵਿੱਚੋਂ ਇੱਕ ਇੱਕ ਜਥੇਬੰਦੀ ਨੂੰ ਇੱਕ ਇੱਕ ਸਿੰਘ ਰੀਪ੍ਰਜੈਂਟ ਕਰਦਾ ਹੈ। ਕਿਉਂਕਿ ਅਸੀਂ ਇਹ ਇਕੱਠ ਜਿਹੜਾ ਵਾ ਉਹ ਕੋਈ ਭੀੜ ਇਕੱਠੀ ਕਰਨ ਲਈ ਨਹੀਂ ਕੀਤਾ, ਅਸੀਂ ਸਿਰਫ ਅਤੇ ਸਿਰਫ ਉਹਨਾਂ ਸਮੂਹ ਜਥੇਬੰਦੀਆਂ ਦੇ ਇੱਕ ਇਕੱਠ ਨੂੰ ਜੋ ਅਲਾਇੰਸ ਆਫ ਸਿੱਖ ਔਰਗਨਾਈਜੇਸ਼ਨ ਦੇ ਵਿੱਚ 30 ਜਥੇਬੰਦੀਆਂ ਅਤੇ ਉਸ ਤੋਂ ਇਲਾਵਾ ਮੇਰੇ ਕੋਲ ਕੋਈ 23 ਜਥੇਬੰਦੀਆਂ ਦੇ ਨਾਮ ਹੋਰ ਆ ਗਏ ਨੇ, ਕਿਉਂਕਿ ਟੋਟਲ 53 ਜਥੇਬੰਦੀਆਂ ਨੇ ਜੋ ਪੂਰੇ ਪੰਜਾਬ ਦੇ ਵਿੱਚੋਂ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੂੰ ਨਮਨ ਕਰਨ ਲਈ ਇੱਥੇ ਪਹੁੰਚੇ ਨੇ, ਅਤੇ ਉਹ ਤੁਹਾਨੂੰ ਇਹ ਪੂਰੇ ਦਾ ਪੂਰਾ ਸਮਰਥਨ ਦਿੰਦੇ ਨੇ ਕਿ ਅਸੀਂ ਜਿਸ ਵੀ ਹਾਲਤ ਵਿੱਚ ਜਿਸ ਵੀ ਤਰ੍ਹਾਂ ਤੁਸੀਂ ਸੇਵਾ ਲਾਓਗੇ ਤੁਹਾਡੇ ਨਾਲ ਉਹ ਖੜ੍ਹੇ ਨੇ। ਉਹ ਇੱਥੇ ਸਾਰੇ ਵੀਰ ਜਿਹੜੇ ਹਾਜ਼ਰ ਨੇ, ਤੁਹਾਡਾ ਫਿਰ ਤੋਂ ਇੱਕ ਵਾਰ ਜ਼ਰੂਰ ਆਉਣ 'ਤੇ ਧੰਨਵਾਦ। ਅਸੀਂ ਜਦੋਂ ਸਵੇਰੇ ਅਰਦਾਸ ਕਰਦੇ ਹਾਂ ਨਾ ਗੁਰੂ ਸਾਹਿਬ ਦੇ ਅੱਗੇ, ਉਹਦੇ ਵਿੱਚ ਇੱਕ ਪੈਰਾ ਬੋਲਦੇ ਹਾਂ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਧ ਬੰਧ ਕਟਾਏ, ਖੋਪਰੀਆਂ ਲੁਹਾਈਆਂ, ਚਰਖਰੀਆਂ 'ਤੇ ਚੜ੍ਹੇ ਅਤੇ ਤਨ ਆਰਿਆਂ ਨਾਲ ਚਰਵਾਏ, ਉਹਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਸ਼੍ਰੀ ਵਾਹਿਗੁਰੂ। ਅਸੀਂ ਉਹਨਾਂ ਸਿੰਘਾਂ ਦੀ ਕਮਾਈ ਦਾ ਧਿਆਨ ਧਰਕੇ ਵਾਹਿਗੁਰੂ ਬੋਲਦੇ ਹਾਂ ਜਿਨ੍ਹਾਂ ਦੇ ਸ਼ਾਇਦ ਅਸੀਂ ਕਦੀ ਦਰਸ਼ਨ ਨਹੀਂ ਕੀਤੇ, ਸਿਰਫ ਉਹਨਾਂ ਦਾ ਅਹਿਸਾਸ ਲੈਂਦੇ ਹਾਂ। ਅੱਜ ਸਾਡੇ ਵਿੱਚੋਂ ਪਰਿਵਾਰ ਹੈ ਜਿਸ ਪਰਿਵਾਰ ਨੇ ਧਰਮ ਹੇਤ ਸੀਸ ਦਿੱਤਾ ਹੈ, ਅੱਜ ਉਹ ਪਰਿਵਾਰ ਹੈ ਜਿਸ ਪਰਿਵਾਰ ਨੇ ਉਸ ਜੋਤ ਨੂੰ ਜਗਦੀ ਰੱਖਣ ਦੇ ਲਈ ਆਪਣਾ ਆਪ ਬਾਲਿਆ ਹੈ। ਅਸੀਂ ਉਸ ਪਰਿਵਾਰ ਨੂੰ ਸਿਜਦਾ ਕਰਨ ਲਈ ਇੱਥੇ ਆਏ ਹਾਂ। ਤੁਹਾਡਾ ਬੀਬੀ ਜੀ ਫਿਰ ਇੱਥੇ ਆਉਣ 'ਤੇ ਬਹੁਤ ਬਹੁਤ ਧੰਨਵਾਦ। ਮੈਂ ਹੁਣ ਇੱਥੋਂ ਖਡੂਰ ਸਾਹਿਬ ਤੋਂ ਗੁਰੂ ਨਾਨਕ ਮਿਸ਼ਨ ਗੁਰਮਤਿ ਪ੍ਰਚਾਰ ਲਹਿਰ ਦੇ ਵੀਰ ਜਤਿੰਦਰ ਸਿੰਘ, ਉਹਨਾਂ ਨੂੰ ਬੇਨਤੀ ਕਰਦਾ ਕਿ ਉਹ 2 ਮਿੰਟ ਲਈ ਆਉਣਗੇ ਅਤੇ ਉਹ ਆਪਣੇ ਵਿਚਾਰ ਜਿਹੜੇ ਆ ਉਹ ਪੇਸ਼ ਕਰਨਗੇ, ਅਤੇ ਇੱਥੇ ਖਡੂਰ ਸਾਹਿਬ ਤੋਂ ਰਹਿੰਦਿਆਂ ਹੋਇਆਂ ਉਹ ਆਪਣਾ ਸਮਰਥਨ ਵੀ ਜਿਹੜਾ ਵਾ ਉਹ ਆਪਣੇ ਸ਼ਬਦਾਂ ਦੇ ਰਾਹੀਂ ਆਪਣੀ ਟੀਮ ਦੇ ਵੱਲੋਂ ਉਹ ਬੀਬੀ ਖਾਲੜਾ ਜੀ ਨੂੰ ਦੇਣਗੇ। ਵੀਰ ਜਤਿੰਦਰ ਸਿੰਘ ਜੀ, ਗੁਰੂ ਨਾਨਕ ਮਿਸ਼ਨ ਗੁਰਮਤਿ ਪ੍ਰਚਾਰ ਲਹਿਰ ਖਡੂਰ ਸਾਹਿਬ। ਸਮੂਹ ਜਾਗਦੀਆਂ ਜ਼ਮੀਰਾਂ ਵਾਲੇ ਇਕੱਤਰ ਹੋਏ ਸਿੱਖ, ਆਓ ਫਤਿਹ ਨਾਲ ਸਾਂਝ ਪਾਓ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਕਵੀ ਦੇ ਬੜੇ ਪਿਆਰੇ ਬੋਲ ਨੇ, ਉਹ ਇਨਸਾਨ ਨੂੰ ਜਿਹੜਾ ਜ਼ਮੀਰ ਦੇ ਤੌਰ ਦੇ ਉੱਤੇ ਸੁੱਤਾ ਹੋਇਆ ਉਹਨੂੰ ਜਗਾਉਣ ਦੀ ਗੱਲ ਕਰਦਾ ਹੈ, ਅਤੇ ਜਿੰਨਾ ਤੱਕਰ ਇਨਸਾਨ ਜਾਗਦਾ ਨਹੀਂ ਉਹਨਾਂ ਤੱਕਰ ਉਹ ਆਪਣਿਆਂ ਹੱਕਾਂ ਪ੍ਰਤੀ ਕਦੇ ਵੀ ਨਾ ਸੋਚ ਸਕਦਾ, ਨਾ ਉਸ ਰਾਹ ਦੇ ਉੱਤੇ ਤੁਰ ਸਕਦਾ। ਉਸ ਕਵੀ ਦੇ ਬੋਲ ਨੇ, ਕਹਿੰਦਾ ਰਹਿਨੁਮਾਓਂ ਕੀ ਖੁਦਗਰਜ਼ੀ ਔਰ ਕੌਮ ਕੀ ਬੇਬਸੀ ਕੀ ਇੰਤਹਾ ਦੇਖੀਏ, ਵੋ ਜ਼ਾਲਮ ਕੀ ਹਮਾਇਤ ਕਰਤੇ ਹੈ ਔਰ ਕੌਮ ਗਫਲਤ ਮੇਂ ਸੋ ਰਹੀ ਹੈ। ਮਸਲਾ ਇਹ ਹੈ ਵੀ ਸਾਡੇ ਜਿਹੜੇ ਰਹਿਨੁਮਾ ਨੇ ਉਹ ਸਾਡੇ ਉੱਤੇ ਜ਼ੁਲਮ ਕਰਨ ਵਾਲਿਆਂ ਦੀ ਪਿੱਠ ਠੱਪ ਠਪਾਉਂਦੇ ਨੇ, ਅਤੇ ਜਿਹੜੀ ਸਾਡੀ ਪਰਜਾ ਹੈ ਇਹ ਗਫਲਤ ਦੀ ਨੀਂਦ ਦੇ ਵਿੱਚ ਸੁੱਤੀ ਪਈ ਹੈ। ਇੱਥੇ ਅਸੀਂ ਜਿੰਨੇ ਵੀ ਇੱਥੇ ਇਕੱਤਰ ਹੋਏ ਹਾਂ, ਸਾਡਾ ਅਸਲ ਤੌਰ 'ਤੇ ਮਕਸਦ ਇਹ ਬਣਦਾ ਹੈ ਕਿ ਅਸੀਂ ਸੁੱਤੀ ਹੋਈ ਗਫਲਤ ਦੀ ਡੂੰਘੀ ਨੀਂਦ ਦੇ ਅੰਦਰ ਆਪਣੀ ਸਿੱਖ ਕਮਿਊਨਿਟੀ ਨੂੰ ਸਤਿਗੁਰੂ ਜੀ ਦੇ ਸ਼ਬਦ ਰੂਪ ਨਗਾਰੇ ਦੀ ਚੋਟ ਦੇ ਨਾਲ ਜਗਾਉਣਾ। ਅਤੇ ਇੱਕ ਹੋਰ ਬੜੇ ਪਿਆਰੇ ਕਿਸੇ ਕਵੀ ਦੇ ਬਚਨ ਨੇ, ਉਹ ਕਹਿੰਦਾ ਵੀ ਕਰਨੀ ਪੈਣੀ ਤਿਆਰੀ ਤੈਨੂੰ ਆਪਣੇ ਭਰੋਸੇ ਉੱਤੇ, ਆਸਾਂ ਅਤੇ ਉਮੀਦਾਂ ਛੱਡ ਕਰੀਏ ਤਿਆਰੀਆਂ, ਵਫਾ ਦੀ ਨਾ ਆਸ ਰੱਖੀ ਮੁਰਦਾ ਜ਼ਮੀਰਾਂ ਤੋਂ, ਵਫਾ ਦੀ ਨਾ ਆਸ ਰੱਖੀ ਡੋਗਰਿਆਂ ਦੇ ਵਾਰਸਾਂ ਤੋਂ, ਮੁਰਦਾ ਜ਼ਮੀਰਾਂ ਨਾ ਨਿਭਾਉਣ ਵਫਾਦਾਰੀਆਂ। ਮੁਰੀ ਮੁਰਦਾ ਹੋਈ ਜ਼ਮੀਰ ਜਿਹੜੀ ਹੈ ਨਾ ਕਦੇ ਵੀ ਕਿਸੇ ਨਾਲ ਵੀ ਵਫਾਦਾਰੀ ਨਹੀਂ ਕਰ ਸਕਦੀ। ਇੱਥੇ ਜਿਹੜਾ ਟਕਰਾਅ ਹੋ ਰਿਹਾ, ਜਿਹਦੇ ਨਾਲ ਸਾਡੀ ਜੰਗ ਹੈ, ਜਿਹਦੇ ਨਾਲ ਸਾਡੀ ਲੜਾਈ ਹੈ, ਉਹ ਇਨਸਾਨ ਨੇ ਜਿਹੜੇ 4 ਸਾਲ ਦੀ ਬੱਚੀ ਦਾ ਬਲਾਤਕਾਰ ਹੋਣ ਦੇ ਉੱਤੇ ਵੀ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਉਂਦੇ ਨੇ। ਅਸੀਂ ਉਹ ਹਾਂ ਜਿਨ੍ਹਾਂ ਨੇ ਇਹ ਕਹਿਣਾ ਹੈ ਕਿ ਸੋ ਕਿਉਂ ਮੰਦਾ ਆਖੀਐ ਜਿੱਤ ਜੰਮੇ ਰਾਜਾਨ। ਅਸੀਂ ਹਲੇਮੀ ਰਾਜ ਦੇ ਹਾਮੀ ਹਾਂ। ਉਹ ਲੋਕ ਚਾਹੁੰਦੇ ਨੇ ਕਿ ਹਰੇਕ ਇਨਸਾਨ ਉਹ ਕਿਸੇ ਕਮਿਊਨਿਟੀ ਦਾ, ਕਿਸੇ ਸਮਾਜ ਦਾ, ਕਿਸੇ ਥਾਂ ਦਾ ਵਾਸੀ ਹੋਵੇ, ਉਹ ਸਾਡਾ ਗੁਲਾਮ ਬਣ ਕੇ ਰਹੇ, ਉਹ ਕਿਸੇ ਜਾਨਵਰ ਨੂੰ ਤੇ ਜਿਉਂਦਾ ਰੱਖਣ ਲਈ ਕਿਸੇ ਦਾ ਕਤਲ ਕਰ ਦੇਵੇ, ਪਰ ਉਹ ਸਾਡੇ ਕੋਲੋਂ ਇਹ ਨਾ ਆਸ ਰੱਖੇ ਵੀ ਤੁਹਾਡੀਆਂ ਬੇਟੀਆਂ, ਤੁਹਾਡੇ ਬੇਟੇ, ਤੁਹਾਡੀਆਂ ਸੰਸਾਰ ਦੇ ਅੰਦਰ ਇੱਜ਼ਤ ਪਤ ਮਹਿਫੂਜ਼ ਰਹੇਗੀ ਕਿ ਨਹੀਂ ਰਹੇਗੀ, ਸਾਡਾ ਟਾਕਰਾ ਉਹਨਾਂ ਨਾਲ ਹੈ।
ਜਿੰਨਾ ਤੱਕ ਇਹਨਾਂ ਗੱਲਾਂ ਤੋਂ ਅਸੀਂ ਲੋਕਾਂ ਨੂੰ, ਪ੍ਰਜਾ ਨੂੰ, ਇਸ ਸਮਾਜ ਨੂੰ ਜਾਣੂ ਨਹੀਂ ਕਰਵਾਉਂਦੇ ਕਿ ਤੁਸੀਂ ਵੋਟ ਕਿਹਨੂੰ ਪਾ ਰਹੇ ਜੇ। ਮਸਲਾ ਇਕੱਲਾ ਸਿੱਖ ਕਮਿਊਨਿਟੀ ਦੀ ਨਹੀਂ ਹੈ, ਅਸੀਂ ਦੂਸਰਿਆਂ ਦੀਆਂ ਵੀ ਵੋਟਾਂ ਲੈਣੀਆਂ। ਵੀ ਤੁਸੀਂ ਜਦੋਂ ਵੋਟ ਪਾਉਣ ਜਾ ਰਹੇ ਜੇ, ਜਿਹਦਾ ਬੀੜਾ ਨੱਪਣਾ ਉਹ ਲੋਕ ਕੌਣ ਨੇ, ਕਿੱਦਾਂ ਦੇ ਨੇ? ਇੱਕ ਪਾਸੇ ਕਾਤਲ ਹੈ, ਇੱਕ ਪਾਸੇ ਕਤਲ ਹੋਏ ਲੋਕਾਂ ਦਾ ਮਸੀਹਾ ਖਲੋਤਾ ਹੈ। ਅੰਦਾਜ਼ਾ ਤਾਂ ਦੋਨਾਂ ਵਿੱਚ ਅਸੀਂ ਲਾਉਣਾ ਨਾ। ਫਿਰ ਅਸੀਂ ਲੋਕਾਂ ਨੂੰ ਜਿਉਂਦਾ ਕਰਨ ਦੇ ਲਈ, ਉਹਨਾਂ ਦੀਆਂ ਜ਼ਮੀਰਾਂ ਜਗਾਉਣ ਦੇ ਲਈ, ਉਹਨਾਂ ਨੂੰ ਸੁੱਤਿਆਂ ਨੂੰ ਠਾਉਣ ਦੇ ਲਈ ਇੱਕ ਮੁਹਿੰਮ ਵਿੱਢਣੀ ਹੈ, ਜਿਹੜੀ ਸਾਨੂੰ ਪਿੰਡ ਤੋਂ ਪਿੰਡ ਜਾ ਕੇ ਵਿੱਢਣੀ ਚਾਹੀਦੀ ਹੈ। ਮੈਂ ਆਪਣੀ ਸਮੁੱਚੀ ਜਥੇਬੰਦੀ ਵੱਲੋਂ, ਗੁਰੂ ਨਾਨਕ ਮਿਸ਼ਨ ਗੁਰਮਤਿ ਪ੍ਰਚਾਰ ਲਹਿਰ ਵੱਲੋਂ, ਬੀਬੀ ਖਾਲੜਾ ਜੀ ਨੂੰ, ਕਿਉਂਕਿ ਅਸੀਂ ਅੱਗੇ ਵੀ ਇਹਨਾਂ ਦੇ ਨਾਲ ਇੱਕ ਦੋ ਵਾਰੀ ਵਿਚਰਦੇ ਰਹੇ ਹਾਂ, ਸੋ ਪੂਰਨ ਤੌਰ 'ਤੇ ਹਮਾਇਤ ਦੇਣਾ ਅਤੇ ਹਰੇਕ ਸੇਵਾ ਜਿੰਨੀ ਵੀ ਸਾਡੇ ਕੋਲੋਂ ਤਨ ਮਨ ਧਨ ਨਾਲ ਹੋਏਗੀ ਉਹ ਅਸੀਂ ਕਰਨ ਲਈ ਤਿਆਰ ਹਾਂ, ਕਿਉਂਕਿ ਸਾਡੇ ਪੰਥ ਦਾ ਮਸਲਾ ਹੈ, ਸਾਡੇ ਸਮਾਜ ਦਾ ਮਸਲਾ ਹੈ, ਸਾਡੀ ਚਾਰ ਦੀਵਾਰੀ ਦਾ ਮਸਲਾ ਹੈ। ਅਤੇ ਜਿੰਨਾ ਤੱਕਰ ਚੰਗੇ ਲੋਕ ਸਾਡੇ ਆਗੂ ਬਣ ਕੇ, ਜਾਗਦੀਆਂ ਜ਼ਮੀਰਾਂ ਵਾਲੇ ਸਾਡੇ ਹੱਕਾਂ ਦੀ ਰਾਖੀ ਦੇ ਲਈ ਅੱਗੇ ਨਹੀਂ ਜਾਣਗੇ, ਉਹਨਾਂ ਤੱਕਰ ਅਸੀਂ ਚੰਗੇ ਸਮਾਜ ਦੀ ਉਸਾਰੀ ਦਾ ਸੁਪਨਾ ਨਹੀਂ ਲੈ ਸਕਦੇ। ਅਸੀਂ ਇੱਕ ਵਧੀਆ ਸਮਾਜ ਉਸਾਰਨਾ ਹੈ। ਅਤੇ ਮੈਂ ਫਿਰ ਬੇਨਤੀ ਕਰਦੇ ਹਾਂ, ਅਸੀਂ ਸਿਆਸਤ ਨੂੰ ਵੀ ਗੁਰਮਤ ਦੇ ਨਜ਼ਰੀਏ ਨਾਲ ਦੇਖਦੇ ਹੋਏ ਸਿਆਸਤ ਦੀ ਵੀ ਗੱਲ ਕਰਨੀ ਹੈ, ਪਰ ਕਰਨੀ ਗੁਰਮਤ ਦੇ ਨਜ਼ਰੀਏ ਨਾਲ ਹੈ, ਕਰਨੀ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਦੇ ਨਾਲ ਹੈ। ਅਸੀਂ ਚੋਰਾਂ ਦੇ ਨਾਲ ਨਹੀਂ ਖੜਨਾ, ਅਸੀਂ ਭਾਈ ਲਾਲੋ ਦੇ ਨਾਲ ਗੁਰਮਤ ਦੀ ਵਿਚਾਰ ਅਨੁਸਾਰ ਖੜਨਾ ਹੈ ਅਤੇ ਡਟ ਕੇ ਹਮਾਇਤ ਕਰਨੀ ਹੈ। ਸਾਨੂੰ ਕਿਸੇ ਦਾ ਡਰ ਨਹੀਂ ਹੈ, ਸਾਨੂੰ ਕਿਸੇ ਦਾ ਖੌਫ ਨਹੀਂ ਹੈ। ਕਿਉਂ? ਕਿਉਂਕਿ ਅਸੀਂ ਗੁਰਮਤ ਦੇ ਰਾਹ ਦੇ ਉੱਤੇ ਚੱਲਣ ਵਾਲੇ ਉਹ ਇਨਸਾਨ ਹਾਂ ਜਿਹੜੇ ਆਪਣੇ ਆਪ ਨੂੰ ਸਮਝਦੇ ਹਾਂ ਕਿ ਅਸੀਂ ਜਾਗਦੀਆਂ ਜ਼ਮੀਰਾਂ ਵਾਲੇ ਹਾਂ। ਇੱਕ ਨਿੱਕੀ ਜੀ ਮੈਂ ਦੋ ਕੁ ਲਾਈਨਾਂ ਵਿੱਚ ਕਵਿਤਾ ਸਾਂਝੀ ਕਰਕੇ ਸਮਾਪਤੀ ਕਰ ਦੇਣੀ ਹੈ ਕਿ ਜਿਹੜਾ ਲੀਡਰ ਹੈ, ਅੱਜ ਦਾ ਲੀਡਰ ਹੈ, ਉਹ ਬੇਸ਼ਰਮ ਹੋ ਚੁੱਕਾ ਹੈ। ਬੇਸ਼ਰਮ, ਬੇਸ਼ਰਮ ਤਾਂ ਅਸੀਂ ਸਮਝਦੇ ਹਾਂ ਨਾ, ਜਿਹਨੂੰ ਕਿਸੇ ਪ੍ਰਕਾਰ ਦੀ ਕੋਈ ਸ਼ਰਮ ਨਹੀਂ ਹੈ। ਉਹ ਸੈਂਕੜੇ ਲੋਕਾਂ ਦੀਆਂ ਇੱਜ਼ਤਾਂ ਪੱਤਾਂ ਲੁੱਟ ਕੇ ਵੀ, ਕਾਤਲ ਕਰਕੇ ਵੀ ਖੁਦ ਨੂੰ ਮਸੀਹਾ ਦੱਸ ਰਿਹਾ ਹੁੰਦਾ। ਅਸੀਂ ਸਿਰਫ ਲੋਕਾਂ ਨੂੰ ਜਾਣੂ ਕਰਵਾਉਣਾ ਵੀ ਇਹ ਹੈ ਕੌਣ, ਤੁਹਾਡੇ ਸਾਹਮਣੇ ਬਣ ਕਿੱਦਾਂ ਦਾ ਰਿਹਾ। ਵਾਹ ਵੇ ਬੇਸ਼ਰਮ ਲੀਡਰੋ, ਚੰਗੀ ਵਫਾਦਾਰੀ ਨਿਭਾਈ ਜੇ, ਆਪਣੀ ਕੌਮ ਦੀ ਇੱਜ਼ਤ ਵਿੱਚ ਚੁਰਾਹੇ ਆਪਣੇ ਹੱਥੀਂ ਲੁਹਾਈ ਜੇ, ਤੁਹਾਡੇ ਵਿੱਚ ਤੇ ਡੋਗਰਿਆਂ ਵਿੱਚ ਨਹੀਂ ਫਰਕ ਰਤੀ ਰਹਿ ਜਾਂਦਾ ਏ, ਦੋਵੇਂ ਧਿਰਾਂ ਹੀ ਇੱਕੋ ਜਿਹੀਆਂ, ਹਰ ਕੋਈ ਬੇੜੀ ਵਿੱਚ ਵੱਟੇ ਪਾਉਂਦਾ ਏ, ਤਰਦੀ ਜਾਂਦੀ ਸਿੱਖੀ ਦੀ ਨੌਕਾ ਅੱਧ ਵਿਚਾਲੇ ਡੁਬਾਈ ਜੇ, ਵਾਹ ਵੇ ਬੇਸ਼ਰਮ ਲੀਡਰੋ, ਚੰਗੀ ਵਫਾਦਾਰੀ ਨਿਭਾਈ ਜੇ। ਗੁਰੂ ਘਰਾਂ ਨੂੰ ਲੁੱਟਣ ਲੱਗਿਆਂ ਤੁਹਾਨੂੰ ਜ਼ਰਾ ਸ਼ਰਮ ਨਾ ਆਉਂਦੀ ਹੈ? ਭੋਲੇ ਲੋਕੀ ਸੋਚਦੇ ਰਹਿੰਦੇ ਗੋਲਕ ਪਤਾ ਨਹੀਂ ਕਿੱਧਰ ਨੂੰ ਜਾਂਦੀ ਏ, ਚੋਣਾਂ ਵੇਲੇ ਸ਼ਰਾਬ ਵੀ ਤੁਸਾਂ ਗੋਲਕ ਦੇ ਪੈਸੇ ਦੀ ਵਰਤਾਈ ਜੇ, ਵਾਹ ਵੇ ਬੇਸ਼ਰਮ ਲੀਡਰੋ, ਚੰਗੀ ਵਫਾਦਾਰੀ ਨਿਭਾਈ ਜੇ। ਕੀ ਨੀਲੇ ਕੀ ਚਿੱਟੇ ਦੋਵੇਂ, ਕਾਂਗਰਸੀ ਤੇ ਅਕਾਲੀ, ਕੀ ਨੀਲੇ ਕੀ ਚਿੱਟੇ ਦੋਵੇਂ ਇੱਕੋ ਤੱਕੜੀ ਵਿੱਚ ਤੁਲਦੇ ਨੇ, ਲੋਕਾਂ ਦੀਆਂ ਵੋਟਾਂ ਨਾਲ ਬਣਦੇ ਫਿਰ ਲੋਕਾਂ ਨੂੰ ਭੁੱਲਦੇ ਨੇ, ਸ਼ਰਮ ਹਜਾ ਤਾਂ ਹਰ ਬੰਨਿਓ ਇਹਨਾਂ ਛੱਡ ਗਵਾਈ ਜੇ, ਵਾਹ ਵੇ ਬੇਸ਼ਰਮ ਲੀਡਰੋ, ਚੰਗੀ ਵਫਾਦਾਰੀ ਨਿਭਾਈ ਜੇ। ਥੋੜ੍ਹੀ ਜਿਹੀ ਇਹਨਾਂ ਨੂੰ ਅਸੀਂ ਸ਼ਰਮ ਮਹਿਸੂਸ ਕਰਵਾਉਣੀ ਹੈ ਵੀ ਸ਼ਰਮ ਕਰ ਲਿਆ ਕਰੋ, ਲੋਕਾਂ ਦੇ ਸਾਹਮਣੇ ਆਉਣ ਲੱਗਿਆਂ ਥੋੜ੍ਹੀ ਜਿਹੀ ਆਪਣੇ ਆਪ ਦੇ ਅੰਦਰ ਝਾਤ ਮਾਰਿਆ ਕਰੋ। ਸਾਰੇ ਸਮਾਜ ਨੂੰ ਲੋਕਾਂ ਦਾ ਖੂਨ ਪੀ ਕੇ ਵੀ ਅਜੇ ਵੀ ਤੁਸੀਂ ਆਖ ਰਹੇ ਜੇ ਲੋਕ ਤੁਹਾਨੂੰ ਵੋਟਾਂ ਪਾਉਣ, ਕਿੱਦਾਂ ਪਾ ਦੇਣ? ਅਸੀਂ ਲੋਕਾਂ ਤੱਕ ਇਹ ਗੱਲ ਪਹੁੰਚਾਉਣੀ ਹੈ ਵੀ ਭਾਈ ਜੇ ਕਾਤਲਾਂ ਨੂੰ ਆਪਣੇ ਸਿਰਾਂ ਦੇ ਹਾਕਮ ਬਿਠਾ ਲਿਆ ਫਿਰ ਤੁਹਾਡੇ ਪੁੱਤਰ ਜਿੰਦਾ ਰਹਿਣਗੇ, ਬਚਣਗੇ, ਇਹਦੀ ਆਸ ਰੱਖਣੀ ਛੱਡ ਦਿਓ। ਜੇ ਕਾਤਲਾਂ ਨੂੰ ਆਪਣੇ ਹਾਕਮ ਬਣਾਉਣਾ ਹੈ ਅਤੇ ਜੇ ਬੀਬੀ ਖਾਲੜਾ ਵਰਗੇ ਅਸੀਂ ਚੰਗੇ ਨੁਮਾਇੰਦੇ ਚੁਣ ਕੇ ਅਗਾਂਹ ਲੈ ਕੇ ਜਾਵਾਂਗੇ, ਸਾਡੀ ਸੁਸਾਇਟੀ ਦੇ ਵਿੱਚ ਸਿੱਖਿਆ ਦਾ ਪੱਧਰ ਡਿੱਗਾ ਹੋਇਆ, ਸਾਡੀ ਹੈਲਥ ਦਾ ਮਸਲਾ ਜਿਹੜਾ ਉਹ ਵੀ ਇਹਨੂੰ ਚੰਗੇ ਤਰੀਕੇ ਦੇ ਨਾਲ ਸਾਡੇ ਸਮਾਜ ਨੂੰ ਉਸਾਰਨਗੇ, ਇੱਕ ਨਵੀਂ ਦਿਸ਼ਾ ਦੇਣਗੇ, ਸਾਡੇ ਬੱਚਿਆਂ ਦੇ ਭਵਿੱਖ ਬਾਰੇ ਕੋਈ ਚੰਗੀ ਸੋਚ ਸੋਚਣਗੇ। ਸੋ ਮੈਂ ਬਹੁਤਾ ਜ਼ਿਆਦਾ ਨਾ ਬੋਲਦਾ ਹੋਇਆ, ਕਿਉਂਕਿ ਸਮਾਂ ਅੱਗੇ ਹੀ ਬੜਾ ਸੀਮਤ ਹੈ, ਇਹ ਤਾਂ ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਵੀ ਅਤੇ ਬੀਬੀ ਜੀ ਨੂੰ ਵੀ ਉੱਦਮ ਬਖਸ਼ਿਸ਼ ਕਰਨ,
ਇਹ ਸਾਡੀ ਜਿਹੜੀ ਸੱਚ ਤੇ ਝੂਠ ਦੀ ਲੜਾਈ ਹੈ। ਅਸੀਂ ਸੱਚ ਨੂੰ ਵਿਜੇ ਕਰਨ ਦੇ ਲਈ ਆਪਣਾ ਤਨ ਮਨ ਧਨ ਸਭ ਕੁਝ ਝੋਕ ਦੇਣਾ ਤੇ ਅਸੀਂ ਅੱਗੇ ਹੀ ਝੋਕਿਆ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਚੜ੍ਹਦੀ ਕਲਾ ਵਾਲੇ ਜੋ ਬਚਨ ਵੀਰ ਜਤਿੰਦਰ ਸਿੰਘ ਕਰਕੇ ਗਏ, ਕੁਛ ਜਜ਼ਬਾਤੀ ਵੀ ਸੀ ਅਤੇ ਕੁਛ ਚੜ੍ਹਦੀ ਕਲਾ ਵਾਲੇ ਵੀ ਸੀ। ਇੱਕ ਦਿਨ ਮੈਂ ਅਤੇ ਵੀਰ ਪਰਮਪਾਲ ਸਿੰਘ ਪੱਟੀ ਤੋਂ ਅੰਮ੍ਰਿਤਸਰ ਸਾਹਿਬ ਜਾਣਾ ਸੀ। ਰਸਤੇ ਦੇ ਵਿੱਚ ਸਾਨੂੰ ਕੈਰੋਂ ਦੇ ਲਾਗੇ ਕੋਈ ਅੜਚਣ ਆਈ ਜਿਹਦੇ ਵਿੱਚ ਰਸਤਾ ਬੰਦ ਸੀ ਪੁਲਿਸ ਚੌਂਕੀ ਦਾ ਕਰਕੇ। ਸਾਨੂੰ ਵਿਚਲੇ ਰਸਤੇ ਸੁਰ ਸਿੰਘ ਤੋਂ ਝਬਾਲ ਹੁੰਦੇ ਹੋਏ ਅੰਮ੍ਰਿਤਸਰ ਜਾਣਾ ਪਿਆ। ਅਤੇ ਜਦੋਂ ਅਸੀਂ ਝਬਾਲ ਤੋਂ ਅੱਗੇ ਨਿਕਲੇ ਨਾ ਤਾਂ ਵੀਰ ਪਰਮਪਾਲ ਸਿੰਘ ਨੇ ਗੱਡੀ ਸਾਈਡ 'ਤੇ ਲਾ ਲਈ। ਮੈਂ ਕਿਹਾ ਵੀਰ ਜੀ ਕੀ ਹੋਇਆ, ਕੁਛ ਭੁੱਲ ਗਿਆ? ਕਹਿੰਦੇ ਨਹੀਂ, ਹੁਣ ਉਸ ਰਸਤੇ ਦੇ ਸਾਕਸ਼ੀ ਬਣਨਾ ਹੈ ਜਿਸ ਰਸਤਿਓਂ ਖਰੜਾ ਪਹਿਲੇ ਦਿਨ ਤੁਰਿਆ ਸੀ। ਉਸ ਚੌਂਕ ਦੇ ਵਿੱਚ ਪਹੁੰਚੇ ਜਿਸ ਦੇ ਸਾਹਮਣੇ ਉਹ ਸਿਵੇ ਸੀਗੇ, ਜਿਨ੍ਹਾਂ ਸਿਵਿਆਂ ਦੇ ਵਿੱਚ ਵੇਖ ਕੇ ਜਿਨ੍ਹਾਂ ਨੂੰ ਉਹ ਪਹਿਲੀ ਵਾਰ ਉਹਨਾਂ ਦੇ ਵਿੱਚ ਜਾ ਕੇ ਉਹਨੇ ਗਿਣਤੀ ਕੀਤੀ ਲਵਾਰ ਸ਼ਿਲਾਸਾਂ ਦੀ। ਤਾਂ ਉਹ ਇੱਕ ਸਮਾਂ ਸੀ ਜਿਹੜਾ 5 ਮਿੰਟ ਲਈ ਸ਼ਾਇਦ ਉਹ ਵਕਤ ਖਲੋ ਗਿਆ, ਲੂਈ ਕੰਢੇ ਹੋਇਆ, ਸਰੀਰ ਅੱਖਾਂ ਦੇ ਵਿੱਚ ਪਾਣੀ ਵੀ ਆਇਆ, ਅਤੇ ਸ਼ਹਾਦਤ ਨੂੰ ਨਿਮਨ ਕਰਦੇ ਹੋਏ ਉਸ ਚੌਂਕ ਦੇ ਵਿੱਚ ਖਲੋ ਕੇ ਉਸ ਸ਼ਹੀਦ ਨੂੰ ਇੱਕ ਵਾਰ ਜ਼ਰੂਰ ਯਾਦ ਕੀਤਾ ਕਿ ਇਹ ਉਹ ਰਸਤਾ ਸੀ ਜਿਸ ਰਸਤੇ ਨੇ ਸ਼ਹੀਦ ਨੂੰ ਤੋਰਿਆ ਅਤੇ ਉਸ ਨੂੰ ਸ਼ਹਾਦਤ ਤੱਕ ਲੈ ਕੇ ਗਿਆ। ਉਹ ਅਹਿਸਾਸ ਦੀ ਅੱਜ ਵੀ ਸਾਨੂੰ ਲੋੜ ਹੈ। ਜਦੋਂ ਅਸੀਂ ਉਸ ਬਟਨ ਨੂੰ ਨੱਪਣਾ ਹੈ, ਅਸੀਂ ਇਹ ਚੇਤੇ ਕਰਨਾ ਵੀ ਉਹ ਕਿਹੜਾ ਬਟਨ ਹੈ ਜਿਸ ਬਟਨ ਨੂੰ ਅਸੀਂ ਨੱਪਣ ਜਾ ਰਹੇ ਹਾਂ। ਕਿਤੇ ਉਹ ਕਾਤਲਾਂ ਦਾ ਬਟਨ ਤਾਂ ਨਹੀਂ, ਕਿਤੇ ਉਹ ਸਾਡੇ ਕੌਮ ਦੇ ਵੈਰੀਆਂ ਦਾ ਬਟਨ ਤਾਂ ਨਹੀਂ, ਜਾਂ ਉਹ ਬਟਨ ਹੈ ਜੋ ਸ਼ਹੀਦ ਕੌਮ ਦੇ ਵਾਰਸਾਂ ਦਾ ਹੈ। ਸੋ ਇਸ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਨੌਜਵਾਨ ਆਗੂ ਗੁਰਸੇਵਕ ਸਿੰਘ ਭਾਣਾ ਜੀ ਨੂੰ। ਗੁਰਸੇਵਕ ਸਿੰਘ ਭਾਣਾ ਜੀ ਸਾਡੇ ਵਿੱਚ ਆਉਣਗੇ, ਉਹ ਆਪਣੇ ਵਿਚਾਰ ਸਾਂਝੇ ਕਰਨਗੇ। ਉਦੋਂ ਤੱਕ ਮੈਂ ਬੀਬੀ ਜੀ ਨੂੰ ਬੇਨਤੀ ਕਰਾਂਗਾ ਕਿ ਬੀਬੀ ਜੀ, ਜਿਹੜੇ ਛੋਟੇ ਛੋਟੇ ਬੱਚੇ ਤੁਹਾਡੇ ਖੱਬੇ ਪਾਸੇ ਬੈਠੇ ਨੇ, ਇਹ ਰਮਦਾਸ ਤੋਂ ਨੰਗਲ ਸੋਹਲ ਤੋਂ ਆਏ ਨੇ। ਇਹ ਬੱਚੇ ਆਨੰਦ ਜੀਵਨ ਫਾਊਂਡੇਸ਼ਨ ਨਾਮ ਦੀ ਇੱਕ ਸੰਸਥਾ ਵਾ ਜੋ ਮਿਊਜ਼ਿਕ ਔਰਗਨਾਈਜੇਸ਼ਨ ਹੈ। ਇਹ ਛੋਟੇ ਛੋਟੇ ਬੱਚੇ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਕੀਤੇ ਹੋਏ 33 ਸਾਜ਼ਾਂ ਦੇ ਨਾਲ ਕੀਰਤਨ ਕਰਕੇ ਸਭ ਤੋਂ ਪਹਿਲਾਂ ਉਹਨਾਂ ਨੇ ਇੱਥੇ ਸ਼ੁਰੂਆਤ ਕੀਤੀ, ਤੁਹਾਡੇ ਲਈ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਝੋਲੀ ਅੱਡ ਕੇ। ਉਹਨਾਂ ਦੇ ਜਿਹੜੇ ਇੰਸਟਰਕਟਰ ਨੇ, ਉਹਨਾਂ ਦੇ ਜਿਹੜੇ ਟ੍ਰੇਨਰ ਨੇ, ਤੁਹਾਡੇ ਬਿਲਕੁਲ ਪਿੱਛੇ ਬੈਠੇ ਹੋਏ ਨੇ ਵੀਰ ਨਵਜੋਤ ਸਿੰਘ ਜੀ, ਗੁਰਸ਼ਬਦ ਨਾਥ ਹਰੀਕੇ ਤੋਂ, ਚੰਡੀਗੜ੍ਹ ਤੋਂ ਨੇ ਵੀਰ ਜੀ, ਇਹ ਵੀਰ ਜੀ ਇਹ ਸਾਰਾ ਸੈਂਟਰ ਚਲਾ ਰਹੇ ਨੇ। ਉਹਨਾਂ ਬੱਚਿਆਂ ਨੂੰ ਇਹ ਟ੍ਰੇਨ ਕਰ ਰਹੇ ਨੇ। ਇਹਨਾਂ ਬੱਚਿਆਂ ਨੇ ਉਹ ਸਾਜ਼ ਜਿਹੜੇ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਕੀਤੇ, ਰਬਾਬ, ਸਰੰਦਾ, ਸਰੰਗੀ, ਤਾਊਸ ਅਤੇ ਜੋੜੀ, ਉਹਨਾਂ ਦੇ ਨਾਲ ਕੀਰਤਨ ਕਰਕੇ ਗੁਰੂ ਅੱਗੇ ਅਰਦਾਸ ਕੀਤੀ ਹੈ ਕਿ ਤੁਹਾਡੀ ਚੜ੍ਹਦੀ ਕਲਾ ਵਾਸਤੇ। ਉਹਨਾਂ ਬੱਚਿਆਂ ਨੂੰ ਤੁਸੀਂ ਜ਼ਰੂਰ ਮਿਲ ਕੇ ਜਾਣਾ, ਆਸ਼ੀਰਵਾਦ ਦੇ ਕੇ ਜਾਣਾ। ਅਤੇ ਹੁਣ ਮੈਂ ਵੀਰ ਜੀ ਭਾਣਾ ਜੀ ਨੂੰ ਬੇਨਤੀ ਕਰਾਂਗਾ ਆਪਣੇ ਵਿਚਾਰ ਸਾਂਝੇ ਕਰਨ ਲਈ। ਖੰਡੂਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਜੁੜ ਬੈਠੇ ਪੰਜਾਬ ਦੇ ਉਸਾਰੂ ਸੋਚ ਵਾਲੇ ਅਤੇ ਪੰਥਕ ਜਥੇਬੰਦੀਆਂ ਦੇ ਸੂਜਾਨ ਆਗੂ ਸਾਹਿਬਾਨ ਅਤੇ ਬੀਬੀ ਪਰਮਜੀਤ ਕੌਰ ਖਾਲੜਾ ਜੀ, ਜਿਨ੍ਹਾਂ ਦੇ ਹੱਕ ਦੇ ਵਿੱਚ ਆਪਾਂ ਅੱਜ ਇਹ ਪ੍ਰੋਗਰਾਮ ਕਰ ਰਹੇ ਹਾਂ। ਸਭ ਤੋਂ ਪਹਿਲਾਂ ਗੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਨੂੰ ਇਸ ਜਗ੍ਹਾ 'ਤੇ ਕਿਉਂ ਖੜ੍ਹੇ ਹੋਣਾ ਪਿਆ, ਸਾਨੂੰ ਇਹ ਪ੍ਰੋਗਰਾਮ ਕਿਉਂ ਕਰਨੇ ਪੈ ਰਹੇ ਆ, ਕਿਉਂ ਅੱਜ ਅਸੀਂ ਸੜਕਾਂ ਦੇ ਉੱਪਰ ਜਾ ਕੇ ਧਰਨੇ ਲਾ ਰਹੇ ਹਾਂ। ਅੱਜ ਆਹ ਵਾਲੀ ਸਟੇਜ ਵੀ ਉਸੇ ਤਰ੍ਹਾਂ ਦੀ ਆ ਜਿਸ ਤਰ੍ਹਾਂ ਅਸੀਂ ਬੇਅਦਬੀਆਂ ਦੇ ਲਈ ਅਤੇ ਆਪਣੇ ਹੱਕਾਂ ਦੇ ਲਈ ਸੜਕਾਂ 'ਤੇ ਧਰਨੇ ਲਾਉਣੇ ਆ। ਕਿਉਂਕਿ ਆਪਾਂ ਦੇਖੀਏ ਕਿ ਬੇਅਦਬੀਆਂ ਹੋਈਆਂ ਅਤੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਅਨੇਕਾਂ ਸਿੱਖ ਨੌਜਵਾਨਾਂ ਦੇ ਜਿਹੜੇ ਆ ਝੂਠੇ ਪੁਲਿਸ ਮੁਕਾਬਲੇ ਜਨਤਕ ਕੀਤੇ ਕਿ ਇੰਨੇ ਨੌਜਵਾਨ ਜਿਹੜੇ ਆ 25,000 ਦੀ ਗਿਣਤੀ, ਜਿਹੜੀ ਗਿਣਤੀ ਦੱਸੀ ਜਾ ਰਹੀ ਹੈ ਕਿ ਜਿਨ੍ਹਾਂ ਦੀ ਨਿਸ਼ਾਨਦੇਹੀ ਇਹਨਾਂ ਨੇ ਕੀਤੀ, ਉਹਨਾਂ ਦੇ ਹੱਕਾਂ ਦੇ ਲਈ ਉਹ ਲੜਾਈ ਜਿਹੜੀ ਆ ਬੀਬੀ ਜੀ ਨੇ ਅੱਗੇ ਵੀ ਤੋਰੀ। ਅਤੇ ਅੱਜ ਆਪਾਂ ਇਸ ਸਮੇਂ ਦੀ ਗੱਲ ਕਰੀਏ, ਬੇਅਦਬੀਆਂ ਹੋ ਰਹੀਆਂ, ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਚੱਲ ਰਹੀ ਆ, ਜਿਨ੍ਹਾਂ ਨੇ ਹੁਣ ਸਿੰਘ ਸ਼ਹੀਦ ਕੀਤੇ ਆ, ਚਲੋ ਉਹ ਤਾਂ ਕਹਿੰਦੇ ਝੂਠੇ ਪੁਲਿਸ ਮੁਕਾਬਲੇ ਸੀ, ਅੱਜ ਸਭ ਕੁਝ ਜਨਤਕ ਸੀ, ਸਾਡੇ ਸਾਹਮਣੇ ਸੀ, ਪੁਲਿਸ ਅਫਸਰਾਂ ਦਾ ਵੀ ਪਤਾ ਹੈ, ਸਭ ਪਤਾ ਹੈ। ਅੱਜ ਉਹ ਪੁਲਿਸ ਵੀ ਅਣਪਛਾਤੀ ਹੋ ਗਈ, ਉਹ ਲਾਸ਼ਾਂ ਅਣਪਛਾਤੀਆਂ ਸੀ, ਉਹ ਪੁਲਿਸ ਅਣਪਛਾਤੀ ਹੋ ਗਈ ਜਿਹੜੀ ਗੋਲੀਆਂ ਚਲਾ ਕੇ ਸਿੰਘ ਸ਼ਹੀਦ ਕਰ ਗਈ। ਮੇਰੇ ਨਾਲ ਵੀਰ ਸੁਖਰਾਜ ਸਿੰਘ ਆਏ ਆ, ਜਿਨ੍ਹਾਂ ਦਾ ਪਿਤਾ ਜਿਹੜਾ ਸ਼ਹੀਦ ਹੋਇਆ, ਸ਼ਹੀਦ ਭਾਈ ਕਿਸ਼ਨ ਭੁਗਾਤ ਸਿੰਘ ਜੀ, ਉਹ ਪਰਿਵਾਰ ਜਿਹੜਾ ਮੇਰੇ ਨਾਲ ਸੁਖਰਾਜ ਸਿੰਘ ਪਹੁੰਚਿਆ। ਸੋ ਕਹਿਣ ਤੋਂ ਭਾਵ
कि असी अज भी उत्थे खड़े हाँ, अज भी सानू आ जिहड़ी स्टेज लाउणी पै रही आपदे हक्कां दी खातर असी मंगां कि इन्हां तों मंग रहे हाँ इस भारतीय सिस्टम तों जिन्हां ने सानू पहले दिन तों ही सानू जिहड़ा अकिरत घाणा ने सानू वसार के रख्या होया। आनंदपुर साहब के मते की गल संत जरनैल सिंह जी समय तो चलती आ रही है, तो साढ़े आगू जिहड़े विसार चुके आ वह भी साढ़े हक्कां दी गल है। अज मैं माफ करना, मैं थोड़ा जिहा साइड ते जाऊँगा, हुणे सुन रहे सी राजा वड़िंग की एक वीडियो, वह इस पक्ष तो सीधा दूसरे पासे उल्ट खड़ा, तो वह शहर के वड्डी गिणती दे विच हिंदू कम्यूनिटी दे विच वोटां लई प्रचार करन गया, तो कह रहा कि यह कांग्रेस की देन है कि अज आप जी तुरे फिरते हैं, तो क्योंकि इत्थे हिंदुआं नूं वड्या टुकया जा रहा है, तो हिंदू सर जिहड़ी आ कांग्रेस की सरकार इन्होंने इन्हों नूं खत्म किया कि अत्तवादियों नूं। राजा वड़िंग वो अपनी स्पीच दे विच उत्ते कह रहा इदां दे हालात है साढ़े जिले का, जिहड़ा इन्होंने उतारिया उम्मीदवार मुहम्मद सदीक फरीदकोट तो, वह भी अपनी इंटरव्यू दे विच कह रहा कि मैं सरदार बेअंत सिंह का साथ दिता, साथ तो भाव कि मैं प्रचार दे लई जांदा जो इन्होंने क्योंकि कहिंदा मेरा काम है मेरा किता तूं भी लैके जाना लोगों नूं इकट्ठे करना। सो वह इंसान कहिंदा भी अत्तवाद दे समें दे विच कि ये सब साढ़े सामने आके शरेआम सानू अत्तवादी कह के, जिन्हां ने बीबी परमजीत कौर खाला जी जे चोण लड़ रहे तो असी की प्रचार रहे हैं कि शहीद भाई जसवंत सिंह जी ने इन्ने हजार सिख नौजवान जिहड़े भारतीय स्टेट के शहीद होए आ किने कीते आ के पी एस गिल वर्गिया ने बेअंत बुच्चड़ वर्गिया ने असी वह कह रहे हैं, तो एन सामने ये दो उम्मीदवार जिहड़े साढ़े सामने आए आ। सानू सब पता कि कांग्रेस ने बहुत कुछ किया पर यह दो उम्मीदवार राजा वड़िंग दूसरा मुहम्मद सदीक शरेआम साढ़े सामने कह रहे हैं कि असी जां कांग्रेस ने आ जी अपने फर्ज अदा किए। सो साडे लोगों नूं हजे भी जाग नहीं आ रही, वो अज भी कहिंदे आ जी राजा वड़िंग जितूगा मुहम्मद सदीक जितूगा। तरेगा अजिहे साढ़े पंजाब दे देखो वड्डी गिणती बरगाड़ी मोर्चा चलिया, वड्डी गिणती उत्थे 7 अक्तूबर नूं इकट्ठ भरदा आप मोहारा, तो दो पासे इन्हां टोलियां दी जिहड़ी आ रैली सी कांग्रेस दी अते अकालियां दी, उत्थे इन्हां ने लालच दे के बसां दे के भी लोग बुलाए ते पर इकट्ठ दोवां दा भी मोर्चे दे बराबर नहीं होया। वह वक्री गल आ कि साडे आगू मोर्चा चक के ते घरों घरी तुर गए। सो बेनती यह है कि मनुखी अधिकारां दी लड़ाई लड़न वाले सिख पहले दिन तो अज तक सड़कां ते बैठ के मंगा मंगण जोगे रह गए, ये साडी कमी है, साडी वोटरां दी कमी है कि असी मनुखी अधिकारां दी जिहड़ी लड़ाई लड़न वाले आ उन्हां नूं पार्लीमेंट तक भेज नहीं सके, विधानसभा तक भेज नहीं सके। सो अपील करते हैं जरिया चाहे कोई भी आ, साढ़े कोल सोशल मीडिया जरिया, साढ़े कोल जेकर असी डोर टू डोर वीर जी इत्थे कर रहे हैं, वीर गुरप्रीत सिंह सिंघापुरी आ उन्हां नाल गलबात होंदी रहिंदी आ, वह ग्राउंड वर्क कर रहे हैं जिन्हां कोल जिस तरह का भी अपने कोल प्लेटफॉर्म हैगा वो इन्हां दे लई प्रचार करन। जेकर बीबी परमजीत कौर खालड़ा ये शीट हारदे आ तां साडी सारिआं दी हार आ, साडी कौम दी हार आ, साडे पंजाब दी हार आ, ते दो सीटां जिहड़ियां मुख आ पंजाब दे विच बठिंडे वाली हरसिमरत बादल ते फिरोजपुर जिहड़ी हैगी आ उत्थे सुखबीर बादल खुद खड़ा, ते जे वह दोवें जितदे आ तां साडे वास्ते वह भी बहुत वड्डी हार आ, क्योंकि असीं इह चीकदे आए हां कि इन्हां ने बेअदबियां करवाईआं, सरसा साध नूं माफ़ियां दवाईआं, इन्हां ने ही सिंघ शहीद करवाए, तो ये साढ़े सामने साफ, पर जेकर वह अज भी जित जाते हैं तो कितें ना कितें साडी वह बहुत वड्डी भैड़ी हार आ, क्योंकि वह लोगों सामने आके खड़ के कहण जोगे आ जेकर असी दोषी सी तां साडी जित किवें होई। वह भी उत्थों वह कहिंदा भी जित्थों तुहाडा जहेदार जहेदार मंड। सो संगत जी बेनती है कि बीबी परमजीत कौर खालड़ा नूं वड्डी बहुमत साडा दोणा हक है अते फर्ज इस करके आ क्योंकि इन्होंने साड़ी जिहड़ी आ बहुत वड्डी लड़ाई लड़ी आ। शहीद भाई जसवंत सिंह खालड़ा जी शहीदां दे सिवे फरोलदे फरोलदे शहीदां दीआं निशानदीआं करदे करदे वह आप शहीद हो गए, तो उन्हां दी लड़ाई नूं अगे तौर ते बीबी जी अज तक लड़ाई लड़ रहे आ,
ਤੇ ਅੱਜ ਆਪਾਂ ਉਸ ਸਟੇਜ ਤੇ ਖੜੇ ਆ ਕਿ ਜਿੱਥੇ ਸਾਡੇ ਸਾਹਮਣੇ ਫੈਸਲਾ ਕਰਨ ਦੀ ਜਿਹੜੀ ਆ ਸਾਡੇ ਸਾਹਮਣੇ ਤਾਰੀਖ ਆ ਚੁੱਕੀ ਆ ਕਿ ਅਸੀਂ ਫੈਸਲਾ ਕਰਨ ਜੋਗੇ ਹੋ ਸਕਦੇ ਹਾਂ ਜੇਕਰ ਅਸੀਂ ਰਲ ਮਿਲ ਕੇ ਸਾਥ ਦੇਈਏ ਤਾਂ। ਸੋ ਅਸੀਂ ਨੌਜਵਾਨਾਂ ਵੱਲੋਂ ਸਾਰਿਆਂ ਵੱਲੋਂ ਅਸੀਂ ਸਹਿਯੋਗ ਦਿੰਦੇ ਹਾਂ ਬੀਬੀ ਜੀ ਨੂੰ ਅਤੇ ਜੋ ਹੋ ਸਕਦਾ ਹੋਇਆ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਬੀਬੀ ਜੀ ਦੇ ਹਲਕੇ ਦੇ ਵਿੱਚ ਜੇ ਹੋ ਸਕਿਆ ਤਾਂ ਅਸੀਂ ਉਹ ਵੀ ਗਰਾਊਂਡ ਲੈਵਲ 'ਤੇ ਥੋੜ੍ਹਾ ਕੰਮ ਕਰਾਂਗੇ। ਪਿੱਛੇ ਤੁਹਾਨੂੰ ਪਤਾ ਉਲਝੇ ਰਹੇ, ਤੁਹਾਨੂੰ ਸਭ ਪਤਾ ਹੈ ਕਿ ਕੁਛ ਹੋ ਚੁੱਕਿਆ, ਮਾਰਚ ਕੱਢ ਲਓ, ਇਹ ਕਰ ਲਓ ਅਤੇ ਬਦਨਾਮੀ ਕੌਮ ਦੀ, ਆਗੂਆਂ ਨੇ ਅੱਜ ਤੱਕ ਬਦਨਾਮੀ ਹੀ ਕਰਵਾਈ ਆ, ਮੋਰਚੇ ਚਾਹੇ ਜਿੰਨੇ ਮਰਜ਼ੀ ਲੱਗੇ। ਸੋ ਵੀਰੋ, ਲਾਮਬੰਦੀ ਨੌਜਵਾਨਾਂ ਦੇ ਸਿਰ 'ਤੇ ਕਰ ਲਓ, ਜੇਕਰ ਬੀਬੀ ਦੇ ਹੱਕ ਦੀ ਗੱਲ ਆ ਉਹ ਵੀ ਅਸੀਂ ਨੌਜਵਾਨਾਂ ਨੇ ਫੈਸਲੇ 'ਤੇ ਲੈ ਕੇ ਆਉਣੀ ਆ, ਅਤੇ ਜੇਕਰ ਸਾਡੇ ਪੰਥਕ ਮਸਲਿਆਂ ਦੀ ਗੱਲ ਆ ਤਾਂ ਉਹ ਵੀ ਆਪਾਂ ਆਪਣੇ ਸਿਰ 'ਤੇ ਰੱਖ ਲਈਏ। ਸਾਡੇ ਆਗੂਆਂ ਨੇ ਸਾਨੂੰ ਸਾਫ਼ 'ਤੇ ਕੋਰਾ ਕਰ ਦਿੱਤਾ ਕਿ ਅਸੀਂ ਕੁਛ ਨਹੀਂ ਕਰ ਸਕਦੇ, ਅਸੀਂ ਰਲ ਕੇ ਚੱਲਦੇ ਹਾਂ। ਕਿਉਂਕਿ ਰਲ ਕੇ ਕਿਵੇਂ ਚੱਲਦੇ ਆ, ਕਾਂਗਰਸ ਦੇ ਖਿਲਾਫ਼ ਕੋਈ ਬੋਲਣ ਨੂੰ ਤਿਆਰ ਨਹੀਂ, ਕਿਉਂਕਿ ਉਹ ਅੱਜ ਪਾਵਰ 'ਚ ਆ, ਬਾਦਲਾਂ ਦੇ ਖਿਲਾਫ਼ ਬੋਲੀ ਚੱਲੋ। ਉਹਨਾਂ ਨੇ ਤਾਂ ਸਾਨੂੰ ਕਿਹਾ ਹੋਇਆ ਕਿ ਇੱਕ ਪਾਸੇ ਹੋ ਜਾਓ, ਸੋ ਇੱਕ ਪਾਸੇ ਲੀਕ ਨਹੀਂ ਖਿੱਚਣੀ, ਪੂਰੀ ਲੀਕ ਖਿੱਚਣੀ ਆ ਭਾਰਤੀ ਸਿਸਟਮ ਦੇ ਖਿਲਾਫ਼, ਕਿਉਂਕਿ ਇਹ ਭਾਰਤੀ ਸਿਸਟਮ ਦੇ ਖਿਲਾਫ਼ ਜੇ ਲੀਕ ਖਿੱਚਾਂਗੇ ਤਾਂ ਬੀਬੀ ਦੇ ਹੱਕ 'ਚ ਅਸੀਂ ਤਾਂ ਹੀ ਆਵਾਂਗੇ। ਸੋ ਸੰਗਤ ਜੀ, ਹੱਥ ਬੁਣ ਕੇ ਅਪੀਲ ਹੈ, ਤੁਹਾਡਾ ਇਲਾਕਾ ਹੈ, ਤੁਸੀਂ ਵੋਟ ਪਾਓਗੇ ਤਾਂ ਹੋ ਸਪੋਰਟ ਹੋ ਸਕਦੀ ਹੈ। ਸਾਡੇ ਕਹਿਣ ਨਾਲ ਸਿਰਫ ਤਿਲ ਫੁੱਲ ਭੇਟਾਈ ਹੈ ਜੇ ਅਸੀਂ ਮੂੰਹ ਬੋਲਦੇ ਹਾਂ ਤਾਂ। ਸੋ ਵੋਟ ਦੇ ਨਾਲ ਹੀ ਮਸਲਾ ਹੱਲ ਹੋਣਾ ਹੈ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਰਵਿੰਦਰ ਸਿੰਘ ਜੀ ਬ੍ਰਹਮਪੁਰਾ ਸਾਡੇ ਵਿੱਚ ਆਏ ਨੇ, ਉਹਨਾਂ ਦਾ ਜੀ ਆਇਆਂ ਨੂੰ। ਮੈਂ ਫਿਰ ਇੱਕ ਵਾਰ ਮੀਡੀਆ ਨੂੰ ਬੇਨਤੀ ਕਰਦਾ ਕਿ ਰਹਿਮਤ ਟੀਵੀ, ਸੁਰਖਾਬ ਟੀਵੀ, ਅਕਾਲ ਚੈਨਲ ਅਤੇ ਵਾਇਸ ਆਫ ਖਾਲਸਾ ਟੀਵੀ, ਇਹ ਸਾਰੇ ਵੀਰ ਸਾਡੀ ਆਵਾਜ਼ ਜੋ ਜਨਤਾ ਤੱਕ ਪਹੁੰਚਾ ਰਹੇ ਨੇ, ਜਿਹੜੇ ਇੱਥੇ ਨਹੀਂ ਹਾਜ਼ਰ ਹੋ ਸਕੇ ਕਿਸੇ ਨਾ ਕਿਸੇ ਕਾਰਨ ਕਰਕੇ, ਜਾਂ ਉਹ ਲੋਕ ਜਿਹੜੇ ਘਰਾਂ 'ਚ ਬੈਠੇ ਨੇ ਜੋ ਮਲਟੀਮੀਡੀਆ ਦੇ ਰਾਹੀਂ ਸਾਨੂੰ ਵੇਖ ਰਹੇ ਨੇ, ਉਹਨਾਂ ਦਾ, ਇਹਨਾਂ ਟੀਵੀ ਚੈਨਲਸ ਦਾ ਬਹੁਤ ਬਹੁਤ ਧੰਨਵਾਦ। ਅਤੇ ਇੱਕ ਨਾਲ ਹੀ ਬੇਨਤੀ ਮੈਂ ਸਾਰਿਆਂ ਦੇ ਅੱਗੇ ਇਹ ਕਰਨੀ ਚਾਹੁੰਦਾ ਵਾਂ ਕਿ ਅਸੀਂ ਆਪਣੇ ਜੋ ਜੋ ਸਾਡੇ ਹਲਕੇ ਦੀਆਂ ਮੁਸ਼ਕਲਾਂ ਨੇ, ਅਸੀਂ ਉਹਨਾਂ ਪ੍ਰਤੀ ਜੋ ਜੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਇਹ ਜ਼ਿੰਮੇਵਾਰੀ ਦਿੰਦੇ ਹਾਂ ਕਿ ਉਹ ਸਾਡੇ ਹੱਕਾਂ 'ਚ ਲੜਾਈ ਲੜਨਗੇ, ਤਾਂ ਉਹਦੇ ਨਾਲ ਨਾਲ ਇੱਕ ਜਿਹੜੀ ਗੱਲ ਪਹਿਲਾਂ ਕੀਤੀ ਸੀ ਮੈਂ ਫਿਰ ਦੁਹਰਾਉਣਾ ਚਾਹੁੰਦਾ ਕਿ ਜੇ ਬੀਬੀ ਖਾਲੜਾ ਜੀ ਨੂੰ ਹਲਕਾ ਜਾਂ ਬੂਥ ਲੈਵਲ 'ਤੇ ਸਾਡੀ ਟੀਮ ਦੀ ਕਿਤੇ ਲੋੜ ਪੈਂਦੀ ਹੈ ਤਾਂ ਸਾਡੀ ਟੀਮ ਨੂੰ ਉਹ ਆਪਣਾ ਜੋ ਵੀ ਇੰਸਟਰਕਸ਼ਨ ਦੇ ਸਕਦੇ ਨੇ, ਸਾਡੀ ਟੀਮ ਦੇ ਨੁਮਾਇੰਦੇ ਉਹਨਾਂ ਹਲਕਿਆਂ ਦੇ ਵਿੱਚ ਉਹਨਾਂ ਬੂਥ ਦੇ ਉੱਤੇ ਜਾ ਕੇ ਉਹਨਾਂ ਦੀ ਮਦਦ ਕਰਨਗੇ। ਅਤੇ ਹੁਣ ਮੈਂ ਬੇਨਤੀ ਕਰਨਾ ਚਾਹੁੰਦਾ ਵਾਂ ਵੀਰ ਹਰਜਿੰਦਰ ਸਿੰਘ ਜੀ ਮਾਝੀ ਜੋ ਦਰਬਾਰੇ ਖਾਲਸਾ ਤੋਂ ਆਏ ਨੇ ਅਤੇ ਉਚੇਚੇ ਤੌਰ 'ਤੇ ਆਪਣੇ ਸਿੰਘਾਂ ਦੇ ਨਾਲ ਇੱਥੇ ਪਹੁੰਚੇ ਨੇ, ਉਹ ਰੂਬਰੂ ਹੋਣਗੇ ਅਤੇ ਬੀਬੀ ਖਾਲੜਾ ਜੀ ਨੂੰ ਆਪਣੇ ਮਿਸ਼ਨ ਬਾਰੇ ਦੱਸਣਗੇ ਅਤੇ ਆਪਣਾ ਸਮਰਥਨ ਜਿਹੜਾ ਉਹ ਦੇਣਗੇ। ਵੀਰ ਹਰਜਿੰਦਰ ਸਿੰਘ ਜੀ ਮਾਝੀ, ਦਰਬਾਰੇ ਖਾਲਸਾ। ਕਿਸ ਹੀ ਕੋਈ ਕੋਏ ਮੰਨ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜ਼ੈ ਰੋਏ, ਜਾ ਲੱਗ ਚਿਤ ਨਾ ਆਵਹੀ। ਸਤਿਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਵੱਲੋਂ ਬਰੋਸਾਈ ਪਾਵਨ ਪਵਿੱਤਰ ਧਰਤੀ ਖੰਡੂਰ ਸਾਹਿਬ 'ਤੇ ਸਿੱਖ ਕੌਮ ਦੇ ਅਨਮੋਲ ਹੀਰੇ, ਮਨੁੱਖੀ ਅਧਿਕਾਰਾਂ ਦੇ ਰਾਖੇ ਭਾਈ ਜਸਵੰਤ ਸਿੰਘ ਜੀ ਖਾਲੜਾ ਜੀ ਦੀ ਸ਼ਹਾਦਤ ਨੂੰ ਯਾਦ ਕਰਨ ਲਈ ਔਰ ਉਹਨਾਂ ਵੱਲੋਂ ਅਰੰਭੇ ਮਿਸ਼ਨ ਨੂੰ ਅੱਗੇ ਤੋਰਨ ਵਾਲੇ ਸਤਿਕਾਰਯੋਗ ਬੀਬੀ ਪਰਮਜੀਤ ਕੌਰ ਖਾਲੜਾ ਜੀ ਨੂੰ ਸਮਰਥਨ ਦੇਣ ਲਈ ਸੱਜ ਬੈਠੇ ਗੈਰਤਵੰਦ ਲੋਕੋ, ਵੀਰੋ, ਬਜ਼ੁਰਗੋ, ਭੈਣੋ, ਫਤਿਹ ਸਾਂਝੀ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦ ਜਸਵੰਤ ਸਿੰਘ ਜੀ ਖਾਲੜਾ ਨੇ ਸ਼ਹਾਦਤ ਦੀ ਬੁੱਕਲ ਦੇ ਵਿੱਚੋਂ ਜਿਹੜਾ ਇੱਕ ਲੈਕਚਰ ਦਿੱਤਾ, ਬੜਾ ਫੇਮਸ ਹੈ, ਜਿਹੜਾ ਤੁਸੀਂ ਆਪ ਸੁਣਿਆ ਬਹੁਤ ਵਾਰੀ, ਉਹਦੇ 'ਚੋਂ ਇੱਕ ਗੱਲ ਕਰਦੇ ਨੇ ਕਿ ਸਿੱਖੋ ਕਦੇ ਗੁਰੂ ਤੋਂ ਸ਼ਹਾਦਤ ਵੀ ਮੰਗ ਲਿਆ ਕਰੋ, ਅਸੀਂ ਡਰਦੇ ਮੰਗਦੇ ਨਹੀਂ। ਔਰ ਫਿਰ ਉਹ ਕਹਿੰਦੇ ਨੇ
कि जेड़े लोग शहादत नू प्राप्त कर लेंदे ने वो गुरु तो नहीं बनते, पर गुरु तो बाद जे सिख किते सब तो वध सत्कार किसे दा करदे तां वो शहीद ने। एहो जिहां गल्लां करदे करदे सरदार जसवंत सिंह खालड़ा आप उस मंजिल ते पहुंच गए, ते साडा सारियां दा फर्ज बन गया उसे दिन कि जदों असी गुरु तो बाद किसे दा सब तो वध सत्कार करदे आ तां वो शहीदां दा करदे आ। उन्हां शहीदां दे विच्चों एक हन सरदार जसवंत सिंह खालड़ा। और मैं बहुत सारे संघर्षशील परिवारों नूं जाणदा, जदों घर दे विच्चों किसे एक दी शहादत हो जाती है तां बहुते टब्बर यू टर्न मार जांदे आ। बीबी परमजीत कौर खालड़ा, आपां सारे परिवारां वाले बैठे हाँ, जिस बीबी नूं अपने पति की लाश भी वेखनी नसीब ना होई होवे, आस गमांड रिश्ते सिरके कबीले कहिंदे होणगे छड्ड भैणे हुण टाइम कट जवाक पाल, पर मैं कहना गुरु गोबिंद सिंह पिता की बख्शिश तो बिना एड्डी वड्डी लड़ाई इन्ना लम्मा चिर नहीं लड़ी जा सकती। और ये सतगुरु के पात्र ने, ते साडा सारियां दा फर्ज बनता है, साडे प्रचारकां दा फर्ज बनता है कि जे असी स्टेजां दे उत्ते गुरबाणी दीआं गल्लां इतिहास दीआं गल्लां सुणाउने आ, पर जदों इतिहास सिरजण दा मौका आउंदा है तां उदों असी सज्जे खब्बे होंने आ, बाईपास लंघदे आ। ते मैं समूह प्रचारकां नूं कहना चाहुंदा कि इत्थे समां कढ़न खंडूर साहिब वास्ते। दूसरा, बीबी परमजीत कौर खालड़ा दे मुकाबले जिहड़े कैंडीडेट खड़े होए आ चोण लड़ रहे आ, सच जाणियो मैनू वो इंसान नहीं लगते। मैं अज बीबी जंगीर कौर जिहड़ी अपने अंश वंश की कातल है उन्हूं कहना चाहुंदा कि वह बीबी परमजीत कौर खालड़ा दियां अखां च अखां पा के गल करन जोगी है। शर्म होनी चाहीदी उन्हां लोकां नूं जिहड़े अज सरदार जसवंत सिंह खालड़े की शहादत ते किंतु परंतु करते हैं, कैप्टन अमरिंदर होरी जां ये बादल के कहण नूं बहुत कुछ है। ये बहुत नीवे लैवल दे बंदे ने, इसलिए खंडूर साहब वाले तुहानू पूरे भारत दे विचों सब तो चंगा कैंडीडेट मिलिया। और जे ये मौका खुंझाता तां इहो जे मौके बार बार नहीं मिलते। आखिर ते मैं ये कहना चाहुंदा कि प्रकाश सिंह बादल जिन्हें अज एक बयान तुसी पढ़ लिया, पढ़िया जी, कहिंदा नकोदर कांड वर्गे जिहड़े कांड ने ये आम हो जाते ने, लग्या ना पंजाबी ट्रिब्यून दे फ्रंट ते, नकोदर वर्गे कांड आम ही वापर जाते ने, इस बयान नू सीरीयस लेना चाहिए। इथों ये खदशा जाहर हुंदा है कि नकोदर ते बरगाड़ी नहीं, बादल क्या ने बड़े बड़े पद्धर ते गुरु ग्रंथ साहिब दियां बेअदबियां होर भी करवाइया हो सकदियां ने, ते बहुत बड़े पद्धर ते साडे निहत्थे इंसाफ मंगदे लोकां दे खून नाल होर भी बहुत होली खेडी है, पर साडे कोले कुछ क रिकॉर्ड विच आ गईयां गल्लां ध्यान विच आ गईयां, असी उन्हां दा प्रचार कर रहे हां, लोकां नूं दस रहे हां। जदों सिखां तो वोटां भी लैणियां होण चोणां दे टाइम जिहड़ा बादल कहिंदा कि नकोदर वर्गे कांड आम वापर जांदे ने, मैं पुछना चाहुंदा 1986 दी 2 फरवरी नूं गुरु ग्रंथ साहिब महाराज दियां 5 बीड़ां 5 सरूप सड़े, की ये कांड आम सी? 4 फरवरी नूं 4 नौजवानां नूं शांतमई सतनाम वाहिगुरु का पाठ करदियां नूं 1986 विच निशाना बनाया गया, गोलियां मारियां गईयां, की ये कांड आम सी? हरमिंदर सिंह दे मूंह विच गोली चला दित्ती गई, और जिहड़े दोषी पुलिस ऑफिसर ने इजहार आलम वर्गे दरबारा गुरु वर्गे उन्हूं अहुदेदारियां दे नाल नवाजिया जा रहा। इसलिए प्यारियो, जे अज भी आपां ना जागे तां आउण वालियां पीढ़ियां साडी जान नूं रोणगियां,
कि जिथे एक पासे जसवंत सिंह खालड़ा ते बीबी परमजीत कौर खालड़ा वर्गे लड़ाई लड़ रहे सी, उत्थे दूजे पासे ऐसे भी साडे पुरखे सी जिहड़े खुदगर्जियां विच उलझे हुए सी, जिहड़े डी ग्रेड लोगों का साथ दे रहे सी। आखिर ते मैं उन्हां लोगों नूं कहना चाहुंदा जिहड़े प्रकाश सिंह बादल नूं वोट पाउण दा मन बना चुके हन, जिन्हां नूं अजे भी यह आम लग रहा है, उन्हां नूं एक बेनती है कि एक दिन समा कढ़ो 10-15 मिनट कढ़ के। असी एक लानत पत्र पढ़िया सीगा 14 अक्तूबर 2018 नूं उस कोटकपुरे दे चौंक विच, जिस चौंक नूं बादलां ने पुलिस दे राही जलियांवाला बाग बनाया सी। शांतमई इत्थे कृष्ण भगवान सिंह दे बेटे भी पहुंचे हुए है, शांतमई गुरबाणी पढ़दियां संगतां ते, क्योंकि मैं खुद हाजिर सी उस वक्त, बाणी पढ़दियां संगतां ते सीवरेज का गंदा पानी सुटिया गोलियां भराइयां सीगियां। 2018 दे विच ये पत्र पढ़िया है। और मैं ये दावे नाल कहना कि बादल ग्रुप का जिड्डा मर्जी कोई बड़ा सपोर्टर होवे, जिहड़ा इस लानत पत्र नूं एक बारी पढ़ लूगा अंदरों एक बारी उहदे आवाज़ जरूर आऊगी कि मैं एक शैतान नूं वोट पाउण जा रही हाँ, मैनू नहीं पाउणी चाहीदी। गल वक्री है कि स्वार्थी भावना फिर हैवी होवे, इसलिए साडे बठिंडे दे विच फिरोजपुर दे विच उत्थे बहुत सारियां सोसाइटियां लानत पत्र नूं बन रहियां ने, ते तुहाडे तां इत्थे खंडूर साहब बीबी जंगीर कौर नूं इन्हां ने टिकट देती, जिहड़ी तुहानूं पता ही है मैं गल्लां करदा चंगा नहीं लगदा, एक कुरैत नहीं कीती होई, अपनी बेटी नहीं अपनी दोती का भी कतल किया जम्मण तो पहला, और फिर चेहरे का भी तुहानूं पता है, वह तुसी आप समझो, मैं लफ्ज ना वरता कि पहला दा चेहरा किवें दा बाद विच किवें दा, अजे तक बीबी ने स्पष्ट नहीं किया कि कोई बीमारी है जां मानसिक बीमारी है जिदे करके थोड़ा जा लगता अपनी उम्र लुकाउण दे चक्कर विच सिक्खी तो मुनकर होकर बैठे ने। सो इसलिए आखिर ते मैं हुण पास समाप्ति करा, क्योंकि वक्त बहुत कीमती है। बीबी परमजीत कौर खालड़ा का मैं माण महसूस करदा कि दरबारे खालसा जथेबंदी अते सिख अलायंस ऑफ सिख ऑर्गेनाइजेशन वालों जिहड़ा इह तुहानूं सद्दा दिता गया सी, साडियां बहुत सारियां जथेबंदियां दे एक एक नुमाइंदे जिन्ने जिम्मेवार तुसीं पहुंचे हो, पर असीं टिक्के नहीं बैठना, साडियां रिश्तेदारियां साडा बहुत कुछ इत्थे हैगा, इसलिए अपना फर्ज समझ के। मैनूं पता बहुत सारिआं दे मैनूं टैलीफोन आए ने कहिंदे बीबी परमजीत कौर साडे नाल कोई राबता नहीं कीता उहनां जां होर नहीं, इह साडा फर्ज है, असीं गुरू दीआं खुशियां लैणियां। मैं बीबी परमजीत कौर खालड़ा नूं कदे नहीं मिलिया, मैं नहीं जानता बिल्कुल बाई फेस, मैं आ फस्ट टाइम चंडीगढ़ मिलिया सी कन्वेंशन दे विच, खालड़ा जी दा लैक्चर सुनते रहने पर बहुता डीपली मैं नहीं सी जानता, कदे नहीं साडी गलबात ही नहीं हुई, पर यह साडा फर्ज बनता है, असी इंसान हाँ, उस तो भी वड्डी गल असी सिख हाँ। और मैं उन्हां ग्रुपां दा टकसाली अकालियां दा इस गलों धन्नवाद करना चाहुंदा, ब्रह्मपुरा साहब बैठे है कि तुसी जिहड़ा कैंडीडेट जनरल जे जे सिंह नूं वापस लैके फराक दिली दिखाई है, वड्डा काम कीता है, ये भी कौम तुहानूं हमेशा याद रहूगी रखूगी, और सारे आपां जिम्मेवारियां निभाइए ईमानदारी नाल, इन्नियां विचारां प्रवान करियो। लानत पत्र तुहानूं बंड दिता है, फोटो स्टार्ट करा करा के अगे बंड दो, इहनूं पढ़िओ ईमानदारी नाल, इस बादल का असी 80% कैद करती हैं, हरकत इन्नियां माड़ियां, असी पिछले दिनी इलैक्शन कमीशन को शिकायत भी करके आए सुखबीर ते हरसिमरत की, वह कहिंदे जी शिकायत की है, मैं क्या श्रोमणी कमेटी में यहोजे करिंदे रखे है, तुहानूं पता लग गया जी, इहनूं भी मैं बीबी जी नूं बेनती करांगा इन्हां नूं ब्रह्मपुरा साहब नूं कि तुसीं अपने चोर प्रचार दे विच इहनूं बनाओ मसला जरूरी। 44 लाख की ठगी गरीब बंदियां नाल मारी है जी इन्हां 46 बंदियां नाल, सारे डाकूमेंट सारे कुछ मेरे कोल पिया है, करिंदे रखे हुए ने गुरुद्वारियां च, उत्थे कहिंदे वी सुखबीर नूं पैसा जाऊगा तुहानूं नौकरियां दवा देंगे, एक बड़ा वड्डा कपला है, ते इन्हां दीआं रैलियां च गुरु के लंगर दे विच्चों पक के आउंदा प्रशादा, हालात वेखो की ने, और दिल्ली कमेटी दीआं गड्डियां हरसिमरत दे काफले च तुरियां फिरदियां, इह साडियां गोलकां नूं खा रहे ने अज दे नरैणू, आह लड़ाई खंडूर साहब वाली जे जित लैंदे आ ते फिर गुरुद्वारियां चों भी कढ़णा इन्हां नूं सौखा होजू, इस करके सारे कांग्रसी बने रहो अकाली बने रहो पर खंडूर साहब वाले गुरु ग्रंथ साहब के सिख बन के शहीदां नूं याद करके इस बार तुसी ठीक फैसला करके मनुख होने का फर्ज जरूर निभायो। बहुत मेरे तो भुला चुका हुई है, अपना बच्चा जान के भरा जान के माफ करियो। वाहिगुरू जी का खालसा वाहिगुरू जी की फतेह।
ਖਡੂਰ ਸਾਹਿਬ ਇੱਕ ਪਿੰਡਾਂ ਨਾਲ ਸੰਬੰਧਿਤ ਇਲਾਕਾ ਹੈ ਅਤੇ ਪਿੰਡਾਂ ਦੇ ਵਿੱਚ ਟਰੈਕਟਰ ਟਰਾਲੀਆਂ ਆਮ ਵੇਖਣ ਨੂੰ ਮਿਲਦੇ ਸੀ ਅਤੇ ਪਹਿਲਾਂ ਟਰੈਕਟਰ ਟਰਾਲੀਆਂ ਦੇ ਪਿੱਛੇ ਲਿਖਿਆ ਹੁੰਦਾ ਸੀ ਜੈ ਜਵਾਨ ਜੈ ਕਿਸਾਨ। ਸਰਕਾਰਾਂ ਦੇ ਦੇਣ ਨਾਲ ਟਰੈਕਟਰ ਟਰਾਲੀਆਂ ਦੇ ਪਿੱਛੋਂ ਹੀ ਜੈ ਜਵਾਨ ਜੈ ਕਿਸਾਨ ਉੱਠ ਗਿਆ, ਜ਼ਮੀਨੀ ਪੱਧਰ 'ਤੇ ਕਿੱਥੇ ਰਹਿ ਜਾਣਾ ਸੀ। ਇਹ ਸਾਨੂੰ ਦੇਣ ਆ ਉਹਨਾਂ ਰਵਾਇਤੀ ਪਾਰਟੀਆਂ ਦੀ। ਇਸ ਦੇ ਨਾਲ ਮੈਂ ਫਿਰ ਧੰਨਵਾਦ ਕਰਾਂਗਾ ਸਿੱਖ ਤਾਲਮੇਲ ਮਿਸ਼ਨ ਲੁਧਿਆਣਾ ਤੋਂ ਬਲਦੇਵ ਸਿੰਘ ਜੀ ਸਿਰਸਾ, ਉਹ ਇੱਥੇ ਆਏ ਨੇ ਪਰ ਉਹਨਾਂ ਨੇ ਸਮਾਂ ਨਹੀਂ ਲਿਆ, ਉਹਨਾਂ ਦਾ ਧੰਨਵਾਦ। ਜਗਜੀਤ ਸਿੰਘ ਜੀ ਗਾਭਾ, ਖੁਸ਼ਹਾਲ ਸਿੰਘ ਜੀ ਕੇਂਦਰੀ ਸਿੰਘ ਸਭਾ, ਇਹਨਾਂ ਸਾਰਿਆਂ ਦਾ ਧੰਨਵਾਦ। ਅਤੇ ਸਾਡੇ ਦਿਸ਼ਾ ਨਿਰਦੇਸ਼ਕ ਗੁਰਭਜਨ ਸਿੰਘ ਜੀ, ਸੰਪਾਦਕ ਦੇਸ਼ ਪੰਜਾਬ, ਉਹਨਾਂ ਨੇ ਸਾਨੂੰ ਇਹ ਸਾਰਾ ਉਲੀਕਣ ਦੇ ਵਿੱਚ ਸਾਡੀ ਮਦਦ ਕੀਤੀ, ਸਾਡਾ ਦਿਸ਼ਾ ਨਿਰਦੇਸ਼ ਦਿੱਤਾ। ਅਤੇ ਅਖੀਰ ਦੇ ਵਿੱਚ ਮੈਂ ਜੋ ਅਲਾਇੰਸ ਆਫ ਸਿੱਖ ਔਰਗਨਾਈਜੇਸ਼ਨ ਦੇ ਮੁੱਖ ਬੁਲਾਰੇ ਨੇ ਵੀਰ ਪਰਮਪਾਲ ਸਿੰਘ ਜੀ ਸਭਰਾ, ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਆਪ ਆਨ ਸਟੇਜ ਦੇ ਉੱਤੇ ਆਪਣੇ ਵਿਚਾਰ ਰੱਖਣ, ਬੀਬੀ ਜੀ ਨੂੰ ਆਪਣਾ ਸਮਰਥਨ ਦੇਣ। ਅਤੇ ਉਸ ਤੋਂ ਬਾਅਦ ਵਿੱਚ ਬੀਬੀ ਪਰਮਜੀਤ ਕੌਰ ਖਾਲੜਾ ਜੀ, ਤੁਸੀਂ ਸੰਗਤਾਂ ਦੇ ਰੂਬਰੂ ਹੋਣਾ ਹੈ। ਮੈਂ ਇੱਕ ਗੱਲ ਕਹਿ ਦੇਵਾਂ ਕਿ ਬੀਬੀ ਪਰਮਜੀਤ ਕੌਰ ਖਾਲੜਾ ਜੀ ਦਾ ਚੋਣ ਨਿਸ਼ਾਨ ਚਾਬੀ ਹੈ, ਅਸੀਂ 19 ਤਰੀਕ ਨੂੰ ਚਾਬੀ ਵਾਲੇ ਬਟਨ ਨੂੰ ਨੱਪ ਕੇ ਉਸ ਦੇ ਉੱਤੇ ਮੋਹਰ ਲਾਉਣੀ ਹੈ। ਵੀਰ ਪਰਮਪਾਲ ਸਿੰਘ ਜੀ ਸਭਰਾ, ਮਨੁੱਖੀ ਅਧਿਕਾਰਾਂ ਦੇ ਚੈਂਪੀਅਨ, ਪੰਥ ਦੇ ਮਹਾਨ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੀ ਕੁਰਬਾਨੀ ਨੂੰ ਨਤਮਸਤਕ ਹੋਣ ਲਈ ਪੰਥ ਦੀਆਂ ਮਾਇਨਾਜ਼ ਹਸਤੀਆਂ ਸਾਡੇ ਵਿੱਚ ਮੌਜੂਦ ਨੇ। ਇੱਕੇ ਵਾਰੀ ਕਹਿਣ 'ਤੇ ਅਸੀਸ ਰੂਪ ਵਿੱਚ ਖੱਜ ਕੇ ਖਾਲਸਾ ਹੀ ਅੰਦਾਜ਼ ਵਿੱਚ ਉੱਚੀ ਆਵਾਜ਼ ਵਿੱਚ ਫਤਿਹ ਗਜਾ ਦਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਵਿੱਚ ਕੁਰਬਾਨੀ ਦੀ ਇੱਕ ਹੋਰ ਮੂਰਤ ਭਾਈ ਨਰੈਣ ਸਿੰਘ ਜੀ ਚੌੜਾ, ਜਿਨ੍ਹਾਂ ਨੇ ਲੰਬਾ ਸਮਾਂ ਪੰਥ ਲਈ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਹੰਡਾਇਆ, ਉਹ ਆਏ ਨੇ। ਮੈਂ ਤਹਿ ਦਿਲੋਂ ਧੰਨਵਾਦ ਵੀ ਕਰਦਾ ਨਿੱਗੀ ਜੀ ਆਇਆਂ ਨੂੰ। ਪੰਥ ਦੀਆਂ 3 ਪੀੜ੍ਹੀਆਂ ਰਾਜਨੀਤੀ ਦੀਆਂ ਅੱਜ ਬੈਠੀਆਂ, ਮੇਰੇ ਲਈ ਸ਼ਾਇਦ ਦੂਜਾ ਜਾਂ ਤੀਜਾ ਮੌਕਾ ਹੈ। ਪਹਿਲਾ ਮੌਕਾ ਮੈਂ ਭੈਣ ਜੀ ਪਰਮਜੀਤ ਕੌਰ ਖਾਲੜਾ ਦੀ ਪਹਿਲੀ ਇਲੈਕਸ਼ਨ 'ਚ ਪਹਿਲੀ ਵਾਰੀ ਛੋਟਾ ਜਿਹਾ ਸੀ ਜਦੋਂ ਬੋਲਿਆ। 3 ਪੀੜ੍ਹੀਆਂ ਬੈਠੀਆਂ, ਮੈਂ ਇੱਕ ਝੋਲੀ ਅੱਡ ਕੇ ਅਰਜ਼ ਕਰਦੀ ਕਿਉਂਕਿ ਐਸਾ ਮੌਕਾ ਮੈਨੂੰ ਸ਼ਾਇਦ ਵਾਰ ਵਾਰ ਨਹੀਂ ਮਿਲਣਾ। ਜਿੱਥੇ ਸਾਡੀ ਬਜ਼ੁਰਗਾਂ ਦੀ ਪੀੜ੍ਹੀ ਬੈਠੀ ਹੈ, ਬਲਦੇਵ ਸਿੰਘ ਜੀ ਸਿਰਸਾ ਬੈਠੇ ਨੇ, ਗਾਭਾ ਸਾਹਿਬ ਬੈਠੇ ਨੇ, ਉੱਥੇ ਦੂਜੀ ਪੀੜ੍ਹੀ ਦਵਿੰਦਰ ਸਿੰਘ ਜੀ ਸੇਖੋ ਹੋਰੀ, ਵੀਰ ਸੁਖਦੇਵ ਸਿੰਘ ਹੋਰੀ ਬੈਠੇ ਨੇ, ਤੀਜੀ ਪੀੜ੍ਹੀ 'ਚੋਂ ਤੁਸੀਂ ਸੁਣਿਆ ਭਾਣਾ ਸਾਹਿਬ ਬੋਲ ਕੇ ਗਏ ਨੇ, ਵੀਰ ਸਾਡਾ ਪਰਮਵੀਰ ਸਿੰਘ ਚੰਡੀਗੜ੍ਹ ਤੋਂ ਬੋਲ ਕੇ ਗਿਆ। ਇਹ 3 ਪੀੜ੍ਹੀਆਂ ਅੱਜ ਬੈਠੀਆਂ। ਮੈਂ ਅਰਜ਼ ਕਰਨੀ ਹੈ ਜਿਹੜੀ ਗੱਲ ਹਰਜੀਤ ਸਾਡੇ ਵੀਰ ਹਰਜਿੰਦਰ ਸਿੰਘ ਜੀ ਮਾਝੀ ਹੋਰਾਂ ਨੇ ਕਹੀ, ਉਹਨੂੰ ਥੋੜ੍ਹਾ ਜਿਹਾ ਮੰਥਨ ਕਰਨ ਦੀ ਲੋੜ ਹੈ। ਮੈਂ ਹੱਥ ਮੰਨ ਕੇ ਅਰਜ਼ ਕਰਨੀ, ਇਹਨੂੰ ਥੋੜ੍ਹਾ ਜਿਹਾ ਗੌਰ ਕਰਿਓ ਮਾੜਾ ਜਿਹਾ। ਜਿੱਥੇ ਬਾਦਲਾਂ ਦੇ ਲਾਣੇ ਨੇ ਬੇਅਦਬੀ ਕਰਕੇ ਕੌਮ ਦੇ ਹਿਰਦੇ ਛਲਣੀ ਕੀਤੇ, ਇੱਕ ਹੋਰ ਵੱਡਾ ਘੋਰ ਪਾਪ ਇਹਨਾਂ ਦੇ ਖਾਤੇ ਪੈਂਦਾ। 1984 ਦਾ ਅਸੀਂ ਜ਼ਿਕਰ ਕਰਦੇ ਹਾਂ, 1984 ਜੋ ਕਾਂਗਰਸ ਨੇ ਸਾਡੇ ਨਾਲ ਕੀਤੀ, ਦੁਨੀਆਂ ਦੇ ਇਤਿਹਾਸ ਵਿੱਚ ਐਸਾ ਕਦੇ ਨਹੀਂ ਹੋਇਆ। ਪਰ ਅਸੀਂ 1984 ਤੋਂ ਬਾਅਦ ਸਿਰ ਜੋੜ ਕੇ ਬੈਠ ਕੇ ਇਹ ਡਿਸਾਈਡ ਨਹੀਂ ਕਰ ਪਾਏ ਇਹ ਕੀਤਾ ਕਿਉਂ ਗਿਆ, ਇਹ ਕਿਉਂ ਲੱਭਣੀ ਬਹੁਤ ਜ਼ਰੂਰੀ ਸੀ। ਜਿੰਨਾ ਚਿਰ ਤੱਕ ਇਹਦੀ ਕਿਉਂ ਨਾ ਲੱਭੀ, ਸਾਡਾ ਸਿਸਟਮ ਨਹੀਂ ਚੱਲਣਾ, ਭਵਿੱਖ ਦੀ ਰਾਜਨੀਤੀ ਤੈਅ ਨਹੀਂ ਕਰ ਹੋਣੀ ਸਾਡੇ ਤੋਂ। ਭਾਸ਼ਣ ਜਿੰਨੇ ਮਰਜ਼ੀ ਦੇ ਲਈਏ, ਲੀਡਰ ਵੀ ਜਿੰਨੇ ਮਰਜ਼ੀ ਪੈਦਾ ਕਰ ਲਈਏ, ਸਾਡਾ ਵਿਜ਼ਨ ਨਹੀਂ ਬਣਨਾ ਜਿੰਨਾ ਚਿਰ ਤੱਕ ਇਤਿਹਾਸ ਨਾ ਪੜਿਆ। ਜਿੱਦਣ 1947 ਤੋਂ ਬਾਅਦ ਬੋਧੀ ਵਾਲਾ ਬੰਦਾ ਇਸ ਹਿੰਦੁਸਤਾਨ 'ਤੇ ਕਾਬਜ਼ ਹੁੰਦਾ, ਅਸੀਂ ਆਪਣਾ ਇਤਿਹਾਸ ਪੜਿਆ ਨਹੀਂ ਪੜਿਆ। ਉਹਦੇ ਥਿੰਕ ਟੈਂਕ ਇਤਿਹਾਸ ਪੜ੍ਹ ਕੇ ਚੈੱਕ ਕਰਦੇ ਨੇ, ਜੇ ਇਹਨਾਂ ਦੇ ਲੀਡਰ ਸਾਡੇ ਨਾਲ ਹਿੰਦੁਸਤਾਨ ਵਿੱਚ ਰਹਿਣ ਦਾ, ਭਾਰਤ ਵਿੱਚ ਰਹਿਣ ਦਾ ਸਿਸਟਮ ਤਾਂ ਬਣਾ ਲਿਆ, ਪਰ ਇਹ ਉਹ ਨੇ ਜਿਹੜੇ ਬਾਬਰ ਨੂੰ ਜ਼ਾਬਰ ਆਖਦੇ ਸੀ, ਇਹਨਾਂ ਔਰੰਗੇ ਦੀ ਨੱਕ ਵਿੱਚ ਨਕੇਲ ਪਾਈ ਸੀ, ਇਹਨਾਂ ਅਹਿਮਦ ਸ਼ਾਹ ਅਬਦਾਲੀ ਨੂੰ ਲੋਹੇ ਦੇ ਚਣੇ ਚਬਾਏ ਸੀ, ਇਹਨਾਂ ਜਨਰਲ ਡਾਇਰ ਵਰਗਿਆਂ ਨੂੰ ਲੰਡਨ 'ਚ ਜਾ ਕੇ ਕਤਲ ਕੀਤਾ ਸੀ, ਇਹਨਾਂ ਨੂੰ ਮੁਲਕ ਵਿੱਚ ਰੱਖ ਕੇ ਦੇਸ਼ ਚਲਾਉਣਾ ਕਿਵੇਂ ਹੈ, ਇਹ ਵੱਡਾ ਸਵਾਲ ਸੀ ਉਹਨਾਂ ਦੇ ਅੱਗੇ 1947 ਤੋਂ ਬਾਅਦ। ਭਵਿੱਖ ਦੀ ਰਾਜਨੀਤੀ ਤੈਅ ਕਰਨੀ ਹੈ ਨਾ,
क्योंकि भैन जी परमजीत कौर जी मिसाल बनाने लगे है यह केवल हुण तक सीमित नहीं, एक एम पी इलैक्शन तक गड्डी नहीं चलनी। अज पूरी दुनिया के 207 मुल्कां च बैठा होया सिख पंजाब वल वेखदा है, इसलिए सोचना पैना है। 1947 तो बाद दुश्मन की करदा है, दुश्मन सोचदा है। सब तो पहला पहला दौर चलिया सानू फिजिकली मारिया गया डायरैक्ट, जो असी 1984 दे विच पिंडे ते हंडाया, उस तो बाद एक लम्मा समा जिन्ना लवारस लाशां दी गल शहीद जसवंत सिंह खालड़े ने कीती, ओ साडे मावां दे पुत हिंद हकूमत ने झूठे पुलिस मुकाबलियां च मार के पूरी दी पूरी कौम दी एक नस्ल खत्म कर दी। दूजा पक्ष की है, क्यों क्यों कीता, क्योंकि वह कहिंदे जिहड़े बाबर नूं जाबर कहिंदे ने, अहमद शाह अब्दाली नादर शाह वर्गियां फरक्शर वर्गियां दे नक च दम करदे ने, इन्हां दे नक च दम किवें करना है, इन्हां दी इह तलवार खुंडी किवें करनी है, इन्हां नूं चुकाउणा किवें है, इन्हां दा सिर मुन्नणा किवें है। इस नीति दे तहत इह सिस्टम लिआंदा गया हौली हौली, पहलां सानूं फिजिकल मारिया गया, साडे कोलों साडा राजनीतिक बदल 1920 हुणे गल करके गया वीर सुखदेव सिंह, अकाली दल का इतिहास की है, यह मरदूद जिन्हां नूं नली नहीं पुंजनी उहदी स्टेज ते खलो के कहिंदे साडा बड़ा पिछोकड़ है, इन्हां नूं औकात नहीं इन्हां दी ये कहण दी, पर साडे पुरखियां ने जिद्दण अकाली दल बनाया सी वाकिया शहीदियां दी जमात सी, पर वो जमात दुश्मन नूं चुभदी सी हौली हौली। कुछ कुत्ते गंदे बंदे जो अज पसारा तुसीं वेख रहे हो इहदे विच वाड़ के खा लिया गया, खत्म कर दिता गया। अज भैण जी परमजीत कौर दी इस मुहिम ने यह मील पत्थर साबित करना है कि पंजाब दे लोकां ने जाना किधर है, भविख की सिख राजनीति की होएगी। दुनिया विच बैठा सिख साडे मूँह वल वेख रहा, मैं माझे वालियां नूं, तुसीं तां सारे वैसे ही नाल हो, मैं तुहाडे राही ते मीडिया दे राही एक मैसेज देना चाहुंदा। तरन तारण जिला नहीं सी उस वेले, धक्के नाल पुलिस जिला बना के संधू वर्गा बुच्चड़ इत्थे SSP लाया गया स्पैशल लिया के, KP गिल बुच्चड़ आसाम कैडर का उत्थों चुक के लिया गया, कहिंदे जट्टां का मुकाबला जट्टां नाल कराउणा, इन्हां नूं जट्टां नूं जट्ट नत्थ पा सकदे ने, वह बुच्चड़ नूं उत्थों चुक के पंजाब च लिया गया, तो संधू नूं 9 बंदे दिते गए ते नाल दी नाल कोटा दिता गया, तू ए सारी बैल्ट गुरदासपुर तरन तारण ये जेडे पंथक हल्के ने, हुणे गल होई ना सिमरनजीत सिंह मान नूं किवें जिताया सी, तुसीं नहीं एनालिसिस कीता, उन्हां दिल्ली बैठिया ने एनालिसिस कीता इत्थों जड़ां किवें पंथ दियां पटनियां, तां कि दोबारा जदों पंथक जज्बा ही नहीं रहेगा, जदों पंथक जज्बा ही मुक गया, मान जिन्नी वारी मर्जी खलो दे कदी नहीं जिताउंदे। यह मसला है, यह सोचना पैना है कि मान साहब के जितण तो बाद जो किया गया इस पंजाब दे विच इस बैल्ट दे विच सोचना जरूर पैना है, क्योंकि गुरु गोबिंद सिंह ने बंदा सिंह बहादुर नूं सरहंद वल तुरन लगे आख्या सी, बंदा सिंह जिन्ना चिर तक माझे वाले नाल ना आ जाण सरहंद ते हमला ना करी, एडा वड्डा माण सी माझे वालियां ते, माझे विच सिक्खी दा गढ़ सीगा, सदियां तों धन गुरु अमरदास साहिब सच्चे पातशाह तों वड्डी सिक्खी दी इत्थे जड़ लगी हुई सी, बहुत वड्डी तादाद सी सिखां दी, पर दुश्मन ने वह जड़ पटनी सी, वह संधू ने बुच्चड़पुणा विखा के इन्हां मावां दे पुत मारे। मावां नूं चेते करा दिओ, मावां तो शायद बुजुर्ग होकर चढ़ाई कर गईआं होणगीआं, आ नवीं पीढ़ी नूं दस दिओ वह बुच्चड़ रोज लिस्ट बना के साढ़े 25,000 नौजवान इस इन्हां गलियां महल्लियां ते पिंडां विचों चुक के झूठे पुलिस मुकाबले बना के इत्थों दीआं हरीके वालीआं नहरां च सुट दित्ते गए, लाशां नहीं मिलियां। तुसीं शहीद जसवंत सिंह खालड़ा दे मूहों सुनिया कि मावां उड़ीकदियां कि किते पता लग जे पुत शहीद हो गया, उहदी अरदास ही करा लईए, उहदा भोग ही पा लईए, पर इह इन्हां मावां नूं नसीब नहीं होया, भरावां नूं पिओवां नूं नसीब नहीं होया, इस तों वी बदतर हालत करती जिद्दण नशे आए, जिहड़ी गल मेरा वीर माझी करके गया, जदों नशियां दा
ਸਿੱਖ ਨਸਲ ਕੁਸ਼ੀ ਵਾਲਾ ਪੱਤਾ ਖੇਡਿਆ ਗਿਆ ਅਤੇ ਕੀ ਹੋਇਆ, ਲਾਸ਼ਾਂ ਵੀ ਸਾਹਮਣੇ ਸੀ, ਪਿਓ ਦੇ ਮੋਢੇ 'ਤੇ ਪੁੱਤ ਦੀ ਲਾਸ਼ ਸੀ। ਲੋਕ ਪੁੱਛਦੇ ਕਿਵੇਂ ਮਰ ਗਿਆ, ਕਹਿੰਦੇ ਹਾਰਟ ਅਟੈਕ ਹੋ ਗਿਆ। ਕਿਸੇ ਨੂੰ ਦੱਸਣ ਜੋਗੇ ਵੀ ਨਹੀਂ ਇਹ ਨਸ਼ਿਆਂ ਖਾਤਰ ਇਹ ਸਰਕਾਰਾਂ ਦੇ ਗੰਦੇ ਸਿਸਟਮ ਦਾ ਕਰਕੇ ਇੱਕ ਇੱਕ ਪਿੰਡ 'ਚੋਂ 50-50, 100-100 ਨੌਜਵਾਨ ਮਾਰਿਆ ਗਿਆ। ਸ਼ਹੀਦ ਖਾਲੜਾ ਨੇ ਜੋ ਕੇਸ ਪਾਏ ਸੀ, ਮੈਂ ਸਲਿਊਟ ਕਰਦਾ ਬੀਬੀ ਖਾਲੜਾ ਨੂੰ, ਇਹਨੇ ਮੈਂ ਅੱਖੀਂ ਵੇਖਿਆ। ਉਹ ਮੈਨੂੰ ਵੀ 2-3 ਸਾਲ ਇਹਨਾਂ ਦੇ ਨਾਲ ਉਸ ਮੁਹਿੰਮ 'ਚ ਉਸ ਵੇਲੇ ਜਾਣ ਦਾ ਮੌਕਾ ਮਿਲਿਆ। ਮੈਂ ਉਹਨਾਂ ਬੁੱਚੜਾਂ ਨੂੰ ਉਸ ਕਟਹਿਰੇ ਵਿੱਚ ਆਪਣੀ ਅੱਖੀਂ ਵੇਖਿਆ, ਧੌਣਾ ਝੁਕਾ ਕੇ। ਮੈਨੂੰ ਮਾਣ ਹੁੰਦਾ ਜਦੋਂ ਮੈਂ ਉਹ ਪਲ ਯਾਦ ਕਰਦਾ, ਇਹਨਾਂ ਦੀ ਬਦੌਲਤ ਕਿ ਇਹਨਾਂ ਨੇ ਉਹਨਾਂ ਨੂੰ ਕਟਹਿਰੇ 'ਚ ਖਿਲਾਰ ਕੇ ਉਮਰ ਕੈਦਾਂ ਦਵਾਈਆਂ। ਕੋਈ ਥੋੜ੍ਹਾ ਜਿਹਾ ਸਕੂਨ ਤਾਂ ਮਿਲਿਆ ਕਿ ਕਮ ਸੇ ਕਮ ਕੋਈ ਜਿਉਂਦਾ ਹੈਗਾ ਪੰਜਾਬ 'ਚ, ਬੋਤਾ ਸਿੰਘ ਗਰਜਾ ਸਿੰਘ ਵਾਂਗ ਜਿਹੜਾ ਦੱਸ ਸਕੇ, ਉਹ ਭਾਈ ਅਸੀਂ ਜਿਉਂਦੇ ਹਾਂ। ਝੋਲੀ ਅੱਡ ਕੇ ਬੇਨਤੀ ਹੈ, ਉਹ ਮਾਝੇ ਵਾਲਿਓ ਚੇਤੇ ਰੱਖਿਓ, ਨਾਲੇ ਤੁਹਾਡੇ ਤੋਂ ਪੈਸੇ ਮੰਗਦੇ ਸੀ, ਬੈਗਾਂ ਦੇ ਬੈਗ ਭਰ ਕੇ ਨਾਲੇ ਤੁਹਾਡੇ ਪੁੱਤ ਮਾਰਦੇ ਸੀ। ਅਤੇ ਅੱਜ ਇਹ ਬੀਬੀ ਪਰਮਜੀਤ ਕੌਰ ਖਾਲੜਾ ਦਾ ਸਹਿਯੋਗ ਦੇਣਾ ਕਿਸੇ ਪਾਰਟੀ, ਕਿਸੇ ਚਾਬੀ ਇਕੱਲੀ ਜਾਂ ਕਿਸੇ ਇੱਕ MP ਦਾ ਜਿੱਤਣਾ ਨਹੀਂ ਹੈ, ਉਹ ਸਾਡੀ ਅਣਖ ਜਿਉਂਦੀ ਹੋਣ ਦਾ ਸਬੂਤ ਹੈ ਕਿ ਅਸੀਂ ਸ਼ਹੀਦ ਜਸਵੰਤ ਸਿੰਘ ਖਾਲੜੇ ਨੂੰ ਆਨੰਦਪੁਰ ਸਾਹਿਬ ਤੋਂ ਚਿੱਠੀ ਨਹੀਂ ਸੀ ਆਈ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੋਈ ਚਿੱਠੀ ਨਹੀਂ ਸੀ ਨਾ ਆਈ, ਗੁਰੂ ਨਾਨਕ ਸਾਹਿਬ ਨੇ ਜਿੱਦਣ ਬਾਬਰ ਨੂੰ ਜਾਬਰ ਕਿਹਾ ਕੋਈ ਚਿੱਠੀ ਨਹੀਂ ਸੀ ਆਈ ਵੀ ਇੱਦਾਂ ਕਰੋ। ਇਹ ਦੁਸ਼ਮਣ ਸੋਚਦਾ ਇਹਨਾਂ ਨੂੰ ਚਿੱਠੀ ਨਹੀਂ ਆਉਂਦੀ, ਇਹ ਆਪ ਮੁਹਾਰੇ ਹੋ ਕੇ ਇਕੱਲਾ ਇਕੱਲਾ ਬੰਦਾ ਸੰਸਥਾ ਬਣ ਕੇ ਇਹ ਕੌਮਾਂ ਦੀ ਤਕਦੀਰ ਪਲਟ ਦਿੰਦਾ, ਇਹ ਖਤਮ ਕਰਨਾ ਜਜ਼ਬਾ। ਜਸਵੰਤ ਸਿੰਘ ਖਾਲੜਾ, ਉਹ ਮਾਈ ਕੱਸੋ ਕੰਸ ਕੌਰ, ਥੋੜ੍ਹੇ ਦਿਨ ਹੋ ਗਏ, 2 ਮਹੀਨੇ ਪਹਿਲਾਂ ਹੀ ਉਹ ਚੜ੍ਹਾਈ ਕੀਤੀ ਹੈ। ਉਸ ਮਾਈ ਕੰਸ ਦੇ 3 ਘਰ ਦੇ ਜੀ ਇਸ ਪੁਲਿਸ ਨੇ ਚੁੱਕ ਕੇ ਮਾਰੇ ਸੀ। ਉਹ ਚੌਂਕ 'ਚ ਕਮਲੀ ਹੋਈ, ਝਬਾਲ ਚੌਂਕ ਦੇ ਵਿੱਚ ਕਮਲੀ ਹੋਈ, ਪੁਲਿਸ ਨੂੰ ਗਾਲਾਂ ਦਿੰਦੀ, ਉਹਨੇ 1 ਵਾਰੀ ਵੇਖੀ ਸੀ ਸਿਰਫ, ਉਸ ਮਾਈ ਨੂੰ 1 ਵਾਰੀ ਵੇਖਿਆ, ਉਹਦੇ ਦਿਲ 'ਚ ਹੂਕ ਉੱਠੀ, ਚਿੱਠੀ ਨਹੀਂ ਸੀ ਆਈ। ਅੰਦਰੋਂ ਜਜ਼ਬਾ ਸੀ ਸਿੱਖੀ ਦਾ, ਗੁਰੂ ਗੋਬਿੰਦ ਸਿੰਘ ਦੇ ਪੁੱਤ ਹੋਣ ਦਾ। ਜਿਹੜੇ ਖਾਲੜਾ ਸਾਹਿਬ ਦੇ ਦੋਸਤ ਅੱਜ ਮੈਨੂੰ ਮਿਲਦੇ ਨੇ, ਮੈਂ ਕਈ ਵਾਰੀ ਇੱਕ ਇੰਟਰਵਿਊ ਵਿੱਚ ਵੀ ਸਵਾਲ ਇੱਕ ਨੂੰ ਪੁੱਛਿਆ, ਮੈਂ ਕਿਹਾ ਜੀ ਕੀ ਸੀ, ਕਹਿੰਦੇ ਜਸਵੰਤ ਸਿੰਘ ਖਾਲੜਾ ਇੱਕੋ ਗੱਲ ਬਾਰ ਬਾਰ ਕਹਿੰਦਾ ਸੀ, ਕੀ ਹੋ ਗਿਆ ਹੈ। ਧੰਨ ਗੁਰੂ ਗੋਬਿੰਦ ਸਿੰਘ ਨੇ ਇਸ ਕੌਮ ਤੋਂ ਪੁੱਤ ਵਾਰ ਦਿੱਤੇ, ਜੇ ਮੇਰੀ ਜਾਨ ਇਸ ਮਿਸ਼ਨ 'ਚ ਚਲੀ ਵੀ ਜਾਏਗੀ ਤਾਂ ਕੀ ਫਰਕ ਪੈਂਦਾ। ਇੰਨਾ ਕੁ ਜਜ਼ਬਾ ਉਹਨਾਂ ਦੇ ਅੰਦਰ ਸੀ ਸਿੱਖੀ ਦਾ। ਅਤੇ ਸਾਡੇ ਬਦਲੇ ਇਹਨਾਂ ਮਾਵਾਂ ਦੇ, ਮਾਝੇ ਦੀਆਂ ਖਾਸ ਕਰਕੇ ਕਹੂੰਗਾ, ਇਹਨਾਂ ਮਾਵਾਂ ਦੇ ਬਦਲੇ ਉਹ ਲੜਾਈ ਲੜੀ ਗਈ, ਉਹਨਾਂ ਨੂੰ ਚੇਤੇ ਕਰਾ ਦਿਓ, ਬਸ ਮਾੜਾ ਜਿਹਾ ਹਲੂਣਾ ਦੇਣ ਦੀ ਲੋੜ ਹੈ। ਭਾਈ ਵੋਟਾਂ ਦਾ ਮਸਲਾ ਨਹੀਂ ਜੇ, ਸਾਡੀ ਜਾਗਦੇ ਹੋਣ ਦਾ, ਅਣਖੀ ਹੋਣ ਦਾ। ਅਤੇ ਜਿਹੜੇ ਸਾਡੇ ਪੁੱਤ ਨਹਿਰਾਂ 'ਚ ਮਾਰ ਦਿੱਤੇ ਗਏ, ਸਿੱਟ ਕੇ ਮਾਰੇ, ਟੋਬਿਆਂ ਦੇ ਵਿੱਚ ਮਾਰ ਕੇ ਸਿੱਟਤੇ, ਲਵਾਰਸ ਕਹਿ ਕੇ ਸਾੜ ਦਿੱਤੇ, ਉਹਨਾਂ ਦਾ ਵਾਸਤਾ ਜੇ ਤੁਹਾਨੂੰ, ਬੀਬੀ ਪਰਮਜੀਤ ਕੌਰ ਦਾ ਜਿੱਤਣਾ ਬਹੁਤ ਜ਼ਰੂਰੀ ਹੈ। ਲਾਂਤਾਂ ਪਾਉਣਗੀਆਂ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ। ਮਾਝੇ ਵਾਲਿਆਂ ਨੂੰ ਮੈਂ ਦੁਬਾਰਾ ਕਹਿੰਦਾ, ਸਾਨੂੰ ਲਾਂਤਾਂ ਪੈਣਗੀਆਂ ਆਉਣ ਵਾਲੀਆਂ ਪੀੜ੍ਹੀਆਂ, ਜਦੋਂ ਇਤਿਹਾਸ ਸਿਰਜਿਆ ਜਾ ਰਿਹਾ, ਇਤਿਹਾਸ ਪੜ੍ਹਨਗੀਆਂ, ਉਹ ਪੜ੍ਹਨਗੀਆਂ ਕਿ ਕੀ ਨਤੀਜਾ ਸੀ। ਇਤਿਹਾਸ ਵਿੱਚ ਆਪਣਾ ਮੂੰਹ ਨਾ ਕਾਲਾ ਕਰਾ ਲਿਓ। ਲੋਕ ਕਹਿੰਦੇ ਨੇ, ਇਤਿਹਾਸ ਹੁਣ ਤੱਕ ਪਤਾ ਕੀ ਕਹਿੰਦਾ, ਮੈਂ ਮਿਹਣਾ ਦੇਣ ਲੱਗਿਆ ਦੁਨੀਆਂ 'ਚ ਬੈਠੇ ਪੰਜਾਬੀਆਂ ਨੂੰ ਅਤੇ ਮਾਝੇ ਵਾਲਿਆਂ ਨੂੰ ਮਿਹਣਾ ਦੇਣ ਲੱਗਿਆ ਸਟੇਜ ਤੋਂ, ਤੁਹਾਡੇ ਉੱਤੇ ਅੱਗੇ 2 ਕਲੰਕ ਅੱਗੇ ਹੀ ਲੱਗੇ ਨੇ। ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਹਾਰਿਆ ਸੀ, ਸੋਹਣ ਸਿੰਘ ਭਕਨਾ ਹਾਰਿਆ ਸੀ, ਜੇ ਇਹ ਕਲੰਕ ਵੀ ਤੁਹਾਡੇ ਮੱਥੇ 'ਤੇ ਲੱਗ ਗਿਆ ਨਾ, ਤਾਂ ਗਾਂ ਕਿਸੇ ਨੇ ਸ਼ਹੀਦ ਜਸਵੰਤ ਸਿੰਘ ਖਾਲੜਾ ਜੰਮਣ ਲੱਗਿਆਂ ਸੋਚਣਾ ਜੇ, ਕਿਸੇ ਨੇ ਕੁਰਬਾਨੀ ਦੇਣ ਲੱਗਿਆਂ ਸੋਚਣਾ ਜੇ, ਕਿਸੇ ਨੇ ਕੌਮ ਲਈ ਹਾ ਦਾ ਨਾਰਾ ਮਾਰਨ ਲੱਗਿਆਂ ਸੋਚਣਾ ਜੇ, ਇਹ ਕੌਮ ਬਿਗਾੜਤਾਂ ਦੀ ਤਾਂ ਨਹੀਂ ਹੋਗੀ। ਜਿਹੜੇ ਤੁਹਾਨੂੰ ਬਕਵਾਸ ਸੁਣਾਉਂਦੇ ਨੇ ਸਟੇਜਾਂ ਦੇ ਉੱਤੇ, ਆ ਬਾਬਾ ਕੋੜ, ਜਿਹਨੂੰ ਬਾਬਾ ਬੋੜ ਆਉਂਦੇ, ਉਹ ਸਾਡੇ ਵੀ ਅੱਜ ਇੱਥੇ ਗਵਾਂਢ ਆਇਆ ਸੀ, ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਆਪਣੇ ਆਪ ਨੂੰ ਪੰਥਕ ਕਹਿਣ ਲੱਗਿਆਂ। ਇਹਨਾਂ ਨੇ ਤਾਂ ਫੋਨ ਕਰਕੇ ਉਹ ਪੁੱਤ ਮਰਵਾਉਣ ਵਿੱਚ ਮੋਢੇ ਨਾਲ ਮੋਢਾ ਜੋੜਿਆ, ਜਿਨ੍ਹਾਂ ਦੇ ਤੋਂ ਪੁੱਤ ਮਰਵਾਏ ਉਹਨਾਂ ਨੂੰ ਵਜ਼ੀਰੀਆਂ ਦਿੱਤੀਆਂ, ਉਹਨਾਂ ਨੂੰ ਵੱਡੇ ਅਹੁਦੇ ਦਿੱਤੇ। ਸੋ ਹੱਥ ਬੰਨ ਕੇ ਮੈਂ ਅੰਤ ਵਿੱਚ ਬੇਨਤੀ ਕਰਨੀ ਹੈ, ਵੇਖਿਓ ਕਿਤੇ ਮਾਝੇ ਵਾਲਿਓ, ਗੁਰੂ ਗੋਬਿੰਦ ਸਿੰਘ ਨੂੰ ਤੁਹਾਡੇ 'ਤੇ ਮਾਣ ਬਹੁਤ ਸੀਗਾ, ਇਹ ਕਲੰਕ ਨਾ ਆਪਣੇ ਮੱਥੇ 'ਤੇ ਖੱਟ ਲਿਓ। ਸਿਮਰਨਜੀਤ ਸਿੰਘ ਮਾਣ ਵਾਲਾ ਇਤਿਹਾਸ ਦੁਹਰਾ ਦਈਏ ਇੱਕ ਵਾਰੀ, ਉਹਨਾਂ ਨੂੰ ਚੇਤੇ ਆ ਜੇ ਕਿ ਤੁਸੀਂ ਤਾਂ
ਪਹਿਲਾਂ ਫਿਜ਼ੀਕਲ ਨਸਲਕੁਸ਼ੀ ਕੀਤੀ, ਫਿਰ ਨਸ਼ੇ ਦੇ ਦੇ ਕੇ ਸਾਡੇ ਪੁੱਤਾਂ ਦੀ ਮਾਨਸਿਕ ਨਸਲਕੁਸ਼ੀ ਕੀਤੀ, ਰਹਿੰਦੀ ਖੁੰਹਦੀ ਕਰਤੂਤ ਸਾਡੇ ਇਹਨਾਂ ਬਾਦਲਾਂ ਅਤੇ ਕਾਂਗਰਸੀਆਂ ਨੇ ਰਲ ਕੇ ਸਾਡੇ ਸਿਧਾਂਤਾਂ ਨੂੰ ਖੋਰਾ ਲਾ ਕੇ ਸਿੱਖੀ ਦਾ ਨਾਮੋ ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕੀਤੀ। ਤੁਹਾਡੇ ਗੁਆਂਢ ਬਾਬਾ ਬੋਤਾ ਸਿੰਘ ਗਰਜਾ ਸਿੰਘ ਆ, ਉਹਨੂੰ ਚੇਤੇ ਕਰ ਲਓ, ਉਹ ਚੇਤੇ ਕਰਨਾ ਪੈਣਾ। ਜੇ ਬੋਤਾ ਸਿੰਘ ਗਰਜਾ ਸਿੰਘ ਨਾ ਬਣੇ ਤਾਂ ਅੱਜ ਦੇ ਜ਼ਕਰੀਆ ਖਾਨ ਨੂੰ ਦੱਸਿਆ ਨਹੀਂ ਜਾਣਾ ਭਾਈ ਅਸੀਂ ਜਿਉਂਦੇ ਹਾਂ, ਜਿਉਂਦੇ ਹੋਣ ਦਾ ਸਬੂਤ ਦਈਏ। ਹੱਥ ਬੰਨ ਕੇ ਤਹਿ ਦਿਲੋਂ ਸਿਰ ਚੁਕਾ ਕੇ ਭੈਣ ਜੀ ਪਰਮਜੀਤ ਕੌਰ ਦਾ ਧੰਨਵਾਦ ਕਰਦਾ ਹਾਂ, ਅਤੇ ਜਿੰਨੀਆਂ ਵੀ ਪੰਥਕ ਸ਼ਖਸੀਅਤਾਂ ਸਾਡੇ ਇਸ ਦੋ ਕੁ ਦਿਨ ਪਹਿਲਾਂ ਦੇ ਨਿਮਾਣੇ ਜੇ ਸੱਦੇ ਨੂੰ ਪ੍ਰਵਾਨ ਕਰਕੇ ਚੰਡੀਗੜ੍ਹ ਤੋਂ, ਲੁਧਿਆਣੇ ਤੋਂ, ਜਗਰਾਓਂ ਤੋਂ, ਪਟਿਆਲੇ ਤੋਂ, ਸੰਗਰੂਰ ਤੋਂ, ਦੂਰਾਂ ਦੂਰਾਂ ਤੋਂ ਜਥੇਬੰਦੀਆਂ ਦੇ ਨੁਮਾਇੰਦੇ ਇੱਥੇ ਪਹੁੰਚੇ ਨੇ, ਮੈਂ ਉਹਨਾਂ ਸਾਰਿਆਂ ਨੂੰ ਨਤਮਸਤਕ ਹਾਂ ਕਿ ਜਿਨ੍ਹਾਂ ਨੇ ਇਹ ਸੱਦੇ ਨੂੰ ਕਬੂਲਿਆ ਹੈ। ਔਰ ਜਿਹੜੀ ਗੱਲ ਵੀਰ ਦਵਿੰਦਰ ਸਿੰਘ ਜੀ ਹੋਰਾਂ ਨੇ ਕਹੀ ਕਿ ਭੈਣ ਜੀ ਪਰਮਜੀਤ ਕੌਰ ਦੇ ਲਈ ਅੱਜ ਵੱਡਾ ਕੇਡਰ ਖੜ੍ਹਾ ਕਰਨ ਦੀ ਲੋੜ ਹੈ, ਮੈਂ ਵੀਰ ਹਰਮਨਦੀਪ ਸਿੰਘ ਜੀ ਸਰਿਆਲੀ ਮੇਰੇ ਖਿਆਲ ਬੈਠੇ ਨੇ ਇੱਥੇ, ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਜਿੰਨੇ ਜਿੰਨੇ ਵੀ ਇਲਾਕੇ ਨੇ ਆਪਾਂ ਇੱਕ ਵਾਰੀ ਬੈਠ ਕੇ ਸਾਰੇ ਇਹ ਜਿੰਨੀਆਂ ਆਈਆਂ ਹੋਈਆਂ ਜਥੇਬੰਦੀਆਂ ਇਹਨਾਂ ਨਾਲ ਰਾਬਤਾ ਕਾਇਮ ਕਰਕੇ ਵਲੰਟੀਅਰਸ ਇਹਨਾਂ ਦੇ ਵਿੱਚੋਂ 50-50 10-10 20-20 ਜਿੰਨੇ ਵੀ ਸੰਸਥਾਵਾਂ ਦੇ ਸਕਦੀਆਂ ਨੇ ਉਹ ਵਲੰਟੀਅਰਸ ਦੇ ਜਿਹੜੇ ਆ ਉਹ ਪਿੰਡਾਂ ਲਈ ਆਪਾਂ ਡਿਊਟੀ ਜਿਹੜੀ ਉਹ ਜ਼ਰੂਰ ਲਾ ਦਈਏ। ਇਹ ਤਾਲਮੇਲ ਲਈ ਜੋ ਮੈਂ ਅਰਜ਼ ਕਰਨੀ ਹੈ ਕਿ ਤੁਸੀਂ ਸਾਨੂੰ ਕਿਸੇ ਇੱਕ ਵੀਰ ਦੀ ਡਿਊਟੀ ਲਾ ਦਿਓ ਜਿਨ੍ਹਾਂ ਨਾਲ ਤਾਲਮੇਲ ਕਰਕੇ ਭੈਣ ਜੀ ਅਸੀਂ ਸਾਰਾ ਜਿੰਨਾ ਵੀ ਤੁਹਾਨੂੰ ਜਿੱਦਾਂ ਦਾ ਵੀ ਕੇਡਰ ਚਾਹੀਦਾ ਜਿੱਦਾਂ ਦੀ ਅਸੀਂ ਤਿਲ ਫੁੱਲ ਮਦਦ ਕਰ ਸਕਦੇ ਹਾਂ ਉਹਦੇ ਲਈ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ। ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਨੂੰ ਨਮਸਕਾਰ ਕਰਦਾ ਹੋਇਆ ਖਿਮਾ ਦਾ ਜਾਚਕ ਹਾਂ, ਫਤਿਹ ਉੱਚੀ ਗਜਵੀਂ ਆਵਾਜ਼ ਵਿੱਚ ਬੁਲਾ ਦਿਓ ਜੇ ਮਿਹਣਾ ਅਸੈਪਟ ਕਰ ਲਿਆ ਕਿ ਅਸੀਂ ਇਤਿਹਾਸ ਨਹੀਂ ਨਰਾਉਣ ਦੇਵਾਂਗੇ, ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਤਾਂ ਬੋਤਾ ਸਿੰਘ ਗਰਜਾ ਸਿੰਘ ਬਣਾਂਗੇ। ਸੋ ਬੋਤਾ ਸਿੰਘ ਗਰਜਾ ਸਿੰਘ ਵਾਲੀ ਆਵਾਜ਼ ਫਤਿਹ ਬੁਲਾਇਓ, ਗੱਜ ਕੇ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਛੋਟੀ ਜਿਹੀ ਘਟਨਾ, ਆਪਾਂ ਸਾਰੇ ਕਹਿੰਦੇ ਨੇ ਵੀ ਲਵਾਰਿਸ ਲਾਸ਼ਾਂ ਦਾ ਵਾਰਿਸ, ਕਈ ਜਿਨ੍ਹਾਂ ਨੂੰ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਇਤਿਹਾਸ ਨਹੀਂ ਪਤਾ, ਮੈਂ ਇੱਕ ਛੋਟੀ ਜਿਹੀ ਘਟਨਾ ਆਪਦੇ ਪਿੰਡ ਦੀ ਜੋ ਮੇਰੇ ਜ਼ਿਹਨ ਦੇ ਵਿੱਚ ਹੈਗੀ ਆ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ। ਸਾਡੇ ਪਿੰਡ ਬਲਟੋਏ ਦਾ ਇੱਕ ਨੌਜਵਾਨ ਪੁਲਿਸ ਨੇ ਚੁੱਕ ਕੇ ਗੋਲੀ ਮਾਰ ਦਿੱਤੀ, ਉਹਨੂੰ ਮਰਿਆ ਹੋਇਆ ਕਹਿ ਕੇ ਪੱਟੀ ਸਿਵਲ ਹੋਸਪਿਟਲ ਦੇ ਵਿੱਚ ਸੁੱਟ ਕੇ ਚਲੇ ਗਏ। ਉਹ ਲਵਾ ਆਪਣਾ ਪਿਆ ਹੋਇਆ ਵਾ ਮੁਰਦਾ ਘਰ ਦੇ ਵਿੱਚ, ਅਤੇ ਮੁਰਦਾ ਘਰ ਦੇ ਵਿੱਚ ਉਹ ਮਰਿਆ ਨਹੀਂ, ਉਹ ਸਹਿਕਦਾ ਸੀ, ਉਹਨੇ ਸਹਿਕਦੇ ਨੇ ਉੱਥੋਂ ਦੀ ਝਾੜੂ ਪੋਚਾ ਕਰਨ ਵਾਲੀ ਨੂੰ ਆਵਾਜ਼ ਦਿੱਤੀ ਕਿ ਮੇਰੇ ਪਿੰਡ ਦੀ ਇੱਕ ਭੈਣ ਮੇਰੀ ਸਾਡੀ ਰਿਸ਼ਤੇਦਾਰ ਇੱਥੇ ਨੌਕਰੀ ਕਰਦੀ ਉਹਨੂੰ ਬੁਲਾ ਦੇ। ਉਹ ਉਸ ਜ਼ਰੀਏ ਉਹਦੇ ਤੱਕ ਸਟਾਫ ਨਰਸ ਤੱਕ ਸੁਨੇਹਾ ਪਹੁੰਚਿਆ ਅਤੇ ਸਟਾਫ ਨਰਸ ਨੇ ਆਪਦੇ ਪਰਿਵਾਰ ਦੇ ਨਾਲ ਉਸ ਨੌਜਵਾਨ ਨੂੰ ਬਚਾਉਣ ਲਈ ਉਹਨੂੰ ਐਡਮਿਟ ਕਰ ਲਿਆ। ਪੁਲਿਸ ਇੰਚਾਰਜ ਨੂੰ ਜਿਹੜਾ ਉੱਥੋਂ ਉਹਨੂੰ ਗੋਲੀ ਮਾਰ ਕੇ ਗਿਆ ਸੀ ਉਹਨੂੰ ਪਤਾ ਲੱਗ ਗਿਆ ਕਿ ਉਹ ਬੰਦਾ ਮਰਿਆ ਨਹੀਂ ਬਚ ਗਿਆ ਵਾ। ਉਹ ਵਾਪਸ ਆਇਆ, ਵਾਪਸ ਆ ਕੇ ਉਹਨੇ ਉਸ ਦਾਖਲ ਹੋਏ ਨੌਜਵਾਨ ਨੂੰ ਚੁੱਕਿਆ, ਧੋਇਆ ਗਲੂਕੋਜ਼ ਲੱਗਿਆਂ ਦੇ ਵਿੱਚ, ਧੋ ਕੇ ਹਜ਼ਾਰਾਂ ਲੋਕਾਂ ਦੇ ਸਾਹਮਣੇ ਧੋ ਕੇ ਆਪਦੀ ਜਿਪਸੀ ਸੁੱਟਿਆ ਅਤੇ ਪੱਟੀ ਸਰਕਾਰੀ ਕਾਲਜ ਦੇ ਪਿਛਲੇ ਬੰਨੇ ਜਾ ਕੇ ਉਹਨੂੰ ਦੁਬਾਰਾ ਫਿਰ ਗੋਲੀ ਮਾਰ ਕੇ ਫਿਰ ਛੱਡ ਕੇ ਗਿਆ। ਇਹ ਹਾਲਾਤ ਸੀ ਉਦੋਂ। ਉਹ ਮੈਂ ਜਿਹੜੀ ਗੱਲ ਕੀਤੀ ਸੀ 25,000 ਤੇ ਗਿਣਤੀ ਖਲੋ ਗਈ, ਇਹ 25 ਲੱਖ ਵੀ ਹੋ ਸਕਦੀ ਸੀ, ਇਹ 2.5 ਲੱਖ 25 ਲੱਖ ਵੀ ਜਾ ਸਕਦੀ ਸੀ। ਅੱਜ ਸਾਡੇ ਸ਼ਾਇਦ ਨੌਜਵਾਨ ਪੀੜ੍ਹੀ ਨਾ ਹੁੰਦੀ ਜਿੱਡੀ ਤਰੀਕੇ ਨਾਲ ਜਿੱਡੀ ਵਧੀਆ ਸਪੀਡ ਦੇ ਨਾਲ ਉਹ ਲੱਗੇ ਸੀਗੇ। ਸੋ ਉਹ ਜਿਵੇਂ ਵੀਰ ਜੀ ਪਰਮਪਾਲ ਸਿੰਘ ਨੇ ਜਾਂ ਵੀਰ ਹਰਜਿੰਦਰ ਸਿੰਘ ਮਾਝੀ ਨੇ ਬੇਨਤੀ ਕੀਤੀ ਨਾ ਕਿ ਮੌਕਾ ਵਾ, ਮੈਂ ਕਹਿੰਦਾ ਮੌਕਾ ਬੀਬੀ ਜੀ ਲਈ ਨਹੀਂ ਗਾ ਜਿੱਤਣ ਦਾ, ਮੌਕਾ ਸਾਡੇ ਲਈ ਆ ਵੀ ਅਸੀਂ ਆਪਣੇ ਮੱਥੇ ਦੇ ਉੱਤੇ ਸ਼ਾਬਾਸ਼ੀ ਲਵਾਉਣੀ ਆ ਕਿ ਕਲੰਕ ਲਵਾਉਣਾ ਵਾ। ਮੌਕਾ ਸਾਡੇ ਲਈ ਆ, ਖਡੂਰ ਸਾਹਿਬ ਦੇ ਵਾਸੀਆਂ ਲਈ ਆ ਕਿ ਅਸੀਂ ਆਪਣਾ ਨਾਂ ਕਿੰਨਾ 'ਚ ਲਿਖਵਾਉਣਾ ਵਾ। ਉਹ ਆਪਾਂ ਇੱਕ ਕਹਾਵਤ ਬੋਲਦੇ ਨਾ ਵੀ ਨਾ 3-ਚੋਂ ਨਾ 13-ਚੋਂ, ਹੁਣ ਸਾਨੂੰ ਸਾਡੇ 'ਤੇ ਆ ਵੀ ਅਸੀਂ 3 ਚਾਹੁਣਾ ਕਿ 13 ਚਾਹੁਣਾ ਵਾ। ਸੋ ਇਹਨਾਂ ਲਫ਼ਜ਼ਾਂ ਦੇ ਨਾਲ ਮੈਂ ਬਹੁਤ ਹੀ ਸਤਿਕਾਰ ਨਾਲ ਬੀਬੀ ਪਰਮਜੀਤ ਕੌਰ ਖਾਲੜਾ ਜੀ ਨੂੰ ਬੁਲਾਉਣਾ ਚਾਹੁੰਦਾ ਵਾਂ, ਉਹ ਸਟੇਜ 'ਤੇ ਆਉਣ, ਆਪਣੇ ਜਿਹੜੇ ਲਫ਼ਜ਼ ਆ ਉਹ ਸਾਂਝੇ ਕਰਨ, ਅਤੇ ਉਹਨਾਂ ਦੇ ਨਾਲ ਨਾਲ ਮੈਂ ਬੇਨਤੀ ਕਰਨੀ ਆ ਭਾਈ ਜਗਤਾਰ ਸਿੰਘ ਜੀ ਹਵਾਰਾ, ਉਹਨਾਂ ਦੇ ਜਿਹੜੇ ਸਾਥੀ ਹੈਗੇ ਨੇ ਨਰਾਇਣ ਸਿੰਘ ਜੀ ਚੌੜਾ, ਉਹ ਆਏ ਨੇ ਉਹਨਾਂ ਦਾ ਬਹੁਤ ਜੀਆਂ ਨੂੰ, ਮੈਂ ਮਾਫ਼ੀ ਚਾਹੁੰਦਾ ਵਾਂ ਬ੍ਰਹਮਪੁਰਾ ਸਾਹਿਬ, ਕਿਉਂਕਿ ਅਸੀਂ ਇਹ ਸਿਆਸੀ ਮੰਚ ਨਹੀਂ ਰੱਖਿਆ, ਸਾਡਾ ਜਥੇਬੰਧਕ ਹੀ ਮੰਚ ਹੈ, ਇਸ ਕਰਕੇ ਅਸੀਂ ਬੇਨਤੀ ਕੀਤੀ ਸੀ ਪਹਿਲਾਂ ਹੀ ਵੀ ਅਸੀਂ ਇਹਦੇ ਵਿੱਚ ਕੋਈ ਵੀ ਸਿਆਸੀ, ਕਿਉਂਕਿ ਅਸੀਂ ਸਿਆਸਤ ਦੇ ਵਾਲੇ ਬੰਨੇ ਨਹੀਂ ਜਾ ਰਹੇ, ਅਸੀਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਹਮਾਇਤ ਦੇ ਰਹੇ ਹਾਂ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਦੇ ਲਈ, ਪੰਥਕ ਤੌਰ ਦੇ ਉੱਤੇ, ਰਾਜਨੀਤਿਕ ਤੌਰ ਦੇ ਉੱਤੇ।
ਹਾਂਜੀ, ਅਸੀਂ ਤੁਹਾਡਾ ਮਾਣ ਕਰਦੇ ਹਾਂ, ਤੁਸੀਂ ਆਪਣਾ ਕੈਂਡੀਡੇਟ ਵੀ ਵਾਪਸ ਲਿਆ, ਸਾਡੇ ਸਿਰ ਮੱਥੇ ਆ। ਮੈਂ ਬੀਬੀ ਪਰਮਜੀਤ ਕੌਰ ਖਾਲੜਾ ਜੀ ਨੂੰ, ਹਾਂਜੀ ਹਾਂਜੀ ਹਾਂਜੀ, ਨਹੀਂ ਤੁਹਾਨੂੰ ਤੁਸੀਂ ਆਓਗੇ ਸਨਮਾਨ ਦੇ ਵਿੱਚ, ਤੁਸੀਂ ਆਓਗੇ, ਤੁਹਾਡਾ ਸਨਮਾਨ ਹੈ ਜੀ। ਬੀਬੀ ਪਰਮਜੀਤ ਕੌਰ ਖਾਲੜਾ ਜੀ, ਤੁਹਾਡੇ ਨਾਲ ਵਿਚਾਰ ਸਾਂਝੇ ਕਰਨਾ। ਬਹੁਤ ਹੀ ਸਤਿਕਾਰ ਨਾਲ ਬੈਠੀਆਂ ਮੇਰੀਆਂ ਬਹੁਤ ਹੀ ਸਨਮਾਨਯੋਗ ਸ਼ਖਸੀਅਤਾਂ, ਪੰਥਕ ਜਥੇਬੰਦੀਆਂ ਅਤੇ ਹੋਰ ਜੋ ਮੇਰੇ ਭੈਣ ਭਰਾ ਅੱਜ ਇੱਥੇ ਹਾਜ਼ਰ ਹੋਏ ਆ, ਸਭ ਨਾਲ ਪਹਿਲਾਂ ਆਪਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਤਾਂ ਕਦੇ ਇਹ ਮਹਿਸੂਸ ਹੀ ਨਹੀਂ ਹੋਇਆ ਕਿ ਜਿੰਨੀਆਂ ਸਾਡੀਆਂ ਪੰਥਕ ਜਥੇਬੰਦੀਆਂ ਵੀ ਉਹਨਾਂ ਤੋਂ ਮੈਨੂੰ ਸਮਰਥਨ ਮੰਗਣਾ ਚਾਹੀਦਾ। ਮੈਨੂੰ ਇਸ ਗੱਲ ਦਾ ਪੂਰਾ ਅਹਿਸਾਸ ਹੈ ਕਿ ਸਾਰੇ ਕੰਮ ਤਾਂ ਪੰਥ ਲਈ ਹੋ ਰਹੇ ਆ, ਸਾਰੀਆਂ ਗੱਲਾਂ ਤਾਂ ਪੰਥ ਲਈ ਹੋ ਰਹੀਆਂ, ਫਿਰ ਤਾਂ ਸਾਡਾ ਸਾਂਝਾ ਮੋਰਚਾ ਇਹ, ਫਿਰ ਤਾਂ ਅਸੀਂ ਰਲ ਮਿਲ ਕੇ ਇਹ ਗੱਲਾਂ ਕਰਨੀਆਂ। ਮੈਨੂੰ ਕਈ ਵਾਰੀ ਲੱਗਦਾ ਵੀ ਹੈ ਕਿ ਕਈਆਂ ਲੋਕਾਂ ਨੂੰ ਕਹਿਣਾ ਪੈਂਦਾ, ਜਦੋਂ ਆਪਾਂ ਪੋਲੀਟੀਕਲ ਕੋਈ ਚੀਜ਼ ਕਰ ਰਹੀ ਹੋਈਏ, ਸਿਆਸਤ ਦੀਆਂ ਗੱਲਾਂ ਕਰ ਰਹੀ ਹੋਈਏ, ਅਤੇ ਆਪਾਂ ਨੂੰ ਹੱਥ ਵੀ ਬੰਨਣੇ ਪੈਂਦੇ ਆ ਅਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਨੀਆਂ ਪੈਂਦੀਆਂ, ਕਿਉਂਕਿ ਵੋਟਾਂ ਲਈ ਸਭ ਕੁਝ ਕਰਨਾ ਪੈਂਦਾ। ਪਰ ਪਤਾ ਨਹੀਂ ਪਰਮਾਤਮਾ ਦੀ ਬਖਸ਼ਿਸ਼ ਹੈ, ਮੈਨੂੰ ਇਹ ਕੁਝ ਵੀ ਕਰਨਾ ਨਹੀਂ ਪਿਆ, ਕਿਉਂਕਿ ਮੈਂ ਤਨੋ ਮਨੋ ਇਹ ਸੋਚ ਕੇ ਚੱਲੀ ਸੀ ਕਿ ਇਹ ਲੜਾਈ ਜਿਹੜੀ ਮਨੁੱਖਤਾ ਦੀ ਲੜਾਈ ਹੈ, ਇਹਦੇ ਵਿੱਚ ਕੁਝ ਵੀ ਪੋਲੀਟੀਕਲ ਨਹੀਂ ਹੈ। ਬੇਸ਼ੱਕ ਮਾਰਿਆ ਸਾਨੂੰ ਪੋਲੀਟੀਕਲ ਲੋਕਾਂ ਨੇ ਹੈ, ਪਰ ਮੈਂ ਜੋ ਸਰਦਾਰ ਜਸਵੰਤ ਸਿੰਘ ਦੀ ਸ਼ਹਾਦਤ ਹੋਈ ਹੈ, ਉਹ ਵੀ ਪੋਲੀਟੀਕਲ ਨਹੀਂ ਹੋਈ, ਉਹ ਵੀ ਪਰਮਾਤਮਾ ਦੀ ਮਰਜ਼ੀ ਦੇ ਨਾਲ ਔਰ ਇੱਕ ਅੰਦਰੋਂ ਇੱਛਾ ਸ਼ਕਤੀ ਦੇ ਨਾਲ। ਮੈਨੂੰ ਲੱਗਦਾ ਹੈ ਕਿ ਜਦੋਂ ਉਹਨਾਂ ਨੇ ਸਾਲ ਕੁ ਪਹਿਲਾਂ ਇਹ ਗੱਲਾਂ ਕੀਤੀਆਂ ਸੀ ਤਾਂ ਉਹਨਾਂ ਨੇ ਬਿਲਕੁਲ ਸ਼ਹਾਦਤ ਦੇ ਨੇੜੇ ਹੋ ਕੇ, ਸ਼ਹਾਦਤ ਦੀ ਬੁੱਕਲ ਵਿੱਚ ਬਹਿ ਕੇ ਇਹ ਗੱਲਾਂ ਕੀਤੀਆਂ ਸੀ ਕਿ ਸਾਨੂੰ ਜਿਹੜੀ ਸ਼ਹਾਦਤ ਹੈ ਉਹ ਵੀ ਕਦੇ ਮੰਗ ਲੈਣੀ ਚਾਹੀਦੀ ਹੈ। ਅਤੇ ਮੈਨੂੰ ਲੱਗਦਾ ਹੈ ਕਿ ਅੱਜ ਜਿੰਨੇ ਵੀ ਲੋਕ ਮੇਰੇ ਸਮਰਥਨ ਦੇਣ ਵੱਲ ਲਈ ਆਏ ਹੈ, ਮੈਂ ਉਹਨਾਂ ਦਾ ਧੰਨਵਾਦ ਤਾਂ ਕਰਨਾ ਹੀ ਹੈ। ਪਰ ਮੈਨੂੰ ਐਂ ਲੱਗਦਾ ਸੀਗਾ ਕਿ ਜਿਹੜਾ ਕਈ ਵਾਰੀ ਕੋਈ ਮੈਨੂੰ ਕਹਿੰਦੇ ਆ ਲੋਕ ਕਿ ਤੁਸੀਂ ਫਲਾਨੇ ਬੰਦੇ ਨੂੰ ਫੋਨ ਕਰੋ, ਫਲਾਨੇ ਬੰਦੇ ਨੂੰ ਫੋਨ ਕਰੋ, ਪਰ ਮੈਨੂੰ ਲੱਗਦਾ ਹੈ ਕਿ ਜਿਹੜੇ ਮੇਰੇ ਸਿੱਖੀ ਦੇ ਪਰਨਾਏ ਹੋਏ ਜਥੇਬੰਦੀਆਂ, ਉਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਮੈਂ ਫੋਨ ਕਰਾਂ, ਮੈਨੂੰ ਪਹਿਲਾਂ ਹੀ ਲੱਗਦਾ ਕਿ ਉਹ ਤਾਂ ਪਹਿਲਾਂ ਹੀ ਮੇਰੇ ਸਮਰਥਨ ਵਿੱਚ ਹੈ, ਮੈਂ ਉਹਨਾਂ ਨੂੰ ਕੀ ਫੋਨ ਕਰਨੇ ਆ। ਅਤੇ ਮੈਂ ਤੁਹਾਨੂੰ ਅਖੀਰ ਦੇ ਵਿੱਚ ਇਹ ਕਹਿੰਦੀ ਹਾਂ, ਇਹ ਜਿਹੜੀ ਜੰਗ ਹੈ ਇਹ ਮਨੁੱਖਤਾ ਦੇ ਭਲੇ ਲਈ ਜੰਗ, ਸਰਦਾਰ ਜਸਵੰਤ ਸਿੰਘ ਨੇ ਵੀ ਇੱਕ ਸੱਚ ਤੋਂ ਪਰਦਾ ਲਾਉਣ ਦੇ ਲਈ ਇੱਕ ਚੈਲੇਂਜ ਸਰਕਾਰ ਨੂੰ ਕੀਤਾ ਸੀ, ਸਟੇਟ ਨੂੰ ਕੀਤਾ ਸੀਗਾ, ਔਰ ਬੜਾ ਟੈਕਨੀਕਲ ਪੁਆਇੰਟ ਉਹਨਾਂ ਨੇ ਫੜਿਆ ਸੀਗਾ ਕਿ ਜੇ ਤੁਸੀਂ ਸਾਨੂੰ ਚੁੱਕਿਆ ਹੈ, ਮਾਰਿਆ ਹੈ, ਚੋਰੀ ਸਾਡੇ ਸੰਸਕਾਰ ਕੀਤੇ ਆ, ਔਰ ਉਸ ਤੋਂ ਬਾਅਦ ਤੁਸੀਂ ਸਾਰੀ ਕੌਮ ਨੂੰ ਲਾਵਾਰਸ ਕਹਿ ਦਿੱਤਾ, ਅਤੇ ਹੁਣ ਆਓ ਆ ਕੇ ਸਾਡੇ ਡੈਥ ਸਰਟੀਫਿਕੇਟ ਤਾਂ ਦਿਓ। ਇਹ ਇੱਕ ਟੈਕਨੀਕਲ ਘੇਰਾ ਪਾਇਆ ਸੀ ਉਹਨਾਂ ਨੇ ਸਰਕਾਰ ਨੂੰ ਕਿ ਹੁਣ ਸਾਡਾ ਜੋ ਤੁਸੀਂ ਕਰਨਾ ਸੀ ਤੁਸੀਂ ਕਰ ਲਿਆ, ਹੁਣ ਸਾਨੂੰ ਸਾਡੀ ਕੇ ਮੌਤ ਦੇ ਸਰਟੀਫਿਕੇਟ ਦਿਓ। ਇਹ ਚੈਲੇਂਜ ਸੀ ਅਤੇ ਸਰਕਾਰ ਕੋਲ ਕੋਈ ਜਵਾਬ ਨਹੀਂ ਸੀ ਇਸ ਗੱਲ ਦਾ ਕਿ ਅਸੀਂ ਹੁਣ ਇਹਨਾਂ ਨੂੰ ਡੈਥ ਸਰਟੀਫਿਕੇਟ ਕਿੱਥੋਂ ਦੇਵਾਂਗੇ ਜਦੋਂ ਅਸੀਂ ਪਹਿਲਾਂ ਹੀ ਇਹਨਾਂ ਨੂੰ ਲਾਵਾਰਸ ਕਰਾਰ ਦੇ ਚੁੱਕੇ ਹਾਂ। ਅਤੇ ਅੱਜ ਇਹ ਜੰਗ ਜਿਹੜੀ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਸ਼ੁਰੂ ਕੀਤੀ ਸੀ ਉਹਨਾਂ ਲੋਕਾਂ ਦੇ ਹੱਕ ਵਿੱਚ ਜਿਨ੍ਹਾਂ ਦੇ ਬੱਚੇ ਨਜਾਇਜ਼ ਚੁੱਕ ਕੇ ਇਹਨਾਂ ਨੇ ਮਾਰੇ ਸੀਗੇ, ਅਤੇ ਅੱਜ ਉਹ ਜੰਗ ਵੱਧਦੀ ਵੱਧਦੀ 25 ਸਾਲਾਂ ਤੋਂ ਬਾਅਦ ਮੈਨੂੰ ਲੱਗਦਾ ਇਹ ਇੱਕ ਵਾਹਿਗੁਰੂ ਵੱਲੋਂ ਇਸ਼ਾਰਾ ਹੋਇਆ, ਪਰਮਾਤਮਾ ਵੱਲੋਂ ਇਸ਼ਾਰਾ ਹੋਇਆ ਕਿ ਇਸ ਜੰਗ ਨੂੰ ਫਿਰ ਜਿਹੜਾ ਸ਼ੁਰੂ ਕੀਤਾ ਜਾਵੇ, ਕਿਉਂਕਿ ਜੋ ਰਵਾਇਤੀ ਪਾਰਟੀਆਂ, ਦੋ ਰਵਾਇਤੀ ਪਾਰਟੀਆਂ, ਉਹ ਤਾਂ ਇਸ ਚੀਜ਼ ਨੂੰ ਮੁੱਦਾ ਹੀ ਨਹੀਂ ਸਮਝਦੀਆਂ, ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਉਹ ਕੋਈ ਅਰਥ ਹੀ ਨਹੀਂ ਲੈਂਦੀਆਂ ਇਸ ਗੱਲ ਦਾ। ਅਤੇ ਮੈਨੂੰ ਲੱਗਿਆ ਕਿ ਇਸ ਵੇਰੀ ਜੇ ਮੈਂ ਇਹ ਗੱਲ ਨਾ ਕੀਤੀ ਤਾਂ ਕਦੇ ਵੀ ਇਤਿਹਾਸ ਵਿੱਚ ਕਿਸੇ ਨੇ ਇਹ ਗੱਲ ਨਹੀਂ ਕਰਨੀ, ਔਰ ਇਹ ਇਤਿਹਾਸ ਦਾ ਜਿਹੜਾ ਪੰਨਾ ਹੈ ਇਹ ਸਾਡਾ ਜਿਹੜਾ ਨੌਜਵਾਨ ਤਬਕਾ ਇਹ ਬਿਨਾਂ ਪੜ੍ਹਿਆ ਹੀ ਇਹਨਾਂ ਨੇ ਛੱਡ ਜਾਣਾ। ਅਤੇ ਅੱਜ ਜਦੋਂ ਡੇਢ ਮਹੀਨੇ ਤੋਂ ਅਸੀਂ ਇਹ ਪ੍ਰਚਾਰ ਕਰ ਰਹੇ ਹਾਂ ਅਤੇ ਇੱਕ ਇੱਕ ਬੱਚੇ ਦੀ ਜ਼ਬਾਨ 'ਤੇ, ਇੱਕ ਇੱਕ ਮਨੁੱਖ ਦੀ ਜ਼ਬਾਨ 'ਤੇ ਦੁਨੀਆ ਭਰ ਦੇ ਵਿੱਚ ਇੱਕ ਮੂਵਮੈਂਟ ਬਣ ਗਈ ਹੈ ਕਿ ਸਰਦਾਰ ਜਸਵੰਤ ਸਿੰਘ ਖਾਲੜਾ ਨੇ 25,000 ਲਾਵਾਰਸ ਲਾਸ਼ਾਂ ਤੋਂ ਪਰਦਾ ਲਾਇਆ ਸੀ, ਔਰ ਬੇਸ਼ੱਕ ਉਹਨਾਂ ਨੂੰ ਸ਼ਹਾਦਤ ਦੇਣੀ ਪਈ, ਪਰ ਇਹ ਉਸ ਵੇਲੇ ਦੀ ਲੋੜ ਸੀ। ਜੇ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨਾ ਹੁੰਦੀ ਤਾਂ ਹਜ਼ਾਰਾਂ ਬੱਚੇ ਜਿਹੜੇ ਉਹ ਹੋਰ ਮਾਰੇ ਜਾਣੇ ਸੀਗੇ।
ਅਤੇ ਮੈਨੂੰ ਯਾਦ ਹੈ ਕਿ 6 ਸਤੰਬਰ 1995 ਤੋਂ ਬਾਅਦ ਇੱਕ ਵੀ ਜਿਹੜਾ ਝੂਠਾ ਪੁਲਿਸ ਮੁਕਾਬਲਾ ਉਹ ਨਹੀਂ ਹੋਇਆ। ਇਹ ਸਰਕਾਰ ਉਸ ਵੇਲੇ ਡਿਫੈਂਸ ਵਿੱਚ ਆ ਗਈ ਅਤੇ ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਕਿ ਨਾ ਇਹ ਸਾਨੂੰ ਲੋਕ ਇਹ ਚਾਹੀਦੇ ਸੀ, ਨਾ ਜਸਵੰਤ ਸਿੰਘ ਖਾਲੜਾ ਸਾਨੂੰ ਚਾਹੀਦਾ ਸੀ, ਨਾ ਅਸੀਂ ਲੈ ਕੇ ਆਏ। ਆਪਾਂ ਹੁਣ ਮੁੱਦੇ 'ਤੇ ਆਉਂਦੇ ਹਾਂ। ਆਪਾਂ ਇਹ ਸਾਰੀ ਲੜਾਈ ਹੈ ਜਿਹੜੀ ਉਹ ਹਥਿਆਰਾਂ ਨਾਲ ਵੀ ਲੜੀ ਹੈ, ਆਪਾਂ ਕਲਮ ਨਾਲ ਵੀ ਲੜੀ ਹੈ, ਆਪਾਂ ਕਾਨੂੰਨ ਨਾਲ ਵੀ ਲੜੀ ਹੈ, ਅਤੇ ਹੁਣ ਜਿਹੜੀ ਲੜਾਈ ਆਪਾਂ ਇੱਕ ਵੋਟ ਨਾਲ ਲੜਨ ਜਾ ਰਹੇ ਹਾਂ। ਹੁਣ ਜਿਹੜਾ ਆਪਣੀ ਪਰਖ ਦੀ ਘੜੀ ਆ, ਆਪਣੀ ਅਕਲ ਪਰਖੀ ਜਾਣੀ ਹੈ ਇਸ ਵੇਲੇ। ਜਿਹੜੀ ਹਥਿਆਰਾਂ ਦੀ ਲੜਾਈ ਉਹ ਵੀ ਕੁਝ ਲੋਕਾਂ ਨੇ ਲੜੀ ਹੈ, ਜਿਹੜੀ ਕਲਮ ਦੀ ਕਾਨੂੰਨ ਦੀ ਲੜਾਈ ਆ ਉਹ ਵੀ ਥੋੜ੍ਹੇ ਲੋਕਾਂ ਨੇ ਲੜੀ ਆ, ਪਰ ਜਿਹੜੀ ਆ ਵੋਟ ਦੀ ਲੜਾਈ ਆ ਨਾ, ਇੱਕ ਇੱਕ ਵੋਟਰ ਨੇ ਲੜਨੀ ਹੈ। ਔਰ ਇਹਦਾ ਜੋ ਵੀ ਰਿਜ਼ਲਟ ਆਉਣਾ ਹੈ ਉਹ ਸਾਰੀ ਦੁਨੀਆ ਨੇ ਵੇਖਣਾ। ਅੱਜ ਇਸ ਖਡੂਰ ਸਾਹਿਬ ਦੀ ਸੀਟ 'ਤੇ ਜਿਹੜੀ ਨਿਗਾਹ ਹੈ ਨਾ, ਉਹ ਸਾਰੀ ਦੁਨੀਆ ਦੀ ਟਿਕੀ ਹੋਈ ਹੈ। ਭਾਵੇਂ ਕੋਈ ਵੀ ਕਮਿਊਨਿਟੀ ਹੋਵੇ, ਮੈਨੂੰ ਪਤਾ ਜਿਹੜੇ ਡਿਵੈਲਪਡ ਕੰਟਰੀ ਆ ਉਹ ਵੀ ਸਰਦਾਰ ਜਸਵੰਤ ਸਿੰਘ ਦੇ ਕੰਮ ਨੂੰ ਮਾਨਤਾ ਦੇ ਰਹੇ ਆ, ਔਰ ਉਹਨਾਂ ਦੇ ਨਾਂ 'ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਾਰਕ ਬਣੇ ਆ, ਸਕੂਲ ਬਣ ਰਹੇ ਉਹਨਾਂ ਦੇ ਨਾਂ 'ਤੇ। ਉਹਨਾਂ ਨੂੰ ਵੀ ਪਤਾ ਹੈ ਕਿ ਜਸਵੰਤ ਸਿੰਘ ਖਾਲੜਾ ਸਿੱਖ ਕੌਮ ਦਾ ਇੱਕ ਮਸੀਹਾ ਹੈ ਜਿਹਨੇ ਜ਼ੁਲਮ ਨੂੰ ਠੱਲ ਪਾਈ ਸੀ। ਅਤੇ ਇਮਤਿਹਾਨ ਹੁਣ ਆਪਣਾ ਸਾਰਿਆਂ ਦਾ ਹੈ, ਮੈਂ ਇਹ ਨਹੀਂ ਕਹਿੰਦੀ ਕਿ ਮੇਰਾ ਨਹੀਂ, ਸਾਰਿਆਂ ਦਾ ਹੈ, ਕਿਉਂਕਿ ਮੈਂ ਇਸ ਚੋਣ ਮੁਹਿੰਮ ਦੇ ਵਿੱਚ ਆ ਕੇ ਤੁਹਾਨੂੰ ਵੀ ਆਪਣੇ ਬਰਾਬਰ ਖੜ੍ਹਾ ਕਰ ਲਿਆ ਕਿ ਮੈਨੂੰ ਵੋਟ ਪਾਓ। ਵੋਟ ਤਾਂ ਜਿਹੜੀ ਹਮੇਸ਼ਾ ਮੰਗੀ ਜਾਂਦੀ ਆ, ਪਰ ਮੈਨੂੰ ਲੱਗਦਾ ਮੈਨੂੰ ਇੰਨਾ ਸਮਰਥਨ ਮਿਲ ਰਿਹਾ ਕਿ ਕੋਈ ਵੀ ਜਥੇਬੰਦੀ ਨਹੀਂ ਬਚੀ। ਜਿਹੜੀਆਂ ਸਿੱਖ ਸੰਸਥਾਵਾਂ ਉਹਨਾਂ ਨੇ ਤਾਂ ਆਪਣੀ ਮੋਰਲ ਡਿਊਟੀ ਸਮਝ ਕੇ ਅੱਜ ਇੱਕ ਜਿਹੜਾ ਪ੍ਰੋਗਰਾਮ ਵੀ ਰੱਖਿਆ ਕਿ ਅਸੀਂ ਸਮਰਥਨ ਦੇਣਾ ਚਾਹੁੰਦੇ ਹਾਂ, ਪਰ ਜਿਹੜੀਆਂ ਦੂਜੀਆਂ ਜਥੇਬੰਦੀਆਂ ਉਹਨਾਂ ਨੇ ਵੀ, ਜਿਵੇਂ ਕਿਸਾਨ ਯੂਨੀਅਨ ਹੈ ਜਾਂ ਸਾਡੀਆਂ ਸੈਨਿਕਾਂ ਦੀਆਂ ਰਿਟਾਇਰਡ ਜਿਹੜੇ ਫੌਜੀ ਆ ਉਹਨਾਂ ਦੀਆਂ ਯੂਨੀਅਨ ਹੈ, ਸਾਰੀਆਂ ਆਪਣੋ ਆਪਣਾ ਸਮਰਥਨ ਜਿਹੜਾ ਸਾਨੂੰ ਦੇ ਰਹੀਆਂ। ਅਤੇ ਮੈਂ ਅਖੀਰ ਦੇ ਵਿੱਚ ਬੇਨਤੀ ਕਰਨੀ ਹੈ, ਇਹ ਵੋਟਾਂ ਦਾ ਮਸਲਾ ਮੈਨੂੰ ਲੱਗਦਾ ਇੱਥੇ ਨਹੀਂ ਕਰਨਾ ਚਾਹੀਦਾ, ਪਰ ਫਿਰ ਵੀ ਤੁਸੀਂ ਅੱਗੇ ਪ੍ਰਚਾਰ ਕਰਨਾ ਹੈ, ਇਹੋ ਹੀ ਪ੍ਰਚਾਰ ਕਰਨਾ ਹੈ ਕਿ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਦਿਓ, ਸਮਰਥਨ ਦਿਓ ਜਾਂ ਤੁਸੀਂ ਉਹਨੂੰ ਵੋਟ ਦਿਓ। ਅਤੇ ਉਹਦੇ ਵਿੱਚ ਜ਼ਰੂਰੀ ਹੈ ਕਿ ਮੇਰੇ ਚੋਣ ਨਿਸ਼ਾਨ ਜਿਹੜਾ ਕਿ ਚਾਬੀ ਹੈ ਔਰ ਮਸ਼ੀਨ ਦੇ ਉੱਤੇ ਉਹਦਾ 8 ਨੰਬਰ ਹੈ, ਮੇਰਾ ਨਾਂ ਵੀ ਪਰਮਜੀਤ ਕੌਰ ਖਾਲੜਾ ਉੱਥੇ ਲਿਖਿਆ ਹੋਣਾ ਹੈ। ਅਤੇ ਮੈਂ ਇਹੋ ਹੀ ਬੇਨਤੀ ਕਰਦੀ ਹਾਂ, ਜਿੰਨੇ ਵੀ ਪ੍ਰਚਾਰਕ ਮੇਰੇ ਵੀਰ ਆਏ ਹੈ, ਜਿੰਨੀਆਂ ਵੀ ਸੰਸਥਾਵਾਂ ਆਈਆਂ, ਜਦੋਂ ਉਹਨਾਂ ਨੇ ਚੋਣ ਪ੍ਰਚਾਰ ਲਈ ਤੁਰਨਾ ਹੈ ਅਤੇ ਮਨੁੱਖਤਾ ਦੇ ਨਾਮ 'ਤੇ ਹੀ ਇਹ ਜਿਹੜੀ ਵੋਟ ਮੰਗਣੀ ਹੈ। ਆਪਾਂ ਨਾ ਕਿਸੇ ਨੂੰ ਲਾਲਚ ਦੇ ਸਕਦੇ ਹਾਂ, ਨਾ ਉਹਨਾਂ ਰਵਾਇਤੀ ਪਾਰਟੀਆਂ ਵਾਂਗੂ ਚੋਣ ਲੜ ਸਕਦੇ ਹਾਂ। ਆਪਾਂ ਹੱਕ ਸੱਚ ਦੀ ਲੜਾਈ ਜਿਹੜੀ ਲੜਨੀ ਹੈ ਔਰ ਲੜ ਰਹੇ ਹਾਂ, ਅਤੇ ਮੈਨੂੰ ਲੱਗਦਾ ਹੈ ਕਿ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਾਂ ਜ਼ਰੂਰ ਇਸ ਵਾਰ ਜਿੱਤ ਪ੍ਰਾਪਤ ਕਰਾਂਗੇ, ਕਿਉਂਕਿ ਇਹ ਜਿਹੜੀ ਮਨੁੱਖਤਾ ਦੀ ਲੜਾਈ ਹੈ ਸਾਰੇ ਮਨੁੱਖ ਲੜ ਰਹੇ ਹੈ, ਇਹਦੇ ਵਿੱਚ ਨਾ ਕੋਈ ਜਾਤ ਪਾਤ, ਨਾ ਕੋਈ ਪਾਰਟੀਬਾਜ਼ੀ, ਨਾ ਕੋਈ ਅਕਾਲੀ, ਨਾ ਕੋਈ ਕਾਂਗਰਸੀ। ਸਾਰਿਆਂ ਨੂੰ ਇਹੋ ਹੀ ਅਪੀਲ ਕਰਨੀ ਹੈ ਅਸੀਂ ਰਲ ਮਿਲ ਕੇ ਕਿ ਮਨੁੱਖੀ ਅਧਿਕਾਰਾਂ ਦੀ ਲੜਾਈ ਹੈ ਔਰ ਇੱਕ ਕੌਮ ਨਾਲ ਵਾਪਰਿਆ ਇੱਕ ਬਹੁਤ ਜ਼ਿਆਦਾ ਵਿਸ਼ਵਾਸਘਾਤ ਜਿਹੜਾ ਹੋਇਆ ਉਸ ਨੂੰ ਨੰਗਿਆਂ ਕਰਨ ਦੇ ਲਈ ਇਹ ਲੜਾਈ ਹੈ, ਅਤੇ ਆਪਾਂ ਰਲ ਮਿਲ ਕੇ ਇਹ ਲੜਾਈ ਜਿੱਤਣੀ ਹੈ। ਅਖੀਰ ਦੇ ਵਿੱਚ ਮੈਂ ਸਾਰੇ ਆਪਣੇ ਭੈਣ ਭਰਾਵਾਂ ਨੂੰ ਬੇਨਤੀ ਕਰਦੀ ਹਾਂ ਕਿ ਇਸ ਚੋਣ ਮੁਹਿੰਮ ਦਾ ਹੁਣ ਹਿੱਸਾ ਬਣੋ, ਆਪਣੀ ਆਪਣੀ ਜ਼ਿੰਮੇਵਾਰੀ ਸਮਝੋ। ਔਰ ਮੇਰੀ ਇਹ ਚੋਣ ਮੁਹਿੰਮ ਨਹੀਂ, ਸਾਰੇ ਲੋਕਾਂ ਦੀ ਜਿਹੜੇ ਅੱਜ ਬੈਠੇ ਆ, ਜਿੰਨੀਆਂ ਜਥੇਬੰਦੀਆਂ, ਸਾਰਿਆਂ ਦੀ ਇਹ ਜ਼ਿੰਮੇਵਾਰੀ ਹੈ ਕਿ ਆਪਾਂ ਰਲ ਮਿਲ ਕੇ ਇਸ ਚੋਣ ਨੂੰ ਫਤਿਹ ਕਰੀਏ। ਅਖੀਰ ਦੇ ਵਿੱਚ ਮੈਂ ਸਾਰੇ ਜੇ ਬੱਚੇ ਆਏ ਆ, ਜਿਹੜੇ ਕੀਰਤਨ ਵਾਲੇ ਬੱਚੇ ਆਏ ਆ ਜਾਂ ਜਿਹੜੇ ਸਮਰਪਿਤ ਹੋ ਕੇ ਕੌਮ ਨੂੰ ਚੱਲ ਰਹੇ ਆ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 30 ਨੌਜਵਾਨ ਸਿੱਖ ਜਥੇਬੰਦੀਆਂ ਦੇ ਗੱਠਜੋੜ ਅਲਾਇੰਸ ਆਫ ਸਿੱਖ ਔਰਗੇਨਾਈਜੇਸ਼ਨਸ ਅਤੇ ਉਹਨਾਂ ਤੋਂ ਇਲਾਵਾ 20 ਦੇ ਕਰੀਬ ਹੋਰ ਜਥੇਬੰਦੀਆਂ ਦੇ ਨੁਮਾਇੰਦੇ ਜਿਹੜੇ ਅੱਜ ਇੱਥੇ ਹਾਜ਼ਰ ਹੋਏ ਔਰ ਉਹਨਾਂ ਦੇ ਵਿੱਚੋਂ ਪ੍ਰਮੁੱਖ ਜਿਹੜੀਆਂ ਸ਼ਖਸੀਅਤਾਂ ਨੇ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਹੁਣ ਬੀਬੀ ਜੀ ਦਾ ਸਨਮਾਨ ਹੋਣਾ ਅਤੇ ਸਾਰੀਆਂ ਜਥੇਬੰਦੀਆਂ ਵੱਲੋਂ ਸਾਂਝੇ ਰੂਪ ਦੇ ਵਿੱਚ ਅਸੀਂ ਗੁਰੂ ਘਰ ਦੀ ਬਖਸ਼ਿਸ਼ ਜਿਹੜੀ ਹੈ ਸਿਰੋਂ ਪਾਓ ਉਹ ਬੀਬੀ ਜੀ ਨੂੰ ਭੇਟ ਕਰਨਾ। ਸੋ ਮੈਂ ਬੇਨਤੀ ਕਰਾਂਗਾ ਸਟੇਜ 'ਤੇ ਆਉਣ ਲਈ ਸਰਦਾਰ ਰਵਿੰਦਰ ਸਿੰਘ ਜੀ ਬ੍ਰਹਮਪੁਰਾ ਸਾਹਿਬ ਟਕਸਾਲੀ ਅਕਾਲੀ ਦਲ ਅਤੇ MLA ਖਡੂਰ ਸਾਹਿਬ, ਜਿਨ੍ਹਾਂ ਨੇ ਇੱਕ ਬਹੁਤ ਵੱਡਾ ਫੈਸਲਾ ਲੈਂਦਿਆਂ ਮੁੜ ਤੋਂ
ਪੰਜਾਬ ਦੇ ਵਿੱਚ ਪੰਥਕ ਰਾਜਨੀਤੀ ਦਾ ਪਿੜ ਬੰਨਿਆ ਔਰ ਇੱਕ ਬੜਾ ਉਹ ਜਿਹਾ ਫੈਸਲਾ ਲਿਆ ਜਿਸਦੀ ਉਮੀਦ ਪੂਰੀ ਦੁਨੀਆ ਦੇ ਵਿੱਚ ਬੈਠੇ ਸਿੱਖ ਉਹਨਾਂ ਤੋਂ ਕਰ ਰਹੇ ਸੀ। ਸੋ ਨਾਲ ਸਰਦਾਰ ਜਗਜੀਤ ਸਿੰਘ ਗਾਬਾ ਜੀ, ਸਰਦਾਰ ਬਲਦੇਵ ਸਿੰਘ ਸਰਸਾ ਜੀ, ਸਰਦਾਰ ਖੁਸ਼ਹਾਲ ਸਿੰਘ ਜੀ, ਸਰਦਾਰ ਗੁਰਬਚਨ ਸਿੰਘ ਜੀ, ਸਰਦਾਰ ਦਵਿੰਦਰ ਸਿੰਘ ਸੇਖੋ ਜੀ, ਆਪ ਸਭਨਾਂ ਨੂੰ ਬੇਨਤੀ ਹੈ ਅਤੇ ਅੱਜ ਦਾ ਪ੍ਰੋਗਰਾਮ ਜਿਹੜਾ ਦਰਬਾਰੇ ਖਾਲਸਾ ਅਤੇ ਅਲਾਇੰਸ ਆਫ ਸਿੱਖ ਔਰਗਨਾਈਜੇਸ਼ਨ ਵੱਲੋਂ ਸਾਂਝੇ ਰੂਪ 'ਚ ਕਰਵਾਇਆ ਗਿਆ, ਮੈਂ ਬੇਨਤੀ ਕਰਾਂਗਾ ਦਰਬਾਰੇ ਖਾਲਸਾ ਦੇ ਮੁਖੀ ਸਰਦਾਰ ਹਰਜਿੰਦਰ ਸਿੰਘ ਮਾਝੀ ਜੀ ਉਹ ਸਟੇਜ 'ਤੇ ਆਉਣ। ਨਾਲ ਹੀ ਕੋਰ ਟੀਮ ਅਲਾਇੰਸ ਦੇ ਜਿਹੜੀ ਕੋਰ ਟੀਮ ਦੇ ਮੈਂਬਰ ਨੇ ਵੀਰ ਪਰਮਵੀਰ ਸਿੰਘ ਜੀ, ਪਰਮਪਾਲ ਸਿੰਘ ਜੀ, ਸਰਦਾਰ ਹਰਪ੍ਰੀਤ ਸਿੰਘ ਸੋਢੀ ਜੀ ਅਤੇ ਮਾਫ਼ੀ ਚਾਹੁੰਦੇ ਹਾਂ ਸਰਦਾਰ ਨਰਾਇਣ ਸਿੰਘ ਚੌੜਾ ਜੀ, ਥੋੜ੍ਹਾ ਦੇਰੀ ਨਾ ਆਉਣ ਕਰਕੇ ਮੈਂ ਨਾਂ ਵੀ ਨਹੀਂ ਲੈ ਸਕਿਆ ਚੰਗੀ ਤਰ੍ਹਾਂ, ਉਹਨਾਂ ਨੂੰ ਬੇਨਤੀ ਹੈ ਕਿ ਉਹ ਕਿਰਪਾ ਕਰਕੇ ਸਟੇਜ 'ਤੇ ਆਉਣ। ਬਹੁਤ ਸਾਰੇ ਸ਼ਹੀਦਾਂ ਨੂੰ ਜਿੱਥੇ ਯਾਦ ਰੱਖਿਆ ਜਾ ਰਿਹਾ ਪਰ ਸ਼ਹੀਦਾਂ ਵਰਗੀ ਜ਼ਿੰਦਗੀ ਜੀਣ ਵਾਲੇ ਇਹੋ ਜਿਹੀਆਂ ਸ਼ਖਸੀਅਤਾਂ ਸਾਡੇ ਕੌਮ ਦੇ ਨੌਜਵਾਨਾਂ ਦੇ ਜ਼ਿਹਨ 'ਚੋਂ ਵਿਸਰਦੀਆਂ ਜਾ ਰਹੀਆਂ ਨੇ। ਨਾਲ ਜੁਗਰਾਜ ਸਿੰਘ ਢੱਡਰੀਆ ਜੀ, ਬੇਨਤੀ ਹੈ ਕਿਰਪਾ ਕਰਕੇ ਸਟੇਜ 'ਤੇ ਆਓ। ਸਰਦਾਰ ਜਸਵਿੰਦਰ ਸਿੰਘ ਆਨੰਦ ਜੀ, ਕਿਉਂਕਿ ਸਾਰੇ ਜਥੇਬੰਦੀਆਂ ਨੇ ਜਿਹੜੀਆਂ ਮੁੱਖ ਸ਼ਖਸੀਅਤਾਂ ਨੇ ਉਹਨਾਂ ਨੇ ਸਾਂਝੇ ਰੂਪ ਦੇ ਵਿੱਚ ਇਸ ਸਰੋਪਾ ਦੇ ਜ਼ਰੀਏ ਹੀ ਬੀਬੀ ਜੀ ਨੂੰ ਸਮਰਥਨ ਦਾ ਐਲਾਨ ਜਿਹੜਾ ਕਰਨਾ, ਜਿਹੜਾ ਕੱਲ੍ਹ ਦੀਆਂ ਅਖਬਾਰਾਂ ਰਾਹੀਂ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਣਾ। ਸੋ ਕਿਰਪਾ ਕਰਕੇ ਕੋਈ ਵੀ ਜਿਹੜੇ ਇੰਪੋਰਟੈਂਟ ਵੀਰ ਨੇ ਉਹ ਥੱਲੇ ਨਾ ਰਹਿਣ। ਵੀਰ ਗੁਰਸਾਹਿਬ ਸਿੰਘ ਜੀ, ਕਿਰਪਾ ਕਰਕੇ ਜਲਦੀ ਸਟੇਜ 'ਤੇ ਆ ਜਾਣ। ਮੈਂ ਮਾਈਕ ਸਾਈਡ ਹਾਂਜੀ, ਮੈਂ ਬੇਨਤੀ ਕਰਦਾ ਵਾਂ ਵੀਰ ਪਰਮਪਾਲ ਸਿੰਘ ਜੀ ਨੂੰ ਵੀ ਉਹ ਅਲਾਇੰਸ ਆਫ ਸਿੱਖ ਔਰਗਨਾਈਜੇਸ਼ਨ ਵੱਲੋਂ ਅਤੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ਦਰਬਾਰੇ ਖਾਲਸਾ ਵੱਲੋਂ ਵੀਰ ਹਰਜਿੰਦਰ ਸਿੰਘ ਜੀ ਮਾਝੀ, ਬੀਬੀ ਪਰਮਜੀਤ ਕੌਰ ਖਾਲੜਾ ਜੀ ਦਾ ਸਨਮਾਨ ਕਰਦੇ ਬੋਲੇ ਸੋ ਨਿਹਾਲ। ਬੀਬੀ ਪਰਮਜੀਤ ਕੌਰ ਖਾਲੜਾ ਜੀ ਦਾ ਚੋਣ ਨਿਸ਼ਾਨ ਚਾਬੀ ਹੈ ਅਤੇ ਜਿਵੇਂ ਉਹਨਾਂ ਦੱਸਿਆ ਕਿ ਉਸ ਮਸ਼ੀਨ ਦੇ ਉੱਤੇ 8ਵਾਂ ਨੰਬਰ ਹੈ ਉਹਨਾਂ ਦਾ, ਆਪਾਂ ਸਾਰਿਆਂ ਨੇ ਧਿਆਨ ਰੱਖਣਾ ਹੈ ਕਿ ਚਾਬੀ ਵਾਲਾ ਚੋਣ ਨਿਸ਼ਾਨ ਬਟਨ ਨੱਪ ਕੇ ਅਸੀਂ ਆਪਣੇ ਸੁਹਿਰਦ ਹੋਣ ਦਾ, ਗੁਰੂ ਪ੍ਰਤੀ ਸਮਰਪਿਤ ਹੋਣ ਦਾ ਅਤੇ ਉਹਨਾਂ ਦੀ ਸ਼ਹਾਦਤ ਦਾ ਅਸੀਂ ਸਿਸਦਾ ਕਰਨਾ ਹੈ ਉਹਨਾਂ ਨੂੰ ਚਾਬੀ ਵਾਲਾ ਬਟਨ ਨੱਪ ਕੇ। ਸਮਰਥਨ ਰੂਪ ਦੇ ਵਿੱਚ ਸਮੂਹ ਸੰਗਤਾਂ ਜੋ ਥੱਲੇ ਬੈਠੀਆਂ ਨੇ ਉਹ ਵੀ ਜਕਾਰੇ ਦੇ ਰੂਪ ਦੇ ਵਿੱਚ ਆਪਣੇ ਦੋਵੇਂ ਬਾਹੂ ਉੱਪਰ ਕਰਕੇ ਬੀਬੀ ਜੀ ਸਮਰਥਨ ਦੇਣਗੇ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਤੁਸੀਂ ਅਕਾਲ ਚੈਨਲ ਨੂੰ ਕਿਸੇ ਵੀ ਸਮੇਂ ਕਿਸੇ ਵੀ ਥਾਂ ਤੇ ਦੇਖ ਸਕਦੇ ਹੋ, ਉਹ ਵੀ ਅਕਾਲ ਚੈਨਲ ਦੀ ਐਪ ਦੇ ਜ਼ਰੀਏ, ਜਿਸ ਦੇ ਵਿੱਚ ਲਾਈਵ ਟੀਵੀ ਪ੍ਰੋਗਰਾਮ, ਵੀਡੀਓਜ਼, ਕੈਚ ਅਪ ਟੀਵੀ, ਅਕਾਲ ਰੇਡੀਓ ਅਤੇ ਨੋਟਿਸ ਦੇ ਵਿੱਚ ਸਾਰੇ ਪ੍ਰੋਗਰਾਮਾਂ ਦਾ ਵੇਰਵਾ ਮੌਜੂਦ ਹੈ। ਤੁਸੀਂ ਇਸ ਐਪ ਦੇ ਜ਼ਰੀਏ ਗੁਰਬਾਣੀ ਸੰਥਿਆ ਦਾ ਵੀ ਆਨੰਦ ਮਾਣ ਸਕਦੇ ਹੋ। ਅਕਾਲ ਚੈਨਲ ਦੀ ਐਪ ਨੂੰ ਹੁਣੇ ਡਾਊਨਲੋਡ ਕਰੋ ਗੂਗਲ ਪਲੇ ਸਟੋਰ ਅਤੇ ਐਪ ਸਟੋਰ ਦੇ ਵਿੱਚੋਂ। ਵਰਲਡ ਨੰਬਰ 1 ਸਿੱਖ ਮੀਡੀਆ ਚੈਨਲ ਅਕਾਲ ਚੈਨਲ।